ज्ञान श्री गुरु नानक देव जी महाराज दंडात वंदन अनकवार सर्व कला समरथ डोलन तेरा खो प्रभु नानक दे कर हथ फिरत फिरत प्रभ आया परया तो शरणाए नानक की प्रभ बेनती अपनी पड़ती लाए आपे पट्टी कन में आप ऊपर लेख दी तू एको कही है नानका दूजा गाही को अपनी माया आप सारी आपे देख हमारा नाना रूप धरे वारंगी सब तेरे न्यारा एको कही है नानका एको कही है Yeah.
Thank you.
ਪਹੁੰਚੇ ਹਾਂ। ਅੱਜ ਜਿਸ ਤਰ੍ਹਾਂ ਕਿ ਦੱਸਿਆ ਗਿਆ ਹੈ ਕਿ 52ਵੀਂ ਫਿਲਮ ਇਸ ਲੜੀ ਦੇ ਵਿੱਚ ਬਣ ਰਹੀ ਹੈ ਅਤੇ ਬਰਸਾਲਪੁਰ ਟੱਪਰੀਆਂ ਛੋਟਾ ਜਿਹਾ ਪਿੰਡ ਖਿਦਰਾਬਾਦ ਦੇ ਨੇੜੇ ਕੋਲ ਦੀ ਨਦੀ ਚੱਲ ਰਹੀ ਹੈ ਰੋਪੜ ਜ਼ਿਲ੍ਹੇ ਦਾ, ਜਿਸ ਦੇ ਅੰਦਰ ਦੂਰ ਦਰਾਜ ਤੋਂ ਸੰਗਤ ਆ ਕੇ ਸੁਸ਼ੋਭਿਤ ਹੈ ਗੁਰੂ ਚਰਨਾਂ ਦੇ ਅੰਦਰ। ਸੋ ਪਿਛਲੇ 4 ਦਿਨਾਂ ਤੋਂ ਮਹਾਰਾਜ ਜੀ ਦਾ ਜੋ ਸਿਧਾਂਤ ਹੈ ਨਾਨਕ ਕੇ ਕਰ ਕੇਵਲ ਨਾਮ, ਇਸ ਦੇ ਉੱਤੇ ਬੜੀ ਵਿਸਥਾਰ ਦੇ ਨਾਲ ਵਿਚਾਰ ਕੀਤੀ ਗਈ ਅਤੇ ਮਹਾਰਾਜ ਨੇ ਪ੍ਰੈਕਟੀਕਲੀ ਵੀ ਦੱਸਿਆ ਮਰਦਾਨੇ ਨੂੰ ਕਿ ਮਰਦਾਨਿਆ ਸੰਸਾਰ ਦੇ ਅੰਦਰ ਬੇਅੰਤ ਬਿਰਤੀਆਂ ਦੇ ਜੀਵ ਹਨ, ਇੱਕ ਬਿਰਤੀ ਦਾ ਜੀਵ ਨਹੀਂ, ਕਿਉਂਕਿ ਇਹ ਜੋ ਸੰਸਾਰ ਹੈ ਇਹਦੇ ਅੰਦਰ ਕੁਛ ਲਹਿਰਾਂ ਚੱਲਦੀਆਂ ਹਨ ਮਾਇਆ ਦੀਆਂ, ਅਤੇ ਇੱਕ ਮਾਇਆ ਦੀ ਲਹਿਰ ਨੂੰ ਤਮੋ ਗੁਣ ਆਖਿਆ ਜਾਂਦਾ। ਜਦੋਂ ਉਹ ਚੱਲਦੀ ਹੋਵੇ ਤਾਂ ਉਹ ਇਸ ਤਰ੍ਹਾਂ ਦੀਆਂ ਲਹਿਰਾਂ ਨਹੀਂ ਹਨ ਕਿ ਜਿਵੇਂ ਨਦੀ ਚੱਲਦੀ ਹੈ ਬਈ ਜੋ ਕੁਛ ਮੂਹਰੇ ਆ ਜਾਵੇ ਉਹਨੂੰ ਹੜਾ ਕੇ ਲੈ ਜਾਂਦੀ। ਇਹ ਲਹਿਰਾਂ ਆਦਮੀ ਦੇ ਮਨ ਦੇ ਅੰਦਰ ਚੱਲਦੀਆਂ ਨੇ, ਕੋਲੇ ਸਤੋਗੁਣੀ ਬੰਦਾ ਹੁੰਦਾ, ਕੋਲੇ ਤਮੋਗੁਣੀ ਹੁੰਦਾ, ਕੋਲੇ ਰਜੋਗੁਣੀ ਹੁੰਦਾ। ਇਹਦਾ ਅਸਰ ਵੱਖਰਾ ਵੱਖਰਾ ਕਿਉਂ ਹੈ ਕਿ ਖੁਰਾਕ, ਪੁਸ਼ਾਕ, ਬੋਲਣਾ, ਚੱਲਣਾ, ਵਰਤ ਵਿਹਾਰ, ਮਿੱਤਰਤਾ ਅਤੇ ਹਾਲਾਤ, ਪਰਿਵਾਰ ਦਾ ਪਿਛੋਕੜ, ਇਹ ਸਾਰੀਆਂ ਚੀਜ਼ਾਂ ਗਿਣ ਕੇ ਆਦਮੀ ਦੇ ਖੂਨ ਦੇ ਅੰਦਰ ਅਦਲੀ ਬਦਲੀ ਕਰਦੀਆਂ ਨੇ। ਉਹਦੇ ਹਿਸਾਬ ਦੇ ਨਾਲ ਬੰਦਾ ਸੋਚਦਾ, ਉਹਦੇ ਹਿਸਾਬ ਦੇ ਨਾਲ ਦੁਨੀਆ ਨਾਲ ਵਿਹਾਰ ਕਰਦਾ। ਸੋ ਇਹ ਸਭ ਤੋਂ ਪਹਿਲੀ ਤਮੋ ਗੁਣ ਹੋਇਆ ਕਰਦੀ ਹੈ। ਤਮੋ ਗੁਣ ਬਿਰਤੀ ਦੇ ਅੰਦਰ ਸੰਸਾਰ ਬਹੁਤ ਵੱਡੀ ਮੈਜੋਰਿਟੀ ਤਮੋ ਗੁਣ 'ਚ ਵਰਤੀ ਹੈ, ਇਸ ਕਰਕੇ ਸੰਸਾਰ ਨੂੰ ਅੰਧ ਗਹਿਰਾ ਆਖਿਆ, ਅੰਧਾ ਖੂਹ ਆਖਿਆ। ਅੰਨੇ ਖੂਹ 'ਚ ਦੁਨੀਆ ਗਿਰੀ ਹੋਈ ਸੋਚਦੀ ਨਹੀਂ ਹੈ ਅਤੇ ਆਪਣੇ ਆਪ 'ਚ ਆਪੇ ਹੀ ਲੜੀ ਜਾਂਦੀ ਹੈ। ਆਏ ਤਾਂ ਇੱਥੇ ਸੁੱਖ ਦੇ ਵਾਸਤੇ ਸੀ, ਬੜਾ ਲੰਮਾ ਸਫ਼ਰ ਕੱਟ ਕੇ 84 ਲੱਖ ਜੂਨਾਂ ਦਾ, ਅਤੇ ਆਏ ਵੀ ਕਿੱਥੇ ਸੀ? ਜਿਸ ਨੂੰ ਪਰਮੇਸ਼ੁਰ ਨੇ, ਗੁਰੂ ਨਾਨਕ ਪਾਤਸ਼ਾਹ ਨੇ ਦੱਸਿਆ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਆਹ ਸੰਸਾਰ ਸਾਰਾ ਹੀ ਵਾਹਿਗੁਰੂ ਦਾ ਘਰ ਹੈ ਰਹਿਣ ਦਾ, ਅਤੇ ਇਹਦੇ ਵਿੱਚ ਵਾਹਿਗੁਰੂ ਵੱਸਦਾ, ਇਹਦੇ ਵਿੱਚ ਅਸੀਂ ਵਸੇ ਸੀ, ਪਰ ਸਾਨੂੰ ਮਾਇਆ ਨੇ ਉਹਦੇ ਨਾਲੋਂ ਤੋੜਤਾ। ਕੱਲ੍ਹ ਮੈਂ ਕਾਫੀ ਵਿਸਥਾਰ ਦੇ ਨਾਲ ਬੈਂਕ ਵਗੈਰਾ, ਨਾ ਕੋਈ ਜਾਇਦਾਦ, ਨਾ ਕੋਈ ਅਹੁਦਾ, ਮਾਇਆ ਇੱਕ ਮਨ ਦੀ ਅਵਸਥਾ ਹੈ। ਉਹ ਇਹ ਹੈ ਕਿ ਇਹ ਮਾਇਆ ਜਿੱਤ ਹਰ ਵਿਸਰੇ, ਮੋਹ ਉਪਜੇ ਭਉ ਦੂਜਾ ਲਾਇਆ। ਉਹ ਬਾਤ, ਉਹ ਰਹਿਣੀ ਬਹਿਣੀ, ਉਹ ਸੋਚਣੀ ਜਿਹਦੇ ਨਾਲ ਪਰਮੇਸ਼ੁਰ ਭੁੱਲ ਜਾਵੇ ਅਤੇ ਦੁਆਇਤ ਦਾ ਭਾਵ ਉਪਜ ਜਾਵੇ, ਯਾਨੀ ਪਰਮੇਸ਼ੁਰ ਵੱਲ ਪਿੱਠ ਹੋ ਜਾਵੇ, ਸੰਸਾਰ ਵੱਲ ਮੂੰਹ ਹੋ ਜਾਵੇ, ਇਸ ਚੀਜ਼ ਨੂੰ ਮਾਇਆ ਕਹਿੰਦੇ ਨੇ। ਅਤੇ ਵਾਹਿਗੁਰੂ ਇਹ ਮਾਇਆ ਦੇ ਉਰਲੇ ਛੁਪਿਆ ਹੋਇਆ ਹੈ ਤਾਂ ਪ੍ਰਗਟ, ਉਹਦੇ 'ਚ ਤਾਂ ਕੋਈ ਫਰਕ ਨਹੀਂ ਪੈਂਦਾ। ਮਿਸਾਲ ਦੇ ਨਾਲ ਐਂ ਸਮਝ ਲਓ ਕਿ 1000 ਵਾਟ ਦਾ ਬਲਬ ਜਲਦਾ, ਉਹਦੇ ਉੱਤੇ ਚਿੱਟੇ ਰੰਗ ਦਾ ਕਾਗਜ਼ ਬਲੇਟ ਦੀਏ, ਗਲੋਬ ਦੇ ਦਈਏ, ਪੜਦਾ ਜਿਹਨੂੰ ਕਹਿੰਦੇ ਨੇ। ਪਹਿਲੇ ਜ਼ਮਾਨਿਆਂ ਦੇ ਅੰਦਰ ਗਲੋਬ ਦਿੱਤੇ ਹੁੰਦੇ ਲੈਂਪਾਂ 'ਤੇ ਵੀ, ਉਹਦੀ ਤਿੱਖੀ ਰੋਸ਼ਨੀ ਪੜ੍ਹਨ ਵਾਲਿਆਂ ਦੇ ਬੱਚਿਆਂ ਦੀਆਂ ਅੱਖਾਂ ਖਰਾਬ ਨਾ ਕਰੇ, ਉਹ ਉੱਪਰ ਗਲੋਬ ਦੇ ਦਿੰਦੇ ਸੀ ਸਾਫ਼ ਸੁਥਰਾ, ਉਹਦੇ 'ਚ ਹੀ ਰੋਸ਼ਨੀ ਪਾਸ ਹੁੰਦੀ, ਪਰ ਰੋਸ਼ਨੀ ਦੀ ਜਿਹੜੀ ਤੇਜ਼ੀ ਸੀ ਉਹ ਘੱਟ ਜਾਂਦੀ ਸੀ। ਉਹਦੇ ਉੱਤੇ ਹੋਰ ਇੱਕ ਗਲੋਬ ਚਾੜ ਦਈਏ ਨੀਲੇ ਰੰਗ ਦਾ, ਗਾੜ੍ਹੇ ਨੀਲੇ ਰੰਗ ਦਾ, ਰੋਸ਼ਨੀ ਜਿਹੜੀ ਸਫੈਦ ਰੋਸ਼ਨੀ ਹੈ ਉਹ ਹੁਣ ਕਿਹੋ ਜਿਹੀ ਨਜ਼ਰ ਆਏਗੀ? ਧੁੰਦਲੀ ਨਜ਼ਰ ਆਏਗੀ ਨੀਲੇ ਰੰਗ ਦੀ। ਉਹਦੇ ਉੱਤੇ ਗਾੜ੍ਹੇ ਕਾਲੇ ਰੰਗ ਦਾ ਇੱਕ ਹੋਰ ਚਾੜ ਦਈਏ, ਹੁਣ ਰੋਸ਼ਨੀ ਨਾਮ ਮਾਤਰ ਰਹਿ ਗਈ, ਐਂ ਤਾਂ ਪਤਾ ਲੱਗੇਗਾ ਕਿ ਅੰਦਰ ਰੋਸ਼ਨੀ ਹੈ, ਪਰ ਉਹਦੇ 'ਚ ਹੁਣ ਕੋਈ ਪੜ੍ਹ ਲਿਖ ਨਹੀਂ ਸਕਦਾ ਕਿਉਂਕਿ ਉਹਦੀ ਤੇਜ਼ੀ ਘੱਟ ਗਈ। ਇਸੇ ਤਰ੍ਹਾਂ ਉਸ ਦੇ ਉੱਤੇ ਪੇਂਟ ਕਰ ਦਈਏ ਕਾਲਾ ਬੁਰਸ਼ ਲੈ ਕੇ, ਹੁਣ ਰੋਸ਼ਨੀ ਜਿਹੜੀ ਹੈ ਉਸ ਬਲਬ ਦੀ ਉਹ ਮਾੜੀ ਮੋਟੀ ਉਹ ਪਤਾ ਲੱਗੇਗਾ ਵੀ ਇੱਥੇ ਕੁਛ ਹੈ ਥੋੜ੍ਹਾ ਜਿਹਾ, ਲੇਕਿਨ ਰੋਸ਼ਨੀ ਨਹੀਂ ਦਿਸੇਗੀ, ਕੁਛ ਨਹੀਂ ਪਤਾ ਲੱਗੇਗਾ, ਚਾਨਣਾ ਨਹੀਂ ਉਹ ਦਏਗਾ ਕਿਉਂਕਿ ਪੇਂਟ ਹੋ ਗਿਆ ਕਾਲਾ ਬਿਲਕੁਲ। ਉਸ ਦੇ ਉੱਤੇ ਮੱਟ ਲੈ ਕੇ ਮੂਧਾ ਮਾਰ ਦਈਏ, ਕੜਾਹਾ ਮੂਧਾ ਮਾਰ ਦਈਏ, ਜਾਂ ਹੋਰ ਕੋਈ ਢੱਕਣ ਦੇ ਦਈਏ, ਤਕੜਾ ਡਰੰਮ ਮੂਧਾ ਮਾਰ ਦਈਏ, ਹੁਣ ਕੀ ਹੋਏਗਾ?
ਵੀ ਰੋਸ਼ਨੀ ਦਾ ਨਾਮ ਨਿਸ਼ਾਨੇ ਖਤਮ ਹੋ ਜਾਏਗਾ, ਹਨੇਰਾ ਛਾ ਜਾਏਗਾ। ਸੋ ਇਸੇ ਤਰ੍ਹਾਂ ਦੇ ਨਾਲ ਵਾਹਿਗੁਰੂ ਜੀ ਤਾਂ ਉਸੇ ਤਰ੍ਹਾਂ ਨੇ, ਜਦ ਅਸੀਂ ਇਹ ਕਹਿੰਦੇ ਹਾਂ ਕਿ ਉਹ ਮਾਇਆ ਦੇ ਉਹਲੇ ਛੁਪੇ ਹੋਏ ਨੇ, ਛੁਪੇ ਨਹੀਂ ਹੋਏ, ਮਾਇਆ ਦਾ ਇੱਕ ਪਰਦਾ ਪੈ ਗਿਆ, ਇਸੇ ਤਰ੍ਹਾਂ ਪੈ ਗਿਆ ਜਿਸ ਤਰ੍ਹਾਂ ਮੈਂ ਤੁਹਾਨੂੰ ਬੇਨਤੀ ਕਰੀ ਹੈ। ਪਹਿਲਾ ਪਰਦਾ ਆਨੰਦ ਦਾ ਪਿਆ ਇਹਦੇ ਉੱਤੇ, ਇਹ ਗੱਲ ਸਮਝਣੇ ਕੋਈ ਬਿਰਲਾ ਸਮਝ ਸਕਦਾ ਇਸ ਵਾਸਤੇ, ਅਗਲੀ ਗੱਲ ਮੈਂ ਦੱਸਦਾ। ਦੂਸਰਾ ਹੈ ਉਹ ਵਿਗਿਆਨ ਦਾ ਪੈ ਗਿਆ ਜਿਹਨੂੰ ਬੁੱਧੀ ਕਹਿੰਦੇ ਨੇ, ਬੁੱਧੀ ਨੇ ਪਰਮੇਸ਼ਰ ਵਾਹਿਗੁਰੂ ਦੂਰ ਕਰ ਦਿੱਤਾ। ਇਹਦੇ ਵਿੱਚ ਡਿਸਟਿੰਕਸ਼ਨ ਪਾਵਰ ਆ ਗਈ, ਨਿਰਣਾ ਕਰਨ ਦੀ ਸ਼ਕਤੀ, ਵੀ ਆਹ ਚੰਗਾ ਆਹ ਮੰਦਾ ਹੈ, ਇਹ ਹੁਕਮ ਦੇ ਨਾਲੋਂ ਟੁੱਟ ਗਈ। ਅਤੇ ਇਸ ਤੋਂ ਬਾਅਦ ਤੀਸਰਾ ਜਿਹੜਾ ਪਰਦਾ ਪੈ ਗਿਆ ਉਹ ਮਨ ਦਾ ਪੈ ਗਿਆ, ਚੌਥਾ ਪ੍ਰਾਣਾ ਦਾ ਪੈ ਗਿਆ, ਪੰਜਵਾਂ ਆਹ ਜਿਹੜਾ ਤੁਹਾਨੂੰ ਸਰੀਰ ਦਿਸਦਾ ਜਿਹਨੂੰ ਆਦਮੀ ਗਲਤੀ ਦੇ ਨਾਲ ਮੈਂ ਕਹਿੰਦਾ, ਇਹਦਾ ਪਰਦਾ ਪੈ ਗਿਆ ਸਾਢੇ ਤਿੰਨ ਹੱਥ ਦੀ ਦੇਹ ਦਾ। ਇਹਨੇ ਹੁਣ ਉਹ ਰੋਸ਼ਨੀ ਸਾਰੀ ਦੀ ਸਾਰੀ ਲੁਕੋ ਲਈ, ਛੁਪਾ ਲਈ। ਹੁਣ ਵਾਹਿਗੁਰੂ ਤਾਂ ਪਤਾ ਹੀ ਨਹੀਂ ਕਿੱਥੇ ਗਿਆ, ਅਤੇ ਹੁਣ ਦਿਸਦਾ ਕੀ ਹੈ, ਉਹ ਚੀਜ਼ਾਂ ਦਿਸਦੀਆਂ ਨੇ, ਉਹ ਚੀਜ਼ਾਂ ਨੂੰ ਅਸੀਂ ਸੁਣਦੇ ਹਾਂ, ਉਹਨਾਂ ਚੀਜ਼ਾਂ ਨਾਲ ਸਾਡਾ ਵਾਹ ਪੈਂਦਾ, ਜਿਨ੍ਹਾਂ ਨੇ ਨਾਸ਼ ਹੋ ਜਾਣਾ, ਨਾਸ਼ਵਾਨ ਚੀਜ਼ਾਂ ਨਾਲ ਸਾਡਾ ਪਿਆਰ ਪੈਣ ਕਰਕੇ ਅਸੀਂ ਮਾਇਆ ਦੇ ਅਸਰ ਵਿੱਚ ਆ ਗਏ। ਹੋਰ ਮਾਇਆ ਪੈਸਾ ਟਕਾ ਨਹੀਂ ਹੁੰਦਾ, ਜਿੰਨਾ ਜੀ ਕਰਦਾ ਪੈਸਾ ਹੋਵੇ, ਜੇ ਉਹਦੇ ਪਰਮੇਸ਼ਰ ਯਾਦ ਹੈ ਤਾਂ ਉਹ ਪੈਸਾ ਕੋਈ ਵਿਘਨ ਨਹੀਂ ਪਾਇਆ ਕਰਦਾ। ਪਰ ਜਿਨ੍ਹਾਂ ਦੀ ਇੱਕ ਟੱਕ ਬਿਰਤੀ ਹੈ ਹਰ ਵਕਤ ਵਾਹਿਗੁਰੂ ਨੂੰ ਯਾਦ ਰੱਖਣਾ, ਕਦੇ ਵੀ ਭੁੱਲਣਾ ਨਾ ਇਸ ਚੀਜ਼ ਨੂੰ, ਵੀ ਉਹ ਜਿਵੇਂ ਜ਼ਮਾਨ ਕੇ ਵਿਖੇ ਸਮਸਤੇ ਜੋਤ ਹੈ ਨਾ ਘਾਟ ਹੈ ਨਾ ਬਾੜ ਘਾਟ ਹੋਤ ਹੈ, ਉਹਨਾਂ ਕੋਲ ਤਾਂ ਚਾਹੇ ਕੁਛ ਹੋਵੇ, ਪਰਿਵਾਰਾਂ 'ਚ ਰਹਿ ਕੇ ਗੁਰੂ ਮਹਾਰਾਜ ਨੇ ਦੱਸਿਆ, ਪੈਸੇ 'ਚ ਰਹਿ ਕੇ ਦੱਸਿਆ, ਉਹ ਇਹ ਜੀਵਨ ਜਾਚ ਸੀ ਸੰਸਾਰ ਦੇ ਬੰਦੇ ਨੂੰ ਕਿ ਤੂੰ ਘਰ ਬਾਰ ਨਾ ਛੱਡ, ਆਪਣੀ ਬਿਰਤੀ ਬਦਲ ਲੈ ਥੋੜ੍ਹੀ ਜਿਹੀ। ਕੇਵਲ ਬਿਰਤੀ ਬਦਲਣ ਦੇ ਨਾਲ ਫਰਕ ਪੈ ਜਾਏਗਾ, ਦੁਨੀਆ ਨਾ ਦੇਖ, ਬੰਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਏ ਉਦਾਸ। ਜਿਵੇਂ ਐਂ ਸਮਝ ਲਿਆ ਵੀ ਆ ਪਿੰਡ ਘਰ ਬਾਰ ਦਰਖਤ ਇਹ ਸਭ ਜੰਗਲੇ ਹੈ, ਅਤੇ ਮਨ ਦੇ ਵਿੱਚ ਟੁੱਟਿਆ ਰਹਿ ਹਰ ਵਕਤ ਮਾਇਆ ਦੇ ਨਾਲ ਨਾ ਮਨ ਨੂੰ ਪ੍ਰਚਾਰ, ਕਿਉਂਕਿ ਮਾਇਆ ਜਿਹੜੀ ਹੈ ਮੋਹ ਲਿਆ ਕਰਦੀ ਹੈ, ਆਦਮੀ ਦੇ ਉੱਤੇ ਅਸਰ ਹੋ ਜਾਇਆ ਕਰਦਾ। ਇਹੀ ਵਜ੍ਹਾ ਹੈ ਕਿ ਜਿਉਂ ਜਿਉਂ ਸਮਾਂ ਬੀਤਦਾ ਗਿਆ, ਸਤਿਯੁਗ ਲੰਘ ਗਿਆ, ਆਦਮੀ ਦੀ ਬਿਰਤੀ ਹੇਠਾਂ ਉੱਤਰ ਆਈ ਬਹੁਤ ਸਾਰੀ। ਪਹਿਲਾਂ ਉਹ ਗਿਆਨਵਾਨ ਪੁਰਸ਼ ਸੀ, ਦੁਆਤ੍ਰੇਤਾ ਆ ਗਿਆ, 12,96,000 ਸਾਲ ਤ੍ਰੇਤਾ ਯੁੱਗ ਦੇ ਲੰਘ ਗਏ, ਆਦਮੀ ਹੋਰ ਹੇਠਾਂ ਬਹੁਤ ਉੱਤਰ ਆਇਆ। ਦੁਆਪਰ ਆ ਗਿਆ, ਉਹਦੇ 8,64,000 ਸਾਲ ਉਹ ਵੀ ਲੰਘ ਗਏ, ਅਤੇ ਇੱਥੇ ਆ ਕੇ ਮਨੁੱਖ ਦੀ ਲੈਵਲ ਤੋਂ ਬੰਦਾ ਹੇਠਾਂ ਆ ਗਿਆ। ਹੁਣ ਕਲਯੁੱਗ ਨੂੰ ਆਏ ਨੂੰ ਕੋਈ ਤਕਰੀਬਨ 5,000 ਸਾਲ ਹੋਏ ਨੇ। ਇਹਨਾਂ 5,000 ਸਾਲਾਂ 'ਚ ਗੁਰੂ ਨਾਨਕ ਵੇਲੇ ਆਦਮੀ ਕਿਹਾ ਜਿਹਾ ਹੋ ਗਿਆ, ਮਹਾਰਾਜ ਕਹਿੰਦੇ ਭੂਤ ਆ ਗਿਆ ਬੰਦਾ, ਮਨੁੱਖਤਾ ਇਹਦੇ ਵਿੱਚ ਮਰ ਗਈ ਅਤੇ ਪ੍ਰੇਤ ਬਣ ਗਿਆ। ਕੱਲ ਮੈਂ ਪ੍ਰੇਤ ਨਿਸ਼ਾਨੀ ਕੀ ਹੈ, ਜਿਹਨ ਰਾਮ ਨਾ ਪਛਾਤਾ, ਜਿਹਨੇ ਵਾਹਿਗੁਰੂ ਦੀ ਪਛਾਣ ਨਹੀਂ ਕਰੀ, ਕਹਿੰਦੇ ਉਹ ਭੂਤ ਪ੍ਰੇਤ ਨੇ। ਸਤਿਯੁਗ ਪਰਮਹੰਸ ਵਿਚਾਰੀ, ਅਤੇ ਸਤਿਯੁਗ ਦੇ ਵਿੱਚ ਗਿਆਨਵਾਨ ਪੁਰਸ਼ ਸੀਗੇ, ਦੁਆਪਰ ਤ੍ਰੇਤੇ ਮਾਨਸ ਵਰਤੇ ਵਿਰਲੇ ਹਉ ਮੈਂ ਮਾਰੀ, ਦੁਆਪਰ ਤ੍ਰੇਤੇ 'ਚ ਮਨੁੱਖ ਸੀ। ਸੋ ਇਸ ਤਰ੍ਹਾਂ ਹੇਠਾਂ ਆ ਕੇ ਬਦਲੀ ਨਹੀਂ ਪਈ, ਮਨੁੱਖ ਵੀ ਉਹ ਜਿਹਾ, ਸੂਰਜ ਵੀ ਉਹ ਜਿਹਾ, ਚੰਦ ਤਾਰੇ ਵੀ ਉਹੋ ਜਿਹੇ ਨੇ, ਹਵਾ ਵੀ ਉਸੇ ਤਰ੍ਹਾਂ ਚੱਲਦੀ ਹੈ, ਪਰ ਬੰਦਾ ਬਦਲ ਗਿਆ, ਮਨੁੱਖ ਦਾ ਸੁਭਾਅ ਬਦਲ ਗਿਆ। ਹੁਣ ਮੈਂ ਇਸ ਗੱਲ ਦੀ ਆਪ ਨੂੰ ਬੇਨਤੀ ਕਰ ਰਿਹਾ ਸੀ ਕਿ ਮਨੁੱਖ ਦੇਖਣ ਵਿੱਚ ਉਹੋ ਜਿਹੇ ਹੀ ਨੇ, ਉਹੋ ਜਿਹਾ ਹੀ ਸਭ ਕੁਛ ਹੈ, ਸਮਾਂ ਕੱਪੜੇ ਵੀ ਸੋਹਣੇ ਪਹਿਨਦੇ ਨੇ, ਪੜ੍ਹਦੇ ਲਿਖਦੇ ਵੀ ਬਹੁਤ ਨੇ, ਪਰ ਮਹਾਰਾਜ ਕਹਿੰਦੇ ਨਹੀਂ, ਫਰਕ ਹੈ ਅੰਦਰ, ਇਹ ਤਿਰਗੁਣ ਮਾਇਆ ਦੇ ਅੰਦਰ ਖੇਡਦੇ ਨੇ, ਤਿਰਗੁਣੀ ਮਾਇਆ, ਅਤੇ ਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਬਿਹਾਨ, ਅਤੇ ਇਹ ਤਿੰਨਾਂ ਗੁਣਾਂ ਦੇ ਅੰਦਰ ਇੱਕ ਤਾਂ ਹੈ ਤਮੋ ਗੁਣ, ਇੱਕ ਹੈ ਰਜੋ ਗੁਣ ਅਤੇ ਇੱਕ ਹੈ ਸਤੋ ਗੁਣ। ਜਿਹੜਾ ਤਮੋ ਗੁਣੀ ਪੁਰਸ਼ ਹੈ ਉਹ ਕਦੇ ਭੁੱਲ ਕੇ ਵੀ ਸਤਸੰਗ 'ਚ ਨਹੀਂ ਆਏਗਾ, ਉਹ ਇਸ ਕਰਕੇ ਨਹੀਂ ਆਉਂਦਾ ਕਿ ਸਰਵਰ ਹੰਸ ਤੁਰੋਂ ਹੀ ਮੇਲਾ ਖਸਮੇ ਵੇ ਪਾਣਾ। ਵਾਹਿਗੁਰੂ ਇਹ ਭਾਈ ਗੱਲ ਵੀ ਜਿਹੜੇ ਹੰਸ ਬਿਰਤੀ ਦੇ ਪੁਰਸ਼ ਨੇ
ਉਹ ਸਤਸੰਗ 'ਚ ਜਾ ਕੇ ਆਪਣੇ ਜੀਵਨ ਮਨੋਰਥ ਨੂੰ ਸਮਝ ਕੇ ਅਤੇ ਇਸ ਮਾਨਵ ਜਨਮ ਦਾ ਪੂਰਾ ਪੂਰਾ ਲਾਹਾ ਉਠਾ ਕੇ ਜੰਮਣ ਮਰਨ ਦੇ ਚੱਕਰ 'ਚੋਂ ਨਿਕਲ ਜਾਣ। ਉਹ ਤਮੋ ਤਮੋ ਗੁਣ ਪੁਰਸ਼ ਦੀ ਨਿਸ਼ਾਨੀ ਕੀ ਹੁੰਦਾ ਹੈ ਕਿ ਉਹ ਖੱਟੀਆਂ ਸੜੀਆਂ ਹੋਈਆਂ ਬੁੱਸੀਆਂ ਹੋਈਆਂ ਮਦਰਾ ਜਿਸਨੂੰ ਸ਼ਰਾਬ ਆਖਦੇ ਨੇ ਮਾਸ ਨਿੰਦਿਆ ਚੁਗਲੀ ਈਰਖਾ ਵਕੀਲੀ ਕ੍ਰੋਧ ਲੋਭ ਮੋਹ ਹੰਕਾਰ ਆਹ ਬਿਰਤੀ ਉਸਦੀ ਹੋਏਗੀ ਅਤੇ ਉਸ ਦੇ ਅੰਦਰ ਪੂਰੀ ਤਰ੍ਹਾਂ ਹਨੇਰਾ ਹੋਣ ਕਰਕੇ ਉਹ ਸਤਸੰਗ ਦਾ ਅਧਿਕਾਰੀ ਨਹੀਂ ਹੋਇਆ ਕਰਦਾ। ਦੂਸਰਾ ਹੁੰਦਾ ਰਜੋਗੁਣੀ ਬਿਰਤੀ। ਰਜੋਗੁਣ ਬਿਰਤੀ ਵਾਲਾ ਪਹਿਲੇ ਬਿਰਤੀ ਵਾਂਗੂ ਆਲਸੀ ਨਹੀਂ ਹੋਇਆ ਕਰਦਾ, ਸੁਸਤ ਨਹੀਂ ਹੋਇਆ ਕਰਦਾ, ਦੂਸਰਿਆਂ 'ਚ ਦੋਸ਼ ਨਹੀਂ ਕੱਢਿਆ ਕਰਦਾ। ਇਹਦੇ 'ਚ ਹਿਲਜੁਲ ਹੁੰਦੀ ਹੈ ਵੀ ਮੈਂ ਸੰਸਾਰ 'ਤੇ ਰਹਿਣਾ, ਧਨ ਕਮਾ ਲਵਾਂ, ਆਪਣਾ ਨਾਮ ਕਮਾ ਲਵਾਂ, ਲੋਕ ਮੈਨੂੰ ਦੂਰ ਦੂਰ ਜਾਣਦੇ ਹੋਣ। ਉਹ ਟਿੱਕੇ ਨਹੀਂ ਬੈਠਦਾ। ਉਹ ਜੇ ਭਜਨ ਕਰਦਾ ਹੈ ਤਾਂ ਉਹਦਾ ਮਨ ਨਹੀਂ ਟਿਕ ਸਕਦਾ ਕਿਸੇ ਤਰੀਕੇ ਨਾਲ, ਕਿਉਂਕਿ ਉਹਦੇ ਉੱਤੇ ਸੰਸਕਾਰਾਂ ਦੇ ਐਸੇ ਅਸਰ ਪੈ ਗਏ ਕਿ ਉਹਦਾ ਮਨ ਨਾਮ ਵੱਲ ਲੱਗ ਨਹੀਂ ਸਕਦਾ। ਜੇ ਲੱਗਦਾ ਹੈ ਫਿਰ ਉੱਖੜ ਜਾਂਦਾ, ਜੇ ਫਿਰ ਲੱਗਦਾ ਫਿਰ ਉੱਖੜ ਜਾਂਦਾ, ਪਰ ਉਹ ਵਿਚਾਲੇ ਆ। ਅਤੇ ਇਹਦੀ ਜੋ ਖੁਰਾਕ ਹੈ ਇਹ ਚਟਪਟੀਆਂ ਚੀਜ਼ਾਂ ਹੁੰਦੀਆਂ, ਮਿਰਚ ਮਸਾਲੇ ਜ਼ਿਆਦਾ ਹੀ ਖਾਣੇ ਅਤੇ ਹੋਰ ਚਟਪਟੀਆਂ ਚੀਜ਼ਾਂ ਖਾਣੀਆਂ ਅਤੇ ਬਸਤਰ ਵੀ ਭੜਕਵੇਂ ਪਹਿਨਣੇ ਅਤੇ ਹਰ ਵਕਤ ਦੇਹ ਦੇ ਆਸ 'ਚ ਰਹਿੰਦਾ ਵੀ ਮੈਂ ਲੋਕਾਂ ਨੂੰ ਚੰਗਾ ਲੱਗਾਂ। ਤੋ ਇਸ 'ਤੇ ਉੱਤੇ ਹੁੰਦੀ ਹੈ ਸਤੋ ਗੁਣ ਬਿਰਤੀ। ਸਤੋ ਗੁਣ ਬਿਰਤੀ ਜਿਹੜੀ ਹੈ ਉਹ ਸਾਦੀ ਖੁਰਾਕ ਖਾਣ ਨਾਲ ਹੋਇਆ ਕਰਦੀ ਹੈ, ਸਾਦਾ ਸੋਚਣ ਨਾਲ, ਸੱਚ ਦੇ ਵਿੱਚ ਜੀਵਨ ਗੁਜ਼ਾਰਨ ਨਾਲ, ਦੂਸਰਿਆਂ ਦਾ ਭਲਾ ਕਰਨ ਵਾਲੀ ਅਤੇ ਸਭ ਨਾਲ ਪਿਆਰ ਕਰਨ ਵਾਲੀ ਇਹ ਬਿਰਤੀ ਸਤੋ ਗੁਣੀ ਹੁੰਦੀ ਹੈ। ਇਹਦੇ ਵਿੱਚ ਪਰਮੇਸ਼ੁਰ ਦਾ ਨਾਮ ਜਪਣ ਦਾ ਅਧਿਕਾਰ ਹੈ ਅਤੇ ਇਹ ਪਰਮੇਸ਼ੁਰ ਦਾ ਅਧਿਕਾਰ ਨਾਮ ਜਪਦੇ ਨੇ ਇਹੀ ਪੁਰਸ਼ ਜਿਹੜੇ ਨੇ ਸਤਸੰਗ 'ਚ ਆਉਂਦੇ ਨੇ। ਸੋ ਇਸ ਕਰਕੇ ਸੰਸਾਰ ਉਪਜਿਆ ਤਾਂ ਇਹ ਕੋਈ ਪਰਮੇਸ਼ੁਰ ਤੋਂ ਹੈ, ਆਪੇ ਪੱਟੀ ਕਰਮ ਆਪ ਉੱਪਰ ਲੇਖ ਵੀ ਤੋਂ, ਏਕੋ ਕਹੀਆ ਨਾਨਕਾ ਦੂਜਾ ਕਹੇ ਕੋ, ਹੁਣ ਵੀ ਵਾਹਿਗੁਰੂ 'ਚ ਹੈ ਪਰ ਆਹ ਹਨੇਰਾ ਪੈ ਗਿਆ। ਸੋ ਇਹ ਹਨੇਰੇ ਨੂੰ ਦੂਰ ਕਰਨ ਵਾਲਾ ਸੰਸਾਰ ਦੇ ਅੰਦਰ ਕੋਈ ਸਾਧਨ ਨਹੀਂ ਹੈ, ਜੇ ਹੈ ਤਾਂ ਪਰਮੇਸ਼ੁਰ ਦਾ ਨਾਮ ਹੈ। ਅਤੇ ਪਰਮੇਸ਼ੁਰ ਦੇ ਨਾਮ ਦਾ ਜੋ ਉਸਦੀ ਜੋ ਮਹਿਮਾ ਹੈ ਉਸ ਦਾ ਜ਼ਿਕਰ ਆਪਾਂ ਕਈ ਦਿਨ ਤੋਂ ਕਰ ਰਹੇ ਹਾਂ। ਗੁਰੂ ਨਾਨਕ ਪਾਤਸ਼ਾਹ ਨੇ ਮਰਦਾਨੇ ਨੂੰ ਕਿਹਾ, ਉਹਦੇ ਸਵਾਲ ਦੇ ਜਵਾਬ ਵਿੱਚ ਉਸਨੇ ਸਵਾਲ ਕੀਤਾ ਸੀ ਕਿ ਮਹਾਰਾਜ ਸੰਸਾਰ ਨਾਮ ਕਿਉਂ ਨਹੀਂ ਜਪਦਾ? ਫਿਰ ਕਹਿੰਦੇ ਮਰਦਾਨੇ ਆ, ਇੱਥੇ ਬੜੀ ਬਿਰਤੀਆਂ ਦੇ ਬੰਦੇ ਨੇ, ਇਹ ਤਾਂ ਤਿੰਨ ਮੈਂ ਬੇਨਤੀ ਕਰੀ ਹੈ ਲੇਕਿਨ ਇਹਨਾਂ ਦੇ ਮਿਕਸਚਰ ਹੋਇਆ ਕਰਦੇ ਹੈ, ਕਿਸੇ 'ਚ ਕੁਛ ਪ੍ਰਸੈਂਟ ਰਜੋਗੁਣ ਹੁੰਦਾ, ਕਿਸੇ ਸਤੋ ਗੁਣ ਹੁੰਦਾ, ਪਰ ਪ੍ਰਧਾਨ ਜਿਹੜਾ ਹੁੰਦਾ ਹੈ ਉਹ ਤਮੋ ਗੁਣ ਹੁੰਦਾ। ਉਹ ਕਹਿੰਦੇ ਇਸ ਤਰ੍ਹਾਂ ਬੰਦਿਆਂ ਦੇ ਵਿੱਚ ਫਰਕ ਪੈ ਜਾਂਦਾ, ਸੋਚਣ ਦੇ ਵਿੱਚ, ਸੁਭਾਅ ਦੇ ਵਿੱਚ, ਵਰਤ ਵਿਹਾਰ ਦੇ ਅੰਦਰ। ਇਸੇ ਕਰਕੇ ਪਰਮੇਸ਼ੁਰ ਦੀ ਸ੍ਰਿਸ਼ਟੀ ਸਾਜੀ ਹੋਈ ਆਪਣੀ ਜੋਤ ਤੋਂ ਇੱਕੋ ਜਿਹੀ ਨਹੀਂ ਹੈ, ਉਹਦੇ 'ਚ ਫਰਕ ਹੈ। ਇਸੇ ਤਰ੍ਹਾਂ ਹਰ ਬੰਦੇ ਦੀ ਸੋਚ ਵਿੱਚ ਫਰਕ ਹੈ। ਸੋ ਮਰਦਾਨਿਆਂ ਕੋਈ ਕੋਈ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਮਨ ਵਿੱਚ ਇਹ ਖਿਆਲ ਆ ਜਾਂਦਾ ਹੈ, ਜਿਹੜੇ ਜਾਣਦੇ ਨੇ ਕਿ ਮੈਂ ਪਰਮੇਸ਼ੁਰ ਨੂੰ ਐਸੇ ਜਨਮ ਦੇ ਅੰਦਰ ਪ੍ਰਾਪਤ ਕਰਕੇ ਜੰਮਣ ਮਰਨ ਦਾ ਚੱਕਰ ਕੱਟਣਾ ਹੈ, ਅਤੇ ਉਹ ਸੰਗਤ ਵਿੱਚ ਆਉਂਦੇ ਨੇ ਅਤੇ ਭਾਗਾਂ ਵਾਲੇ ਹੋਇਆ ਕਰਦੇ ਨੇ। ਇਸ ਤਰ੍ਹਾਂ ਦੇ ਨਾਲ ਮਹਾਰਾਜ ਨੇ ਫਰਮਾਨ ਕੀਤਾ। ਪੜ੍ਹੋ ਸਹੀ ਬਡਭਾਗੇ ਦੀ ਸੰਗਤ ਵਿੱਚ ਆਉਂਦੇ ਜਿਹੜੇ, ਸਹੀ ਬਡਭਾਗੇ ਦੀ ਸੰਗਤ ਵਿੱਚ ਆਉਂਦੇ ਜਿਹੜੇ, ਸੰਗਤ ਵਿੱਚ ਆਉਂਦੇ ਜਿਹੜੇ, ਸੰਗਤ ਵਿੱਚ ਆਉਂਦੇ ਜਿਹੜੇ, ਸੰਗਤ ਵਿੱਚ
ਤਿੰਨ ਕੋ ਨਾ ਤਿੰਨ ਕੋ ਨਾ ਤਿੰਨ ਕੋ ਜੋ ਹਰ ਲੜ ਲਾਗੇ ਜੰਮਣ ਮਰਨ ਤਿੰਨ ਕੋ ਜੋ ਹਰ ਲੜ ਲਾਗੇ ਉਸਨੇ ਕਿਹਾ ਕਿ ਮਹਾਰਾਜ ਸਮਝ ਜਾਣਾ ਚਾਹੀਦਾ ਤਾਂ ਆਪਨੇ ਇੱਕ ਕੌਤਕ ਵਰਤਾਇਆ, ਇੱਕ ਲਾਲ ਦੇ ਕੇ ਭੇਜਿਆ। ਆਪਨੇ ਸੁਣਿਆ ਹੀ ਹੈ ਕਿ ਜੋ ਸਬਜ਼ੀ ਫਰੋਸ਼ ਸੀ ਉਸਨੇ ਦੋ ਮੂਲੀਆਂ ਮੁੱਲ ਪਾਇਆ, ਹਲਵਾਈ ਨੇ ਅੱਧ ਸੇਰ ਮਠਿਆਈ ਮੁੱਲ ਪਾਏ, ਅਤੇ ਬਜਾਜ ਨੇ ਦੋ ਗਜ ਕੱਪੜਾ, ਇੱਕ ਚੌਰੀ ਨੇ 10 ਰੁਪਏ ਅਤੇ ਇੱਕ ਨੇ 100 ਰੁਪਈਆ। ਜਦੋਂ ਸਾਲਸਰਾਏ ਪਾਸ ਪਹੁੰਚਦਾ, ਉਸ ਵੇਲੇ ਸਾਲਸਰਾਏ ਦੇਖ ਕੇ ਹੀ ਹੈਰਾਨ ਹੋ ਗਿਆ ਅਤੇ ਕਹਿਣ ਲੱਗਿਆ ਵੀ ਇਹਦਾ ਮੁੱਲਕ ਤਾਂ ਹੈ ਨਹੀਂ ਸੰਸਾਰ ਦੇ ਅੰਦਰ, ਇਹਦੇ ਤਾਂ ਦਰਸ਼ਨ ਕਰਨ ਦੀ ਭੇਟਾ ਹੀ 100 ਰੁਪਈਆ। ਸੋ ਇਸ ਤੋਂ ਬਾਅਦ ਕਾਫੀ ਬਾਤਚੀਤ ਇਹਨਾਂ ਦੀ ਹੋਈ ਅਤੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਆ ਗਿਆ ਅਤੇ ਉੱਥੇ ਆ ਕੇ ਉਸਨੇ ਲਾਲ ਦੀ ਤਾਰੀਫ ਕਰੀ, ਪ੍ਰਸ਼ਾਦਾ ਲੈ ਆਇਆ, ਸੱਚੇ ਪਾਤਸ਼ਾਹ ਬਹੁਤ ਕੀਮਤੀ ਲਾਲ ਹੈ। ਮੈਂ ਮਹਾਰਾਜ ਕਹਿਣ ਲੱਗੇ ਸਾਲਸਰਾਏ ਤੇਰੇ ਕੋਲ ਤਾਂ ਇਸ ਤੋਂ ਵੀ ਵੱਧ ਕੀਮਤੀ ਚੀਜ਼ਾਂ ਨੇ। ਇੱਕ ਵਾਰੀ ਅਜਾਮਲ ਨੇ ਨਾਰਾਇਣ ਕਿਹਾ ਸੀ ਇੱਕ ਸਵਾਸ ਦੇ ਅੰਦਰ, ਸਵਾਸ ਤਾਂ ਬਹੁਤ ਵੱਡਾ ਚਿਰ ਲੱਗਦਾ ਕਿਉਂਕਿ ਇੱਕ ਮਿੰਟ ਦੇ ਅੰਦਰ 12 ਸਵਾਸ
ਉਸ ਪੁਰਸ਼ ਨੂੰ ਆਉਂਦੇ ਨੇ ਜਿਹੜਾ ਰਾਮ ਨਾਲ ਬੈਠਾ, 18 ਉਹਨੂੰ ਆਉਂਦੇ ਨੇ ਜਿਹੜਾ ਚੱਲਦਾ, 24 ਉਸ ਨੂੰ ਆਉਂਦੇ ਨੇ ਜਿਹੜਾ ਸੁੱਤਾ ਪਿਆ। ਜਾਗਣ ਨਾਲੋਂ ਸੁੱਤੇ ਪਏ ਦੀ ਉਮਰ ਦੁੱਗਣੀ ਘੱਟ ਜਾਂਦੀ ਹੈ। ਵਿਸ਼ੇ ਵਿਕਾਰਾਂ ਭੋਗਾਂ 'ਚ ਪਏ ਨੂੰ ਚੌਂਹਟ ਆਉਂਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਵੀ ਸਵਾਸ ਤਾਂ ਬਹੁਤ ਲੰਮੀ ਚੀਜ਼ ਹੈ, 1 ਮਿੰਟ 'ਚ 12 ਆਏ ਤਾਂ 5 ਸੈਕਿੰਡ ਇੱਕ ਸਵਾਸ ਨੂੰ ਲੱਗਦੇ ਨੇ। ਇਸ ਤੋਂ ਵੀ ਛੋਟਾ ਅੱਖ ਦੇ ਝਮਕੇ ਤੋਂ 15 ਗੁਣਾ ਘੱਟ ਟਾਈਮ ਦੇ ਅੰਦਰ ਇੱਕ ਐਸਾ ਪੁਰਸ਼ ਹੋਇਆ ਜਿਸਨੇ ਸਾਰੀ ਜ਼ਿੰਦਗੀ ਪਾਪਾਂ 'ਚ ਗੁਜ਼ਾਰੀ, ਪਰ ਉਸਨੇ ਇੱਕੋ ਵਾਰੀ ਪਰਮੇਸ਼ੁਰ ਦਾ ਨਾਮ ਉਚਾਰਿਆ। ਅੰਤ ਦਾ ਸਮਾਂ, ਜਮਦੂਤਾਂ ਨੇ ਆ ਕੇ ਫੜ ਲਿਆ। ਉਸ ਵੇਲੇ ਪੁੱਤਰ ਨੂੰ ਆਵਾਜ਼ ਦਿੱਤੀ, ਅੰਤਕਾਲ ਜਮਦੂਤ ਵੇਖ ਪੁੱਤ ਨਾਰਾਇਣ ਬੋਲੇ ਛਾਇਆ। ਹੋਇਆ ਕਿ ਜਮਗਣ ਮਾਰੇ ਹਰਜਨਾ, ਗਿਆ ਸੁਰਗ ਜਮ ਡੰਡ ਨਾ ਸਹਿਆ, ਨਾਏ ਲਏ ਦੁੱਖ ਡੇਰਾ ਟਹਿਆ। ਇੱਕੋ ਵਾਰੀ ਨਾਮ ਜਪਣ ਦੇ ਨਾਲ ਦੁੱਖਾਂ ਦਾ ਡੇਰਾ ਟਹਿ ਗਿਆ। ਕਹਿਣ ਲੱਗੇ ਉਹ ਨਾਮ ਕਿੰਨਾ ਕੀਮਤੀ ਹੈ, ਉਹਦੀ ਕੋਈ ਪਛਾਣ ਹੈ? ਚਰਨਾਂ 'ਤੇ ਟਹਿ ਪਿਆ। ਕਹਿੰਦਾ ਮਹਾਰਾਜ, ਮੈਨੂੰ ਨਾਮ ਦਾ ਨਹੀਂ ਪਤਾ, ਕਿਉਂਕਿ ਮੈਂ ਦੁਨੀਆਦਾਰ ਬੰਦਾ ਹਾਂ। ਉਹ ਕਹਿਣ ਲੱਗੇ ਨਾਮ ਦਾ ਤਾਂ ਕੋਈ ਮੁਕਾਬਲਾ ਨਹੀਂ ਕਰ ਸਕਦਾ, ਕੋਈ ਅੱਜ ਤੱਕ ਸੰਸਾਰ 'ਚ ਨਹੀਂ ਆਇਆ ਜਿਹੜਾ ਪਰਮੇਸ਼ੁਰ ਦੇ ਨਾਮ ਦਾ ਕੋਈ ਮੁੱਲ ਦੱਸ ਸਕੇ। ਨਾਮੇ ਅਮੁੱਲਾ ਜੀ ਮੇਰੇ ਸਾਹਿਬ ਦਾ, ਕਿੱਥੇ ਹੈ? ਕੱਲ੍ਹ ਮੈਂ ਬੇਨਤੀ ਕੀਤੀ ਸੀ ਕਿ ਸਭ ਦੇ ਅੰਦਰ ਉਹ ਪਰਮੇਸ਼ੁਰ ਦਾ ਨਾਮ ਹੈ। ਨਾਮ ਕਰਕੇ ਹੀ ਸਾਰੇ ਬ੍ਰਹਿਮੰਡ ਖੜ੍ਹੇ ਨੇ, ਨਾਮ ਕਰਕੇ ਹੀ ਸਾਰਾ ਜੀਵਨ ਹੈ। ਜੇ ਨਾਮ ਨਾ ਹੋਵੇ ਇੱਥੇ ਕੁਛ ਵੀ ਨਾ ਹੋਵੇ। ਇਹ ਓਂਕਾਰ ਦਾ ਜੋ ਸਰੂਪ ਹੈ ਉਹ ਨਾਮ ਹੀ ਹੈ, ਸ਼ਬਦ ਹੀ ਹੈ, ਅਤੇ ਉਹਦੇ ਕਰਕੇ ਹੀ ਸਾਰੀ ਸ੍ਰਿਸ਼ਟੀ ਨਜ਼ਰ ਆ ਰਹੀ ਹੈ। ਅਤੇ ਉਹਦਾ ਕੌਣ ਮੁੱਲ ਪਾ ਦਿਉ ਜਿਹੜਾ ਉੱਥੋਂ ਪੈਦਾ ਹੋਇਆ, ਉਹਨੂੰ ਕੀ ਪਤਾ ਹੈ ਵੀ ਕਿੰਨਾ ਹੈ? ਇਹ ਬ੍ਰਹਿਮੰਡ ਦਾ ਹੀ ਨਹੀਂ ਪਤਾ। ਇੱਕ ਬ੍ਰਹਿਮੰਡ ਦੇ ਉੱਤੇ ਸਾਇੰਸ ਖੜ੍ਹੀ ਸੀ, ਦੂਰਬੀਨਾਂ ਹੋਰ ਤੇਜ਼ ਬਣਾ ਲਈਆਂ, ਵੱਡੇ ਵੱਡੇ ਉਹਨਾਂ ਨੂੰ ਸ਼ੀਸ਼ੇ ਲੱਗ ਗਏ, ਲੰਮੀਆਂ ਹੋ ਗਈਆਂ। ਕਿਸੇ ਸਾਇੰਸਦਾਨ ਨੇ ਕਿਹਾ ਵੀ ਉੱਤੇ ਹੋਰ ਆ ਧਰਤੀ, ਸਾਰੀ ਦੁਨੀਆ ਚੰਬੇ 'ਚ ਪੈ ਗਈ ਵੀ ਹੈ, ਤੋਂ ਗਾਹਾਂ ਵੀ ਹੋਰ ਕੁਛ ਹੈ। ਕਹਿੰਦੇ ਕਿੰਨੀ ਕੁ ਦੂਰ ਹੈ? ਕਹਿੰਦੇ 4 ਅਰਬ ਸਾਲ ਉਹਦੀ ਰੋਸ਼ਨੀ ਪਹੁੰਚਣ ਨੂੰ ਲੱਗਦੇ ਆ ਇੱਥੇ। ਯਾਨੀ ਅੱਜ ਜਿਹੜੀ ਰੋਸ਼ਨੀ ਹੁਣ ਤੁਰੀ ਹੈ ਇਹ ਉਸ ਵੇਲੇ ਧਰਤੀ 'ਤੇ ਪਹੁੰਚੂ ਜਾਂ ਧਰਤੀ ਦਾ ਨਾਮ ਨਿਸ਼ਾਨ ਮਿਟ ਜਾਏਗਾ। ਕਿੰਨੀ ਕੁ ਦੂਰ ਹੋਇਆ? 1 ਮਿੰਟ ਦੇ ਅੰਦਰ ਰੋਸ਼ਨੀ ਕਿੰਨਾ ਚੱਲਦੀ ਹੈ? ਸੋ ਇਹ ਸਪੀਡ ਦੇ ਨਾਲ ਗਿਣਤੀਆਂ ਮਿਣਤੀਆਂ ਮੁੱਕ ਜਾਂਦੀਆਂ। ਦੂਸਰੇ ਨੇ ਫਿਰ ਕਹਿ ਦਿੱਤਾ 10-15 ਸਾਲ ਤੋਂ ਬਾਅਦ। ਉਹ ਕਹਿਣ ਲੱਗੇ ਉੱਥੇ ਹੀ ਬਸ ਨਹੀਂ ਹੈ, ਅਤੇ ਇੱਕ ਹੋਰ ਬ੍ਰਹਿਮੰਡ ਨਜ਼ਰ ਆ ਗਿਆ। ਕਹਿੰਦੇ ਉਹ ਕਿੰਨੀ ਦੂਰ ਹੈ? ਕਹਿੰਦੇ ਉਹਨੂੰ 14 ਅਰਬ ਸਾਲ ਲੱਗਦੇ ਨੇ ਰੋਸ਼ਨੀ ਪਹੁੰਚਣ ਨੂੰ ਇੱਥੇ, ਇੰਨੀ ਦੂਰ ਹੈ। ਮਹਾਰਾਜ ਨੇ ਕਿਹਾ ਬਈ ਲੇਖਾ ਹੋਏ ਤਾਂ ਲਿਖੀਏ, ਲੇਖਾ ਹੋਏ ਵਿਨਾਸ਼। ਇਹ ਤਾਂ ਮੁੱਕਦਾ ਹੀ ਨਹੀਂ ਕੰਮ, ਨਾ ਕਿਤੇ ਮੁੱਕਣੇ ਨੇ ਖੰਡ ਬ੍ਰਹਿਮੰਡ। ਆਦਮੀ ਦੀ ਅਕਲ ਜਿਹੜੀ ਹੈ
ਉਹ ਖੋਜ ਨਹੀਂ ਕਰ ਸਕਦੀ ਕਿਉਂਕਿ ਨਾ ਮੁੱਕਣ ਵਾਲੀ ਚੀਜ਼ ਹੈ। ਸੋ ਉਹ ਸਾਰੀਆਂ ਚੀਜ਼ਾਂ ਨਾਮ ਦੇ ਆਸਰੇ ਖੜੀਆਂ ਨੇ, ਪਰਮੇਸ਼ੁਰ ਦੇ ਨਾਮ ਦੇ ਆਸਰੇ, ਉਹਦੇ ਆਸਰੇ ਹੀ ਸਾਡੀ ਜ਼ਿੰਦਗੀ ਹੈ। ਔਰ ਉਹ ਸਾਡੇ ਵਿੱਚ ਨਾਮ ਹੈ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ, ਸੁਨ ਸਮਾਧ ਅਨਹਤ ਤੈਨਾਤ, ਕਹਿ ਨਾ ਜਾਈਏ ਚਾਰਜ ਵਿਸਮਾਤ। ਉਹ ਜਿਸ ਨੂੰ ਨਾਮ ਪ੍ਰਾਪਤ ਹੋ ਗਿਆ, ਉੱਥੋਂ ਤਾਂ ਪਤਾ ਲੱਗਦਾ ਹੈ ਬਈ ਨਾਮ ਦੀਆਂ ਕੀ ਸ਼ਕਤੀਆਂ ਨੇ, ਕਿੰਨੀ ਕੁ ਸ਼ਕਤੀ ਦਾ ਹੈ, ਲੇਕਿਨ ਪੂਰੀ ਨੇ ਪੂਰਾ ਫਿਰ ਵੀ ਨਹੀਂ ਪਤਾ ਲੱਗਦਾ। ਕਬੀਰ ਸਾਹਿਬ ਬਾਹਰ ਗਏ ਹੋਏ ਨੇ ਤਾਂ ਉਸ ਵੇਲੇ ਇੱਕ ਰਾਜਾ ਜਿਸ ਦਾ ਸਰੀਰ ਕੋਹੜ ਨਾਲ ਬਹੁਤ ਹੀ ਦੁਖੀ ਹੈ, ਉਹ ਆ ਗਿਆ ਕਿ ਪੁੱਛਣ ਲੱਗਿਆ ਵੀ ਮੈਂ ਕਬੀਰ ਸਾਹਿਬ ਨੂੰ ਮਿਲਣਾ ਸੀ, ਕਾਰਨ ਦੱਸਿਆ ਕਿ ਮੈਂ ਬਹੁਤ ਦੁਖੀ ਹਾਂ। ਉਸ ਵੇਲੇ ਮਾਤਾ ਜੀ ਦੇ ਮਨ ਵਿੱਚ ਰਹਿਮ ਆਇਆ, ਦਇਆ ਆਈ, ਕਿਉਂਕਿ ਦਇਆ ਧਰਮ ਕਾ ਮੂਲ ਹੈ, ਇਹ ਜੜ ਹੁੰਦੀ ਹੈ ਦਇਆ। ਜੇ ਦਇਆ ਹੀ ਨਹੀਂ ਹੈ, ਦਇਆ ਬਿਨਾਂ ਸਿੱਧ ਕਸਾਈ, ਤਾਂ ਆਦਮੀ ਜਪ ਤਪ ਕਰਦਾ, ਜੇ ਹਿਰਦੇ 'ਚ ਦਇਆ ਨਹੀਂ ਹੈ, ਜੀ ਦਇਆ ਨਹੀਂ ਪਾਲੀ, 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਕਿਸੇ ਜੀਵ 'ਤੇ ਦਇਆ ਕਰ ਦੇਣੀ, 68 ਤੀਰਥਾਂ ਦਾ ਫਲ ਉਹਨੂੰ ਜਦੋਂ ਹੀ ਪ੍ਰਾਪਤ ਹੋ ਜਾਂਦਾ। ਸੋ ਮਨ 'ਚ ਦਇਆ, ਸੰਤ ਸਦਾ ਹੀ ਦਇਆ 'ਚ ਰਹਿੰਦੇ ਨੇ, ਦੂਸਰੇ ਦਾ ਭਲਾ ਕਰਨਾ ਲੋਚਦੇ ਨੇ ਹਰ ਵਕਤ, ਆਪ ਖੇਚਲਾਂ 'ਚ ਪੈ ਕੇ ਵੀ, ਤਕਲੀਫ਼ ਉਠਾ ਕੇ ਵੀ ਦੂਸਰੇ ਦਾ ਭਲਾ ਕਰਦੇ ਆ, ਕਿਉਂਕਿ ਦਇਆ ਹੁੰਦੀ ਆ ਉਹਨਾਂ ਦੇ ਹਿਰਦੇ 'ਚ। ਮਨ 'ਚ ਦਇਆ ਆਈ ਤਾਂ ਕਹਿਣ ਲੱਗੀ ਵੀ ਰਾਜਨ ਚੌਂਕੜੀ ਮਾਰ ਕੇ ਬਹਿ ਜਾ, ਬੋਲ ਰਾਮ ਇੱਕ ਵਾਰੀ ਕਹਾ ਤਾਂ, ਕਹਿੰਦੇ ਫੇਰ ਬੋਲ ਰਾਮ, ਦੂਸਰੀ ਵਾਰੀ ਕਹਾ ਤਾਂ, ਕਹਿੰਦੇ ਫੇਰ ਬੋਲ ਰਾਮ, ਤੀਜੀ ਵਾਰੀ ਕਹਾ ਤਾਂ, ਕਹਿੰਦੇ ਜਾ ਹੁਣ ਨਵੇਂ ਵਸਤਰ ਇਸ਼ਨਾਨ ਕਰਕੇ ਪਹਿਨ ਲੈ, ਇਹਨਾਂ ਨੂੰ ਛੱਡ ਦੇ ਹੁਣ ਜਿਹੜੇ ਪਹਿਨੇ ਹੋਏ। ਵਾਪਸ ਡੇਰੇ ਆ ਗਿਆ, ਇਸ਼ਨਾਨ ਕਰਿਆ, ਹੈਰਾਨ ਹੋ ਗਿਆ ਬਈ ਕੰਚਨ ਵਰਗਾ ਸਰੀਰ ਨਿਕਲਿਆ, ਬਿਮਾਰੀ ਕਿੱਥੇ ਚਲੀ ਗਈ, ਕਿਉਂਕਿ ਸਰਵ ਰੋਗ ਕੋ ਔਖਧ ਨਾਮ, ਸਾਰੀਆਂ ਬਿਮਾਰੀਆਂ ਦਾ ਇਲਾਜ ਨਾਮ ਹੈ। ਜੇ ਕਿਤੇ ਸੰਸਾਰ ਦੀ ਇਹ ਸਮਝ ਵਿੱਚ ਆ ਜਾਵੇ, ਇੱਕ ਵੀ ਹਸਪਤਾਲ ਦੀ ਲੋੜ ਨਹੀਂ ਹੈ। ਐਸੇ ਪ੍ਰਤੱਖ ਬਾਤਾਂ ਰੋਜ਼ ਵਰਤਦੀਆਂ ਨੇ, ਲੇਕਿਨ ਸਾਨੂੰ ਨਹੀਂ ਇਸ ਗੱਲ ਦਾ ਪਤਾ। ਹਸਪਤਾਲ 'ਤੇ ਹਸਪਤਾਲ ਬਣਦਾ ਤੁਰਿਆ ਜਾਂਦਾ, ਉਹ ਨਾਮ ਦਾ ਪਤਾ ਹੀ ਨਹੀਂ ਵੀ ਜੇ ਅੰਦਰ ਚਲੇ ਜਾਈਏ ਤਾਂ ਆਦਿ ਸ਼ਕਤੀ ਦੇ ਨਾਲ ਜੇ ਸਾਡੀ ਸੁਰਤੀ ਜੁੜ ਜਾਵੇ, ਆਪ ਇਹ ਰਾਜ਼ੀ ਨਹੀਂ ਹੁੰਦਾ, ਸਾਰੇ ਸੰਸਾਰ ਨੂੰ ਰਾਜ਼ੀ ਕਰ ਦਿੰਦਾ। ਗੁਰੂ ਨਾਨਕ ਪਾਤਸ਼ਾਹ ਜੇ ਰਾਤ ਨੂੰ ਜਾ ਕੇ ਕੀਰਤਨ ਕਰਦੇ ਨੇ, ਕੋਹੜੀ ਦੀ ਝੌਂਪੜੀ ਦੇ ਬਾਹਰ ਬੈਠ ਕੇ, ਤਾਂ ਉਹ ਪਹਿਲੀ ਸੁਰ ਦੇ ਨਾਲ ਇਹ ਉਸੇ ਵੇਲੇ ਠੀਕ ਹੋਣਾ ਸ਼ੁਰੂ ਹੋ ਗਿਆ, ਰੌਲਾ ਪਾ ਤਾ ਉਹਨੇ। ਮਹਾਰਾਜ ਨੇ ਅੰਮ੍ਰਿਤ ਵੇਲੇ ਇਸ਼ਨਾਨ ਕਰਿਆ, ਕਹਿੰਦੇ ਇੱਥੇ ਕਰ ਲੈ ਇਸ਼ਨਾਨ ਹੈ ਜਲ ਦੇ ਵਿੱਚ। ਉਸ ਨੇ ਇਸ਼ਨਾਨ ਕਰਿਆ, ਠੀਕ ਹੋ ਗਿਆ, ਸ਼ਹਿਰ 'ਚ ਰੌਲਾ ਪਾ ਤਾ ਬਈ ਕੋਈ ਐਸਾ ਵੈਦ ਆਇਆ ਰੋਗੀਆਂ ਦਾ ਰੂ ਦੂਰ ਕਰਨ ਵਾਸਤੇ, ਇਕੱਠ ਹੋ ਗਿਆ, ਬਿਮਾਰੇ ਬਿਮਾਰ ਆ ਗਏ। ਮਹਾਰਾਜ ਕਹਿੰਦੇ ਪੈਂਦਾ ਅੰਦਰੋਂ ਰਾਜ਼ੀ ਹੋ ਜਾਓ ਭਾਈ, ਫਿਰ ਬਾਹਰ ਰਾਜ਼ੀ ਤੁਸੀਂ ਆਪੇ ਹੀ ਹੋ ਜਾਓਗੇ, ਕਿਉਂਕਿ ਰੋਗ ਦੀ ਜੜ ਜਿਹੜੀ ਹੁੰਦੀ ਹੈ ਖਸਮ ਬਸਾਰ ਕੀਏ ਰਸ ਭੋਗ, ਤਾਂ ਤੁਹਾਨੂੰ ਉੱਠ ਖਲੋਏ ਰਹੋ, ਪਰਮੇਸ਼ੁਰ 'ਤੇ ਭੁੱਲੀਆਂ ਵਿਆਪਨ ਸਭੇ ਰਹੋ। ਸੋ ਪਰਮੇਸ਼ੁਰ ਦਾ ਜੋ ਨਾਮ ਹੈ ਉਹਦੇ ਨਾਲ ਜੁੜ ਕੇ ਰਹਿਣਾ, ਉਹ ਆਪ ਹੀ ਰਾਜ਼ੀ ਨਹੀਂ ਹੁੰਦਾ, ਸਾਰੇ ਸੰਸਾਰ ਨੂੰ ਰਾਜ਼ੀ ਹੋਣ ਦੀ ਦਵਾਈ ਉਹਦੇ ਕੋਲ ਹੁੰਦੀ ਹੈ। ਸੋ ਇਹ ਗੱਲ ਦੇ ਨਾਲ ਰਾਜਾ ਰਾਜ਼ੀ ਹੋ ਗਿਆ, ਸ਼ਹਿਰ 'ਚ ਚਰਚਾ ਛਿੜਕੀ, ਅਤੇ ਕਬੀਰ ਸਾਹਿਬ ਜਦ ਵਾਪਸ ਆਏ, ਉਹਨਾਂ ਨੂੰ ਕਿਸੇ ਪ੍ਰੇਮੀ ਨੇ ਕਿਹਾ ਕਿ ਮਹਾਰਾਜ ਤੁਸੀਂ ਤਾਂ ਜੋ ਸੀ ਮਾਤਾ ਲੋਈ, ਤਿੰਨ ਵਾਰੀ ਰਾਮ ਕਹਾ ਕੇ ਰਾਜੇ ਦਾ ਕੋੜ ਦੂਰ ਕਰਤਾ। ਕਬੀਰ ਸਾਹਿਬ ਨੂੰ ਖੁਸ਼ੀ ਨਹੀਂ ਹੋਈ ਇਹ ਗੱਲ ਸੁਣ ਕੇ, ਥੋੜ੍ਹਾ ਮਨ ਵਿੱਚ ਆਇਆ ਖਿਆਲ ਕਿ ਉਸ ਨੂੰ ਤਾਂ ਇਹ ਪਤਾ ਹੀ ਨਹੀਂ ਹੈ ਵੀ ਤਿੰਨ ਵਾਰ ਕਹਾਉਣ ਦੀ ਲੋੜ ਹੀ ਨਹੀਂ ਹੁੰਦੀ, ਅਤੇ ਥੋੜ੍ਹੀ ਨਾਰਾਜ਼ੀ ਜਿਸ ਤਰ੍ਹਾਂ ਗੁਰਮੁਖਾਂ ਦੀ ਨਾਰਾਜ਼ੀ ਪਾਣੀ ਦੀ ਲੀਕ ਹੋਇਆ ਕਰਦੀ ਹੈ, ਮਨਮੁੱਖ ਦੀ ਨਾਰਾਜ਼ੀ ਪੱਥਰ ਦੀ ਲੀਕ ਹੋਇਆ ਕਰਦੀ, ਇੱਕ ਵਾਰੀ ਨਾਰਾਜ਼ ਹੋ ਜਾਏ ਵੱਡੇ ਤੇ ਵੱਡਾ ਆਪਣਾ ਨੁਕਸਾਨ ਕਰ ਲਏਗਾ, ਝੀਲ ਵਿੱਚ ਛਾਲ ਮਾਰੂ ਗੱਡੀ ਦੇ ਥੱਲੇ ਆਜੂਗਾ, ਜ਼ਹਿਰ ਖਾ ਲਏਗਾ ਮਰ ਜਾਏਗਾ, ਕਿਉਂਕਿ ਮਨਮੁੱਖ ਦਾ ਗੁੱਸਾ ਹੈ, ਜਾਂ ਕਿਸੇ ਨੂੰ ਮਾਰ ਦੇਗਾ ਨੁਕਸਾਨ ਕਰ ਦੇਗਾ। ਗੁਰਮੁਖ ਦਾ ਗੁੱਸਾ ਉੱਤੇ ਉੱਤੇ ਹੀ ਹੁੰਦਾ, ਦੀ ਸਾਵਥਾਂ ਬਹੁਤ ਪਿਆਲਾ। ਮਹਾਰਾਜ ਕਹਿੰਦੇ ਦਿਖਦਾ ਤਾਂ ਅਸੀਂ ਇਹੋ ਜਿਹਾ ਜਾਂ ਗੁੱਸੇ ਹੁੰਦੇ ਹਾਂ ਬਈ ਬਹੁਤ ਭਿਆਨਕ ਸਰੂਪ ਹੈ, ਪਰ ਅੰਦਰੋਂ ਅਸੀਂ ਉਹਦੇ ਚਰਨਾਂ ਦੀ ਧੂੜ ਬਣੇ ਹੁੰਦੇ। ਸੋ ਥੋੜ੍ਹਾ ਨਾਰਾਜ਼ ਹੋਏ ਤਾਂ ਮਾਤਾ ਜੀ ਨੂੰ ਪਤਾ ਲੱਗ ਗਿਆ, ਨਮਸਕਾਰ ਕੀਤੀ, ਮੰਨੀ ਨਾ ਆਪਣੇ, ਕਹਿਣ ਲੱਗੇ ਨਾਰਾਜ਼ ਨੇ, ਅਤੇ ਫਿਰ ਬੇਨਤੀ ਕੀਤੀ ਕਿ ਕਰਵਤ ਪਲਾਕ ਨਾ ਕਰਵਟ ਤੇਰੀ, ਲਾ ਗਲੇ ਸੁਣ ਬੇਨਤੀ ਮੇਰੀ,
ਹਉ ਵਾਰੀ ਮੁਖ ਫੇਰ ਪਿਆਰੇ, ਕਰਬਟ ਦੇ ਮੋਹ ਕੋ ਕਾਹੇ ਕੋ ਮਾਰੇ। ਜੋ ਤਨ ਚੀਰੇ ਤਾਂਗ ਨਾ ਮੋਰੋ, ਪਿੰਡ ਪਰੈ ਤੋ ਪ੍ਰੀਤ ਨਾ ਤੋਰ, ਹਮ ਤੁਮ ਬੀਚ ਪਇਓ ਨਹੀਂ ਕੋਈ, ਤੁਮੇ ਸੋ ਕੰਤ ਨਾਰ ਹਮ ਸੋਈ। ਕਹਿਣ ਲੱਗੇ ਕੋਈ ਚੁਗਲ ਮਨੀ ਆਇਆ, ਤੁਸੀਂ ਨਾਰਾਜ਼ੀ ਦਾ ਕਾਰਨ ਤਾਂ ਦੱਸੋ। ਕਹਿਤ ਕਬੀਰ ਸੁਣੋ ਰਹੀ ਲੋਈ, ਕਹਿੰਦੇ ਸੁਣੋ ਧਿਆਨ, ਅਬ ਤੁਮਰੀ ਪ੍ਰਤੀਤ ਨਾ ਹੋਈ, ਮੈਨੂੰ ਤੇਰੀ ਪ੍ਰਤੀਤ ਬਹੁਤ ਸੀ ਵੀ ਤੂੰ ਗਿਆਨਵਾਨ ਹੈ, ਸਾਧੂਆਂ ਦੀ ਸੰਗਤ ਕਰਦੀ, ਪਰ ਤੈਂ ਤਿੰਨ ਵਾਰੀ ਕਿਉਂ ਰਾਮ ਕਹਾਇਆ। ਸੋ ਇਸ ਦੇ ਨਾਲ ਇਸ ਤਰ੍ਹਾਂ ਪੜ੍ਹ ਲਓ ਸਾਰੇ। ਲੋਈਏ ਰਾਮ ਪਿਆਰੀਏ, ਪਰ ਰਾਮ ਕਹਾਇਆ, ਸਮਝਦਾ ਸੀ ਕਿ ਤੈਨੂੰ ਨਾਮ ਦੀ ਮਹਿਮਾ ਦਾ ਪਤਾ ਹੈ, ਪਰ ਤੈਂ ਇੰਨਾ ਸਸਤਾ ਲਾ ਤਾ, ਤਿੰਨ ਵਾਰ ਕਹਾਉਣ ਦੀ ਕੀ ਲੋੜ ਸੀ, ਤੂੰ ਇੱਕੋ ਵਾਰੀ ਕਹਾ ਦਿੰਦੀ। ਬੇਨਤੀ ਕਰੀ ਕਿ ਮਹਾਰਾਜ ਇਸੇ ਗੱਲ ਦੀ ਨਾਰਾਜ਼ੀ ਹੈ। ਕਹਿੰਦੇ ਹਾਂ, ਕਹਿੰਦੇ ਫਿਰ ਮੇਰੀ ਬੇਨਤੀ ਆਪ ਧਿਆਨ ਨਾਲ ਸਰਵਣ ਕਰੋ ਕਿ ਪਹਿਲਾ ਰਾਮ ਤਾਂ ਮੈਂ ਇਸ ਵਾਸਤੇ ਕਹਾਇਆ ਸੀ ਕਿ ਇਹਦੇ ਜਿਹੜੇ ਕਰੋੜਾਂ ਜਨਮਾਂ ਦੇ ਪਾਪ ਨੇ, ਜਿਨ੍ਹਾਂ ਦਾ ਫਲ ਸਰੂਪ ਇਸ ਨੂੰ ਕੁਸ਼ਟ ਰੋਗ ਹੋਇਆ, ਉਹ ਪਾਪਾਂ ਦਾ ਮੈਂ ਜੜ ਕੱਟੀ, ਪਹਿਲਾਂ ਰੋਗ ਦੀ ਜੜ ਕੱਟਦੀ। ਦੂਸਰਾ ਜਿਹੜਾ ਮੈਂ ਕਹਾਇਆ ਰਾਮ, ਉਹ ਇਸ ਦਾ ਰੋਗ ਦੂਰ ਕਰਨ ਵਾਸਤੇ ਕਹਾਇਆ। ਤੀਸਰਾ ਰਾਮ ਮੈਂ ਇਸ ਨੂੰ ਮੰਤਰ ਰੂਪ 'ਚ ਦਿੱਤਾ ਤਾਂ ਕਿ ਮੁੜ ਕੇ ਪਾਪਾਂ 'ਚ ਪਰਿਵਰਤਨ ਹੋ ਜਾਵੇ ਅਤੇ ਬੰਦਗੀ ਕਰੇ। ਸੋ ਇਸ ਤਰ੍ਹਾਂ ਮੈਂ ਤਾਂ ਸਸਤਾ ਨਹੀਂ ਰਾਮ ਲਟਾਇਆ। ਸੋ ਮਹਾਰਾਜ ਫਰਮਾਨ ਕਰਦੇ ਨੇ ਕਿ ਸਾਲ ਸਰਾਏ, ਇਹ ਜਿਹੜੇ ਲਾਲ ਲੂਲ ਨੇ ਤਾਂ ਕੋਈ ਕੀਮਤ ਨਹੀਂ ਹੁੰਦੀ, ਅਤੇ ਕੀਮਤੀ ਚੀਜ਼ ਤਾਂ ਮਨੁੱਖ ਦੇ ਸਭ ਮਨੁੱਖਾਂ ਕੋਲ ਹੈ, ਪਰ ਕੰਗਾਲ ਬਣੇ ਪਏ ਨੇ ਕਿਉਂਕਿ ਨਾਮ ਦਾ ਨਹੀਂ ਪਤਾ ਲੱਗਦਾ। ਜੇ ਨਾਮ ਦਾ ਪਤਾ ਲੱਗ ਜਾਵੇ, ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ,
ਜਿਸ ਦਾ ਸੰਪਰਕ ਨਾਮ ਨਾਲ ਹੋ ਗਿਆ ਅੰਦਰ ਅਤੇ ਨਾਮ ਪ੍ਰਗਟ ਹੋ ਗਿਆ ਅੰਦਰੋਂ ਹੀ, ਕਹਿੰਦੇ ਸਾਰੀਆਂ ਸ਼ਕਤੀਆਂ ਸਾਰੀਆਂ ਦੌਲਤਾਂ ਉਹਦੇ ਪਿੱਛੇ ਲੱਗੀਆਂ ਫਿਰਦੀਆਂ ਅਤੇ ਸਾਰਾ ਸੰਸਾਰ ਇਹ ਉਹਦੀ ਪੂਜਾ ਕਰਦਾ, ਮਾਨਤਾ ਦਿੰਦਾ। ਜਿਹਨਾਂ ਹੈਗਾ ਮਾਇਆ ਵਾਲਾ ਬੰਦਾ, ਜੇ ਜੁਗ ਚਾਰੇ ਆਰ ਜਾ ਹੋਰ ਸੋਹਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚਲੇ ਸਭ ਕੋਈ, ਚੰਗਾ ਨੌਂ ਰਖਾਏ ਕਹਿ ਜਸ ਕੀਰਤ ਜਗ ਲੇ। ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸਤ। ਦੋਸ਼ੀਆਂ ਦੇ ਵਿੱਚੋਂ ਵੀ ਜਿਹੜਾ ਵੱਡਾ ਦੋਸ਼ੀ ਹੈ ਉਹ ਪੁਰਸ਼ ਹੈ, ਭਾਵੇਂ ਦੁਨੀਆ ਉਹਦੇ ਕੋਲ ਕਿੰਨੀ ਹੋਈ ਹੈ ਸਾਰਾ ਸੰਸਾਰ ਜਾਣਦਾ, ਟੈਲੀਵਿਜ਼ਨ 'ਤੇ ਰੋਜ਼ ਆਉਂਦਾ, ਸਾਰੀ ਦੁਨੀਆ ਦੇਖ ਰਹੀ ਹੈ, ਜਦ ਜਾਂਦਾ ਉਹਦਾ ਸਤਿਕਾਰ ਕਰਦੇ ਨੇ। ਕਹਿੰਦੇ ਜੇ ਪਰਮੇਸ਼ੁਰ ਨਾਲ ਨਹੀਂ ਜੁੜਿਆ ਹੋਇਆ ਤਾਂ ਜਿਹੜੇ ਕੀੜਿਆਂ ਦੇ ਸਿਰ ਵਿੱਚ ਕੀੜੇ ਪੈਂਦੇ ਨੇ, ਪਹਿਲਾਂ ਕੁੱਤਿਆਂ ਦੇ ਸਿਰ 'ਚ ਕੀੜੇ ਪੈਂਦੇ ਨੇ ਜਦ ਦੂਆ ਕੁੱਤਾ ਵੱਢਦਾ, ਉਹ ਜਿਹੜੇ ਨਿੱਕੇ ਨਿੱਕੇ ਕੀੜੇ ਨੇ ਉਹਨਾਂ ਵਿੱਚ ਵੀ ਕਹਾਂ ਕੀੜਾ ਪੈਂਦਾ। ਕਹਿੰਦੇ ਉਹ ਓਨੇ ਕੁ ਮਹਿ ਹੈ ਉਹਦੀ ਮਹਿਮਾ, ਇੱਥੋਂ ਵੱਡੀ ਨਹੀਂ ਹੈ। ਅਤੇ ਵੱਡੇ ਤਾਂ ਨਾਮ ਜਪਣ ਵਾਲੇ ਹੋਇਆ ਕਰਦੇ ਨੇ, ਜਿਸ ਨੂੰ ਬਖਸ਼ੇ ਸਿਫਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ। ਸੋ ਇਸ ਕਰਕੇ ਸੰਸਾਰ ਦੇ ਅੰਦਰ ਨਾਮ ਦਾ ਸੰਸਾਰ ਨੂੰ ਪਤਾ ਨਹੀਂ ਹੈ। ਸੋ ਸਾਲਸਰਾ ਇਹਨਾਂ ਬਚਨ ਹੁੰਦੇ ਨੇ ਕਿ ਦੇਖ ਸਾਲਸਰਾ, ਸਾਰੀ ਜ਼ਿੰਦਗੀ ਪਾਪ ਕਰਿਆ, ਅਜਾਮਲ ਪਾਪੀ ਜਗ ਜਾਂਦੇ ਨਿਮਖ ਮਾਏ ਨਿਸਤਾਰਾ। ਇੱਕ ਵਾਰੀ ਨਾਰਾਇਣ ਦਾ ਨਾਮ ਲੈਣ ਨਾਲ ਉਸਦਾ ਨਿਸਤਾਰਾ ਹੋ ਗਿਆ, ਫਿਰ ਨਾਮ ਦਾ ਮੁੱਲ ਕਿੰਨਾ ਇਹਦਾ ਵੀ ਕੋਈ ਨਹੀਂ ਪਾ ਸਕਦਾ। ਕਹਿਣ ਲੱਗੇ ਸਤਯੁਗ ਦੇ ਤ੍ਰੇਤੇ ਯੁੱਗ ਦੇ ਅੰਦਰ ਇੱਕ ਰਾਜਾ ਹੋਇਆ, ਉਹ ਬੜਾ ਮਸ਼ਹੂਰ ਹੈ ਧਾਰਮਿਕ ਇਤਿਹਾਸ ਦੇ ਅੰਦਰ, ਅਤੇ ਉਸਦਾ ਨਾਮ ਅਸਲੀ ਸੀਰ ਤੁਜ ਸੀ, ਲੇਕਿਨ ਉਹ ਤਖ਼ਤ 'ਤੇ ਬੈਠਾ ਸੀ। ਸੋਲ੍ਹਵੇਂ ਜਨਕ ਹੋਇਆ ਬਹੁਤ ਦੇਰ ਪਹਿਲਾਂ, ਅਤੇ ਉਹਦੇ ਸੋਲ੍ਹਵੇਂ ਥਾਂ 'ਤੇ ਇੱਕ ਸੀਰ ਤੁਜ ਨਾਮ ਦਾ ਰਾਜਾ, ਜਿਹੜਾ ਬੰਦਗੀ ਕਰਨ ਵਿੱਚ ਯਕੀਨ ਰੱਖਦਾ ਸੀ, ਭਗਤੀ ਕਰਨ ਵਿੱਚ ਵਿਸ਼ਵਾਸ ਰੱਖਦਾ ਸੀ, ਉਹ ਸੋਲ੍ਹਵੇਂ ਥਾਂ 'ਤੇ ਜਨਕ ਦੇ ਹੋਣ ਕਰਕੇ ਉਹ ਜਿਹੜਾ ਵੀ ਜਨਕ ਦੇ ਸਿੰਘਾਸਣ 'ਤੇ ਬਹਿੰਦਾ ਸੀ ਉਹਦਾ ਨਾਂ ਜਨਕੇ ਪੈ ਜਾਇਆ ਕਰਦਾ ਸੀ। ਸੋ ਇਸ ਤਰ੍ਹਾਂ ਦੇ ਨਾਲ ਉਹ ਰਾਜਾ ਰਾਜ ਵੀ ਉਸਨੇ ਕੀਤਾ, ਲੇਕਿਨ ਪਰਮੇਸ਼ੁਰ ਦਾ ਨਾਮ ਵੀ ਉਸਨੇ ਜਪਿਆ, ਜਪਿਆ ਵੀ ਲਿਵ ਲਾ ਕੇ, ਗੁਰਮੁਖ ਜਨਕ ਰਹੇ ਲਿਵ ਲਾਏ। ਜਦੋਂ ਗੁਰੂ ਨੂੰ ਮਿਲਿਆ ਤਾਂ ਫਿਰ ਉਸਨੇ ਨਾਮ ਲੈ ਕੇ ਛੱਡਿਆ ਨਹੀਂ ਹੈ, ਅਤੇ ਉਹ ਲਿਵ ਲਾ ਕੇ ਉਸਨੇ ਫਿਰ ਮੁੜ ਕੇ ਨਹੀਂ ਟੁੱਟਿਆ, ਫਿਰ ਅਗਿਆਨ 'ਚ ਨਹੀਂ ਗਿਆ, ਅਤੇ ਕਿੰਨਾ ਮਸ਼ਹੂਰ ਹੋਇਆ ਨਾ ਤਾਂ ਰਾਜ ਕਰਿਆ। ਉਹਦੇ ਬਾਰੇ ਭਾਈ ਗੁਰਦਾਸ ਜੀ, ਜਿਨ੍ਹਾਂ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਦਾ ਦਰਜਾ ਪ੍ਰਾਪਤ ਹੈ, ਅਤੇ ਨਾਲ ਵੇਦ ਵਿਆਸ ਦਾ ਆਪ ਨੂੰ ਅਵਤਾਰ ਵੀ ਆਖਦੇ ਨੇ, ਅਤੇ ਉਹਨਾਂ ਦੀ ਜੋ ਬਾਣੀ ਹੈ ਗੁਰੂ ਗ੍ਰੰਥ ਸਾਹਿਬ 'ਚ ਆਏ ਹੋਏ ਜਿਹੜੇ ਟੂਕ ਮਾਤਰ ਇਸ਼ਾਰੇ ਨੇ ਉਹਨੂੰ ਖੋਲ੍ਹ ਕੇ ਵਰਣਨ ਕਰਦੀ ਹੈ। ਇੱਕ ਤਰ੍ਹਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਹੈ, ਸੇਲ ਐਂਡ ਪੁਆਇੰਟਸ ਦਾ ਨਾਂ ਲੈ ਲਿਆ, ਇੱਥੋਂ ਆਪਾਂ ਨੂੰ ਕੋਈ ਗੱਲ ਨਹੀਂ ਪਤਾ ਲੱਗਦੀ। ਇਹ ਜ਼ਰੂਰ ਪਤਾ ਲੱਗ ਗਿਆ ਵੀ ਕੋਈ ਰਾਜਾ ਸੀ, ਉਹਨੇ ਨਾਮ ਦੇ ਨਾਲ ਸੰਸਾਰ ਤਾਰਿਆ ਸਾਰਾ। ਅਤੇ ਭਾਈ ਗੁਰਦਾਸ ਨੇ ਕੁਛ ਸੰਖੇਪ ਰੂਪ ਦੇ ਅੰਦਰ ਖੋਲ੍ਹ ਕੇ ਇਸ ਤਰ੍ਹਾਂ ਦੇ ਨਾਲ ਵਰਣਨ ਕੀਤਾ। ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ,
ਗੁਰਮੁਖ ਮਾਇਆ ਵਿੱਚ ਉਦਾਸ। ਗੁਰਮੁਖ ਦਾ ਦਰਜਾ ਸਾਧੂ ਨੂੰ, ਗੁਰਮੁਖ ਸੰਤ ਨੂੰ ਗੁਰਮੁਖ ਕਹਿੰਦੇ ਨੇ, ਚੌਥੀ ਭੂਮਿਕਾ ਹੋਇਆ ਕਰਦੀ ਹੈ ਗੁਰਮੁਖ ਦੀ। ਬ੍ਰਹਮ ਗਿਆਨੀ ਦੀ ਪੰਜਵੀਂ ਭੂਮਿਕਾ, ਛੇਵੀਂ ਭੂਮਿਕਾ ਦੇ ਅੰਦਰ ਜਾ ਕੇ ਮਨ ਦਾ ਨਾਸ਼ ਹੋ ਜਾਂਦਾ ਹੈ, ਵਾਸ਼ਨਾ ਖੈ ਹੋ ਜਾਂਦੀ ਹੈ, ਤੱਤ ਗਿਆਨ ਪ੍ਰਗਟ ਹੋ ਕੇ ਰੱਬ ਤੋਂ ਬਿਨਾਂ ਕੁਛ ਦਿਸਦਾ ਹੀ ਨਹੀਂ। ਸੱਤਵੀਂ ਭੂਮਿਕਾ ਦੇ ਵਿੱਚ ਉਹਦੇ ਵਿੱਚ ਅਤੇ ਰੱਬ ਵਿੱਚ ਕੋਈ ਫਰਕ ਨਹੀਂ ਰਿਹਾ ਕਰਦਾ। ਸੋ ਇਸ ਤਰ੍ਹਾਂ ਗੁਰਮੁਖ ਦੀ ਪਦਵੀ, ਗੁਰੂ ਗ੍ਰੰਥ ਸਾਹਿਬ ਨੇ ਵੀ ਲਿਖਿਆ ਗੁਰਮੁਖ ਜਨ ਰਹੇ ਲਿਵ ਲਾਏ, ਅਤੇ ਇਸ ਤਰ੍ਹਾਂ ਦੇ ਨਾਲ ਆਪ ਰਾਜ ਵੀ ਕਰਦੇ ਸੀ ਅਤੇ ਪਰਮੇਸ਼ੁਰ ਦੇ ਵਿੱਚ ਹਰ ਵਕਤ ਲੀਨ ਰਹਿੰਦੇ ਸੀ, ਅਤੇ ਵੱਡੇ ਵੱਡੇ ਰਿਸ਼ੀ ਮੁਨੀ ਸੁਖਦੇਵ ਵਰਗਿਆਂ ਨੂੰ ਆ ਕੇ ਆਪ ਨੇ ਨਾਮ ਦੀ ਦਾਤ ਦਿੱਤੀ। ਸੋ ਉਹ ਰਾਜਾ ਪਹਿਲਾਂ ਐਸਾ ਨਹੀਂ ਸੀਗਾ, ਪਹਿਲਾਂ ਰਾਜਿਆਂ ਵਰਗਾ ਰਾਜਾ ਸੀ, ਪਰ ਫਿਰ ਵੀ ਬਹੁਤ ਚੰਗਾ ਸੀ। ਉਹਦੇ ਵਿੱਚ ਪਰਿਵਰਤਨ ਹੋਇਆ ਇਸ ਤਰ੍ਹਾਂ ਦੇ ਨਾਲ ਕਿ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਚਾਹੁੰਦਾ ਕਿ ਨਰਪਤ ਏਕ ਸੰਘਾਸਨ ਸੋਇਆ, ਸੁਪਨੇ ਪਿਆ ਬਿਖਾਰੀ, ਅਛਤ ਰਾਜ ਵਿਛਰ ਦੁੱਖ ਪਾਇਆ, ਸੋਗਤ ਪਈ ਹਮਾਰੀ। ਕਹਿੰਦੇ ਸਾਡਾ ਵੀ ਉਹੀ ਹਾਲ ਹੈ ਜੋ ਰਾਜੇ ਦਾ ਹੋਇਆ ਸੀ। ਦਰਬਾਰ ਲੱਗਿਆ ਹੋਇਆ ਸੀ, ਗਰਮੀ ਦਾ ਮਹੀਨਾ ਸੀ, ਅਤੇ ਖਸਦੀਆਂ ਟੱਟੀਆਂ ਲਾ ਕੇ, ਪਰਦੇ ਲਾ ਕੇ ਗਿੱਲੇ ਕਰੇ ਹੋਏ, ਅਤੇ ਹਵਾ ਆਉਂਦੀ ਸੀ, ਠੰਡੀ ਹੁਠਾਰ ਹੋ ਕੇ ਆਉਂਦੀ ਸੀ, ਅਤੇ ਉੱਥੇ ਦਰਬਾਰ ਲੱਗਿਆ ਹੋਇਆ, ਅਤੇ ਆਪ ਤਖ਼ਤ 'ਤੇ ਬੈਠੇ ਵਿਚਾਰਾਂ ਕਰ ਰਹੇ ਨੇ ਕਿ ਅਚਾਨਕ ਨੀਂਦ ਆ ਗਈ, ਥੋੜ੍ਹਾ ਜਿਹਾ ਝੂਟਾ ਆ ਗਿਆ। ਇੱਕ ਸੁਪਨਾ ਤਾਂ ਹੋਇਆ ਕਰਦਾ 12 ਸੈਕਿੰਡ ਦਾ, ਉਹ ਤਾਂ ਮਨ ਕਿਉਂਕਿ ਵਿਹਲਾ ਹੋ ਗਿਆ, ਆਪਣੀ ਦੁਨੀਆ ਬਣਾ ਕੇ ਆਪ ਹੀ ਖੇਡਦਾ ਹੁੰਦਾ, ਉਹਦੇ 'ਚ ਕੁਛ ਨਹੀਂ ਹੁੰਦਾ, ਦੇਖਦਾ ਬਹੁਤ ਕੁਛ ਹੁੰਦਾ। ਅਤੇ ਦੂਸਰਾ ਸੁਪਨਾ ਹੋਇਆ ਕਰਦਾ, ਜਰਾ ਗਾੜਾ ਹੋਇਆ ਕਰਦਾ, ਡੂੰਘਾ ਹੋਇਆ ਕਰਦਾ, ਜਿਹਨੂੰ ਆਦਮੀ ਭੁੱਲਦਾ ਨਹੀਂ, ਖੁਸ਼ੀ ਦਾ ਹੋਵੇ ਖੁਸ਼ ਹੋ ਜਾਂਦਾ, ਚਿੰਤਾ ਦਾ ਹੋਵੇ ਚਿੰਤਾ 'ਚ ਪੈ ਜਾਂਦਾ, ਅਤੇ ਭੁਲੇਖਾ ਪੈ ਜਾਂਦਾ ਕਈ ਵਾਰੀ ਕਿ ਮੇਰਾ ਐਂ ਕਦੇ ਗੱਲ ਮੇਰੇ ਨਾਲ ਗਲਤ ਹੀ ਨਾ ਵਰਤ ਜਾਵੇ, ਚਿੰਤਾ 'ਚ ਹੋ ਜਾਂਦਾ। ਸੋ ਇਹਨੂੰ ਇੱਕ ਗਹਿਰਾ ਸੁਪਨਾ ਆਇਆ, ਉਹ ਇਹ ਆਇਆ ਕਿ ਇਹਦੀ ਪਰਜਾ ਵਿਗੜ ਗਈ। ਉਹਨਾਂ ਨੇ ਬਾਹਰਲੇ ਰਾਜੇ ਨੂੰ ਬੁਲਾ ਲਿਆ, ਉਹ ਫੌਜਾਂ ਸਮੇਤ ਚੜ੍ਹ ਕੇ ਆ ਗਿਆ, ਤਾਂ ਇਹਨੇ ਆਪਣੀਆਂ ਫੌਜਾਂ ਨੂੰ ਕਿਹਾ ਲੜਾਈ ਕਰਨ ਵਾਸਤੇ, ਫੌਜਾਂ ਦੇ ਜਰਨੈਲਾਂ ਨੇ ਜਵਾਬ ਦਿੱਤਾ। ਉਸ ਰਾਜੇ ਨੇ ਆ ਕੇ ਇਸਦੀ ਬਹੁਤ ਬੇਪਤੀ ਕਰੀ, ਇਹਦੀਆਂ ਜੋ ਪਤੀਵਰਤਾ ਰਾਣੀਆਂ ਸੀ ਉਹਨਾਂ ਤੋਂ ਵੀ ਇਹਦੀ ਬੇਪਤੀ ਕਰਾਈ, ਅਤੇ ਅਖੀਰ ਬਸਤਰ ਉਤਾਰ ਕੇ ਹੁਕਮ ਕਰ ਦਿੱਤਾ ਕਿ ਇਹਨੂੰ ਰਾਜ ਦੇ ਬਾਹਰ ਕੱਢ ਦਿਉ, ਜੇ ਕਿਸੇ ਨੇ ਪਾਣੀ ਦਿੱਤਾ, ਕੋਈ ਆਦਰ ਦਿੱਤਾ, ਕੋਈ ਖਾਣ ਨੂੰ ਦਿੱਤਾ, ਤਾਂ ਉਹਨੂੰ ਸਖ਼ਤ ਸਜ਼ਾ ਮਿਲੀ ਜਾਏਗੀ, ਅਤੇ ਜਿਹੜਾ ਇਹਦਾ ਨਿਰਾਦਰ ਕਰੇਗਾ ਉਸ ਦੇ ਇਨਾਮ ਦਿੱਤੇ ਜਾਣ। ਹੁਣ ਖਬਰ ਸਜ਼ਾ ਸੁਣਾ ਦਿੱਤੀ ਗਈ, ਅਤੇ ਜਿਹੜੇ ਚੰਗੇ ਬੰਦੇ ਸੀ ਉਹ ਤਾਂ ਚੁੱਪ ਕਰ ਰਹੇ, ਜਿਹੜੇ ਲੋਭੀ ਸੀ ਉਹ ਇਹਨੂੰ ਦੁਰਫਿੱਟੇ ਕਰਦੇ ਨੇ, ਬੁਰੀਆਂ ਗਾਲਾਂ ਕੱਢਦੀਆਂ, ਰਾਣੀਆਂ ਵੀ ਕੱਢਦੀਆਂ, ਕੋਈ ਨਹੀਂ ਇਸ ਦੇ ਨਾਲ ਅੱਖ ਰਲਾਉਂਦਾ। ਭੁੱਖਾ ਤਿਹਾਇਆ ਜਾ ਰਿਹਾ, ਕੇਸ ਖੁੱਲ੍ਹ ਗਏ, ਖਰਾਬ ਹੋ ਗਏ, ਥਾਂ ਥਾਂ 'ਤੇ ਪੱਥਰ ਲੱਗ ਕੇ ਜ਼ਖਮ, ਖੂਨ ਚੋ ਰਿਹਾ, ਬੱਚੇ ਮਗਰ ਲੱਗੇ ਹੋਏ ਨੇ, ਦੌੜਿਆ ਜਾਂਦਾ ਮੂਹਰੇ, ਕਿਤੇ ਟਿਕਾਣਾ ਨਹੀਂ ਲੱਭਦਾ। ਅਤੇ ਅਖੀਰ 2 ਦਿਨ ਦੇ ਸਫ਼ਰ ਤੋਂ ਬਾਅਦ ਬਾਹਰ ਨਿਕਲ ਕੇ ਇੱਕ ਬੇਰੀ ਦਾ ਮੁੱਢਾ ਹੈ ਉਹਦੇ ਉੱਤੇ ਬੈਠ ਗਿਆ, ਆਪਣੇ ਹੱਥਾਂ ਦੇ ਨਾਲ ਦੇਖ ਰਿਹਾ ਵੀ ਖੂਨ ਕਿਵੇਂ ਚੱਲ ਰਿਹਾ, ਸਾਫ਼ ਕਰ ਰਿਹਾ, ਥਾਂ ਥਾਂ 'ਤੇ ਪੀੜ ਹੋ ਰਹੀ ਹੈ, ਦੱਬ ਰਿਹਾ, ਅਤੇ ਉਹਦੇ ਬਾਅਦ ਭੁੱਖ ਬਹੁਤ ਲੱਗੀ ਹੋਈ ਹੈ, ਅਤੇ ਅੱਗੇ ਆਬਾਦੀ ਦੇਖ ਕੇ ਤੁਰ ਪਿਆ। ਉੱਥੇ ਕੋਈ ਪੁਰਸ਼ ਮਿਲਿਆ, ਉੱਥੇ ਉਸਨੇ ਬਹੁਤ ਰੋ ਕੇ ਬੇਨਤੀ ਕਰੀ ਕਿ ਮੈਂ ਰਾਜਾ ਜਨਕ ਹਾਂ, ਆਹ ਮੇਰਾ ਬੁਰਾ ਹਾਲ ਹੋ ਗਿਆ, ਮੇਰੇ ਰਾਜ ਦੱਬ ਲਿਆ ਕਿਸੇ ਨੇ। ਉਹ ਕਹਿਣ ਲੱਗਿਆ ਫਿਰ ਕੀ ਤੇਰੀ ਸੇਵਾ ਕਰੀਏ, ਕਹਿੰਦਾ ਮੈਨੂੰ ਭੁੱਖ ਲੱਗੀ ਹੋਈ ਹੈ, ਕਹਿੰਦਾ ਉਹ ਛੇਤਰ ਹੈ ਸਾਹਮਣੇ, ਉੱਥੇ ਜਾ ਕੇ ਸਭ ਨੂੰ ਪ੍ਰਸ਼ਾਦਾ ਮਿਲਦਾ ਲੰਗਰ 'ਚ, ਅਤੇ ਉੱਥੇ ਜਾ ਕੇ ਤੂੰ ਲਾਈਨ 'ਚ ਖੜਾ ਹੋ ਜਾ, ਤੇਰੀ ਵਾਰੀ ਆਊ, ਤੂੰ ਲੈ ਲਈ ਖਾ ਲਈ। ਸੋ ਇਸ ਤਰ੍ਹਾਂ ਜਦ ਲਾਈਨ 'ਚ ਖੜਾ ਹੋਇਆ, ਜਦ ਇਹਦੀ ਵਾਰੀ ਆਈ, ਉਹ ਕਹਿਣ ਲੱਗਿਆ ਭਾਈ ਖਿਚੜੀ ਗਰਮ ਹੈ, ਕੋਈ ਬਰਤਨ ਲੈ ਕੇ ਆ, ਹੁਣ ਬਰਤਨ ਨਹੀਂ ਕੋਲ ਕੋਈ। ਅਤੇ ਉਹਦੇ ਬਾਅਦ ਮੰਗਣਾ ਸ਼ੁਰੂ ਕਰ ਦਿੱਤਾ, 19 ਕੌਡੀਆਂ ਇਕੱਠੀਆਂ ਹੋਈਆਂ, ਅਤੇ ਉਹਨਾਂ ਦਾ ਜਾ ਕੇ ਕਸੋਰਾ ਲਿਆਇਆ। ਇੰਨੇ ਨੂੰ ਜਦ ਮੁੜ ਕੇ ਆਇਆ, ਉੱਥੇ ਲਾਈਨ ਖਤਮ ਹੋ ਗਈ, ਅਤੇ ਆਪ ਜਾ ਕੇ ਸਾਹਮਣੇ ਖੜਿਆ, ਉਹ ਕਹਿੰਦਾ ਹੁਣ ਤਾਂ ਸਭ ਕੁਝ ਵਰਤ ਗਿਆ, ਅਤੇ ਹੁਣ ਤੇਰੇ ਆਉਣ ਦਾ ਕੀ ਫਾਇਦਾ, ਹੁਣ ਤਾਂ ਕੋਈ ਚੀਜ਼ ਨਹੀਂ। ਇਹਨੇ ਬਹੁਤ ਬੇਨਤੀਆਂ ਕਰੀਆਂ ਕਿ ਮਹਾਰਾਜ ਮੈਨੂੰ ਤੁਸੀਂ ਕੁਛ ਤਾਂ ਦਿਓ, ਮਾੜਾ ਮੋਟਾ ਤਾਂ ਲੱਗਿਆ ਹੋਊ, ਮੇਰੇ ਅੰਦਰ ਅੰਨ ਦਾ ਭੋਰਾ ਤਾਂ ਜਾਵੇ। ਉਸਨੇ ਖੁਰਚਣਾ ਸ਼ੁਰੂ ਕਰ ਦਿੱਤਾ, ਉਹ ਜਿਹੜੀ ਖੁਰਚਣ ਸੀ ਉਹ ਇਸ ਨੂੰ ਦੇ ਦਿੱਤੀ, ਅਤੇ ਇਹਨੇ ਉਹ ਕਹਿਣ ਲੱਗਿਆ ਵੀ ਜਾ ਉੱਥੇ ਜਾ ਕੇ
ਕੀ ਮਿਲਦਾ ਦੋ ਦੋ ਚਮਚੇ ਅਤੇ ਉਹ ਤੂੰ ਪਵਾ ਲੈ। ਅਤੇ ਉੱਥੇ ਜਾ ਕੇ ਉਸਨੇ ਬੇਨਤੀ ਕਰੀ ਤਾਂ ਉਸਨੇ ਪਹਿਲਾ ਚਮਚਾ ਜਦ ਪਾਇਆ ਹੱਥ ਹਿੱਲ ਗਿਆ, ਥੱਲੇ ਗਿਰ ਗਿਆ। ਉਹ ਕਹਿੰਦਾ ਤੈਨੂੰ ਨਹੀਂ ਮੈਂ ਦਿੰਦਾ। ਫਿਰ ਇਹਨੇ ਬੇਨਤੀ ਕਰੀ, ਉਹਨੇ ਇੱਕ ਚਮਚਾ ਪਾ ਤਾ, ਕਹਿੰਦਾ ਇੱਥੇ ਨਾ ਖਾਈ, ਹੋ ਉੱਥੇ ਜਾ ਕੇ ਬੈਗ ਖਾ ਲੈ। ਉੱਥੇ ਜਦ ਖਾਣ ਲੱਗਿਆ ਬਾਹਰ ਜਾ ਕੇ, ਅਜੇ ਬੁਰਕੀ ਮੂੰਹ 'ਚ ਪਾਉਣ ਵਾਲਾ ਹੀ ਸੀ ਕਿ ਦੋ ਸਾਹ ਭਿੜਦੇ ਹੋਏ ਆ ਕੇ ਫੇਟ ਮਾਰੀ, ਉਹ ਮਰਿਆ ਚੱਕ ਕੇ ਜਦੇ ਜਾਗ ਆ ਗਈ। ਜਾਗ ਆਈ ਤਾਂ ਦੇਖੇ ਵੀ ਮੈਂ ਤਾਂ ਬਹੁਤ ਹੀ ਉਹ ਗਹਿਰੀ ਆ ਗਈ। ਉੱਥੋਂ ਉੱਠ ਕੇ ਉਦਾਸੀ ਦੇ ਨਾਲ ਦਰਬਾਰ ਬਰਖਾਸਤ ਕਰਤਾ, ਅੰਦਰ ਚਲਿਆ ਗਿਆ। ਅੰਦਰ ਜਾ ਕੇ ਬੋਲਦਾ ਨਹੀਂ ਕਿਸੇ ਨਾਲ, ਦਿਮਾਗ ਦੇ ਉੱਤੇ ਇੰਨਾ ਪ੍ਰੈਸ਼ਰ ਪੈ ਗਿਆ, ਹੁਣ ਉਹਨੂੰ ਸਮਝ ਨਹੀਂ ਆਉਂਦੀ ਵੀ ਆਹ ਸੱਚਾ ਹੈ ਕਿ ਉਹ ਸੱਚਾ, ਵੀ ਹੁਣ ਮੈਂ ਸੁਪਨਾ ਦੇਖਦਾ ਕਿ ਪਹਿਲਾਂ ਸੁਪਨਾ ਦੇਖਦਾ ਸੀ, ਕੋਈ ਸਮਝ ਨਹੀਂ ਆ ਰਹੀ। ਅਤੇ ਅਖੀਰ ਚੁੱਪ ਚਪਾਟ ਆਈ, ਘੋੜੇ 'ਤੇ ਚੜ੍ਹ ਕੇ ਦੇਖਣ ਚਲਿਆ ਗਿਆ। ਜਦ ਦੇਖੇ ਉੱਥੇ ਜਾ ਕੇ ਦੇਵ ਨੇਤ ਨਾਲ ਇੱਟਾਂ ਰੋੜੇ ਹੋਵੇ ਜਿਵੇਂ ਖਿੜੇ ਪਏ। ਦੂਸਰੇ ਰਾਜ ਚਲਿਆ ਗਿਆ, ਉੱਥੇ ਮੁੱਢਦੇ ਕੋਲ ਜਾ ਕੇ ਦੇਖਿਆ ਖੂਨ ਦੇ ਕਤਰੇ ਵੀ ਲੱਗੇ ਪਏ, ਹੁਣ ਇਹਨੂੰ ਪੱਕਾ ਭਰਮ ਹੋ ਗਿਆ ਬਈ ਇਹ ਜਾਂ ਆਹ ਸੁਪਨਾ ਹੈ ਜਾਂ ਉਹ ਸੁਪਨਾ। ਉਸ ਤੋਂ ਬਾਅਦ ਇਹਨੇ ਸਾਰੇ ਭਾਰਤ ਵਰਸ਼ ਦੇ ਜਿੰਨੇ ਵੱਡੇ ਵੱਡੇ ਸੀ ਪੰਡਿਤ ਰਿਸ਼ੀ ਮੁਨੀ ਸਭ ਬੁਲਾ ਲਏ, ਇੱਕ ਸਵਾਲ ਕਰ ਦਿਆ ਕਰੇ ਇਹ ਸੱਚਾ ਕਿ ਉਹ ਸੱਚਾ, ਕਿਸੇ ਨੂੰ ਨਾ ਪਤਾ ਲੱਗੇ ਵੀ ਜਵਾਬ ਕਹਿੰਦਾ ਕੀ ਹੈ। ਅਤੇ ਇਸ ਤਰ੍ਹਾਂ ਕਿਸੇ ਨੂੰ ਜਾਣ ਨਾ ਦੇਵੇ, ਕਹੇ ਮੈਂ ਜਦ ਤੱਕ ਸਵਾਲ ਦਾ ਜਵਾਬ ਨਹੀਂ ਮੈਨੂੰ ਮਿਲਦਾ ਉਨੀ ਦੇਰ ਤੱਕ ਮੈਂ ਜਾਣ ਵੀ ਨਹੀਂ ਦੇਣਾ। ਤਾਂ ਇੱਕ ਲੜਕਾ ਸੀ ਛੋਟਾ ਜਿਹਾ, ਅੱਠ ਸਾਲ ਦਾ, ਉਹ ਆਪਣਾ ਨਿਤਨੇਮ ਕਰਨ ਵਾਸਤੇ ਗੰਗਾ ਦੇ ਕਿਨਾਰੇ ਗਿਆ, ਤਾਂ ਉੱਥੇ ਛੋਟੇ ਬਾਲਕ ਉਹਨੂੰ ਮਖੌਲ ਕਰਨ ਲੱਗ ਗਏ। ਅਤੇ ਇੱਕ ਵੱਡੇ ਨੇ ਕਿਹਾ ਵੀ ਨਾ, ਇਹਨੂੰ ਨਾ ਛੇੜੋ ਭਾਈ, ਇਹਦਾ ਨਾਨਾ ਬਹੁਤ ਜ਼ਹਿਰੀ ਹੈ, ਜੇ ਆ ਗਿਆ ਤਾਂ ਆਪਾਂ ਨੂੰ ਸਭ ਨੂੰ ਕੁੱਟੂ। ਇਹ ਹੈਰਾਨ ਹੋ ਗਿਆ, ਕਹਿਣ ਲੱਗਿਆ ਮੇਰਾ ਨਾਨਾ ਕੌਣ? ਕਹਿੰਦਾ ਜਿਹਨੂੰ ਤੂੰ ਬਾਪ ਕਹਿਣਾ। ਉੱਥੋਂ ਹੀ ਮੁੜਿਆ ਆਇਆ, ਮਾਂ ਨਾਲ ਆ ਕੇ ਗੁੱਸੇ ਹੋ ਗਿਆ, ਕਹਿੰਦਾ ਮਾਂ ਇਹ ਮੇਰਾ ਨਾਨਾ ਇੱਕ ਬਾਪ ਹੈ। ਕਹਿੰਦੀ ਬੇਟਾ ਹੈ ਤਾਂ ਤੇਰਾ ਨਾਨਾ, ਮੈਂ ਪਿਤਾ ਜੀ ਕਹਿੰਦੀ ਹਾਂ, ਤੂੰ ਵੀ ਪਿਤਾ ਜੀ ਮੇਰੀ ਰੀਸ ਕਹਿਣ ਲੱਗ ਗਿਆ। ਕਹਿੰਦਾ ਮੇਰਾ ਪਿਤਾ ਕਿੱਥੇ ਹੈ? ਕਹਿੰਦੇ ਉਹ ਤਾਂ ਰਾਜੇ ਜਨਮ ਕੋਲ 8 ਸਾਲ ਹੋ ਗਏ ਗਏ ਨੂੰ, ਤੇਰਾ ਜਨਮ ਉਹ ਤਾਂ ਬਾਅਦ ਹੀ ਹੋਇਆ ਸੀ। ਅਤੇ ਉੱਥੇ ਇੱਕ ਸਵਾਲ ਕਰਿਆ ਹੋਇਆ ਵੀ ਆਹ ਸੱਚਾ ਕਿ ਉਹ ਸੱਚਾ, ਅਤੇ ਸਾਰਾ ਜਿੰਨਾ ਹਿੰਦੁਸਤਾਨ ਦਾ ਵਿਦਵਾਨ ਰਿਸ਼ੀ ਮੁਨੀ ਪੰਡਿਤ ਨੇ ਸਭ ਉੱਥੇ ਹੀ ਬੈਠੇ ਨੇ, ਜਵਾਬ ਨਹੀਂ ਦਿੰਦੇ ਅਤੇ ਉਨੀ ਦੇਰ ਉਹ ਆਉਣ ਨਹੀਂ ਦਿੰਦਾ। ਉਹ ਕਹਿਣ ਲੱਗਿਆ ਆਹ ਸਵਾਲ ਕੀ, ਇਹਦਾ ਜਵਾਬ ਨਹੀਂ ਕੋਈ ਦੇ ਸਕਦਾ, ਮੈਨੂੰ ਭੇਜ ਉੱਥੇ। ਪਾਲਕੀ ਤਿਆਰ ਕਰਾ ਕੇ ਉਸ ਥਾਂ 'ਤੇ ਰਾਜੇ ਦੇ ਪਾਸ ਪਹੁੰਚਦਾ, ਬੜੇ ਅਜੀਬ ਕੌਤਕ ਕਰੇ। ਉਸ ਤੋਂ ਵਿਸ਼ਵਾਸ ਹੋ ਗਿਆ ਰਾਜੇ ਜਨਕ ਨੂੰ ਕਿ ਬਾਲਕ ਜੋ ਆਇਆ ਕੋਈ ਅਲੌਕਿਕ ਹੈ, ਇਹ ਜ਼ਰੂਰ ਜਵਾਬ ਦੇਵੇਗਾ। ਉਸ ਵੇਲੇ ਉਹਨੇ ਸਭਾ ਲਾ ਲਈ, ਇਹ ਜਿਹੜਾ ਬਾਲਕ ਸੀ ਇਹਦਾ ਨਾਂ ਤਾਂ ਕੁਛ ਹੋਰ ਸੀ, ਅਸ਼ਟਾਵਕਰ ਇਸ ਵਾਸਤੇ ਕਹਿੰਦੇ ਸੀ ਕਿ ਇਹਦੇ ਸਰੀਰ 'ਚ 8 ਬਲ ਪਿਆ ਕਰਦੇ ਸੀ। ਇਹ ਜਦ ਦਰਬਾਰ 'ਚ ਆਇਆ, ਪੌੜੀਆਂ ਚੜ੍ਹਨ ਲੱਗਿਆ, ਇਹ ਕਈ ਬਲ ਖਾਂਦਾ ਹੈ, ਗਰਦਨ ਕਿਧਰੇ ਨੂੰ, ਅੱਖਾਂ ਕਿਧਰੇ ਨੂੰ, ਪੇਟ ਕਿਧਰੇ ਨੂੰ, ਛਾਤੀ ਕਿਧਰੇ ਨੂੰ, ਬਾਹਾਂ ਹੋਰ ਪਾਸੇ ਨੂੰ ਹਿਲਦੀਆਂ, ਲੱਤ ਧਰਦਾ ਕਿਤੇ ਧਰ ਹੁੰਦੀ ਹੈ, ਕਿਤੇ ਸਾਰੇ ਹੀ ਹੱਸ ਪਏ। ਇਹ ਵੀ ਹੱਸ ਪਿਆ, ਹੱਸ ਕੇ ਕਹਿਣ ਲੱਗਿਆ ਰਾਜਨ, ਬੜਾ ਕਰੜਾ ਸ਼ਬਦ ਵਰਤਿਆ, ਕਹਿਣ ਲੱਗਿਆ ਚਮਾਰਾਂ ਤੋਂ ਤੂੰ ਜਵਾਬ ਭਾਲਦਾ? ਇੰਨੀ ਗੱਲ ਕਹਿਣ ਦੀ ਦੇਰ ਸੀ ਅਤੇ ਉਹ ਸਾਰੇ ਰਿਸ਼ੀ ਮੁਨੀ ਨਾਰਾਜ਼ ਹੋ ਗਏ, ਕਹਿੰਦੇ ਰਾਜਨ ਬੱਚੇ ਨੂੰ ਬੰਦ ਕਰਾਓ, ਸਾਰਿਆਂ ਦੀ ਬੇਇੱਜ਼ਤੀ ਕਰਦਾ। ਉਹ ਕਹਿਣ ਲੱਗਿਆ ਰਾਜਨ ਮੈਂ ਬੇਇੱਜ਼ਤੀ ਨਹੀਂ ਕਰੀ, ਮੈਂ 7 ਵਾਰ ਕਹੀ ਹੈ। ਕਹਿਣ ਲੱਗੇ ਦੇਖੋ ਸਾਰੇ ਲੱਕੜੀ ਦਾ ਜੋ ਵਪਾਰੀ ਲੱਕੜੀ ਦਾ ਕੰਮ ਕਰਦਾ ਹੈ ਉਹਨੂੰ ਉਹ ਨਾਮ ਦਿੱਤਾ ਜਾਂਦਾ, ਜਿਹੜਾ ਲੋਹੇ ਦਾ ਕੰਮ ਕਰਦਾ ਉਹਨੂੰ ਲੁਹਾਰ ਕਿਹਾ ਜਾਂਦਾ। ਇਹ ਇਹਨਾਂ ਨੇ ਮੇਰੇ ਚਮੜੇ ਦੀ ਪਰਖ ਕਰੀ ਹੈ, ਮੇਰਾ ਚਮੜਾ ਦੇਖ ਕੇ ਹੱਸੇ ਨੇ, ਅਤੇ ਹੁਣ ਮੈਂ ਇਹ ਕਹਾਂ ਕਿ ਨਾ ਕਹਾਂ? ਮੇਰੀ ਆਤਮਾ ਤਾਂ ਇਹਨਾਂ ਨੇ ਦੇਖੀ ਨਹੀਂ, ਮੇਰੀ ਆਤਮਾ 'ਚ ਤਾਂ ਕੋਈ ਬਲ ਨਹੀਂ ਹੈ, ਜੇ ਗੰਨਾ ਵਿੰਗਾ ਤਲਿੰਗਾ ਵੀ ਹੋਵੇ ਰਸ ਵਿੱਚ ਤਾਂ ਕੋਈ ਬਲ ਨਹੀਂ ਹੋਇਆ ਕਰਦਾ। ਸੋ ਮੇਰੇ ਸਰੀਰ ਨੂੰ ਦੇਖ ਕੇ ਹੱਸੇ ਨੇ, ਹੋਰ ਹੱਸਣ ਦਾ ਕੋਈ ਕਾਰਨ ਨਹੀਂ ਹੈ। ਇਸ ਕਰਕੇ ਇਹਨਾਂ ਦੀ ਚਰਮ ਬਿਰਤੀ ਹੈ, ਜੇ ਚਰਮ ਦ੍ਰਿਸ਼ਟੀ ਹੋਣ ਕਰਕੇ ਇਹ ਆਤਮ ਦ੍ਰਿਸ਼ਟੀ ਵਾਲੇ ਪੁਰਸ਼ ਨਹੀਂ ਤਾਂ ਇਕੱਠੇ ਕਰੇ, ਇਸ ਕਰਕੇ ਤੇਰੇ ਸਵਾਲ ਦਾ ਜਵਾਬ ਨਹੀਂ ਦੇ ਸਕੇ। ਸਭ ਨੇ ਨੀਵੀਂ ਪਾ ਲਈ, ਭੁੱਲ ਮੰਨ ਲਈ ਕਿ ਬੱਚਾ ਬਹੁਤ ਹੀ ਕੋਈ ਵਿਚਿੱਤਰ ਅਤੇ ਅਲੌਕਿਕ ਹੈ ਜਿਹਨੇ ਐਸੀ ਬਾਤ ਕਹਿ ਦਿੱਤੀ। ਤਾਂ ਉਸ ਵੇਲੇ ਕਹਿਣ ਲੱਗੇ ਸਵਾਲ ਕਰ, ਕਹਿੰਦਾ ਇਹ ਸੱਚਾ ਕਿ ਉਹ ਸੱਚਾ?
ਕਹਿਣ ਲੱਗੇ ਨਾ ਇਹ ਸੱਚਾ ਨਾ ਉਹ ਸੱਚਾ, ਦੋਵੇਂ ਝੂਠੇ। ਸਾਰੀ ਸਭਾ ਹੈਰਾਨ ਹੋ ਗਈ ਬਈ ਕੀ ਸਵਾਲ ਦਾ ਮਤਲਬ ਅਤੇ ਕੀ ਜਵਾਬ ਦਾ ਮਤਲਬ। ਕਹਿਣ ਲੱਗਿਆ ਖੋਲ੍ਹ ਕੇ ਦੱਸ, ਸਵਾਲ ਕਰ ਖੋਲ੍ਹ ਕੇ ਜਵਾਬ ਦਊਂਗਾ, ਨਹੀਂ ਦੱਸਦਾ ਤਾਂ ਮੈਂ ਦੱਸ ਦਿੰਦਾ। ਕਹਿਣ ਲੱਗੇ ਸੰਤ ਜਨੋ, ਰਿਸ਼ੀਓ ਮੁਨੀਓ ਅਤੇ ਹੋਰ ਪਤਵੰਤੇ ਸੱਜਣੋ, ਇਹ ਕੋਈ ਬਾਤ ਨਹੀਂ, ਇਸ ਰਾਜੇ ਨੂੰ ਇੱਕ ਸੁਪਨਾ ਆਇਆ, ਉਹ ਸੁਪਨੇ ਦਾ ਅਧਿਆਸ ਇੰਨਾ ਪੱਕਾ ਹੋ ਗਿਆ, ਹੁਣ ਇਹ ਨਿਰਣਾ ਨਹੀਂ ਕਰ ਸਕਦਾ ਵੀ ਜਿਹੜਾ ਹਾਲਤ ਆ ਹੈ ਇਹ ਸੁਪਨਾ ਹੈ ਕਿ ਉਹ ਸੁਪਨਾ। ਸੋ ਇਸ ਗੱਲ ਦੇ ਅੰਦਰ ਇਹਦਾ ਮਨ ਬਹੁਤ ਦੁਖੀ ਹੋ ਰਿਹਾ 8 ਸਾਲ ਤੋਂ, ਅਤੇ ਮੈਂ ਇਹ ਜਵਾਬ ਦਿੱਤਾ ਕਿ ਆਹ ਵੀ ਸੁਪਨਾ ਅਤੇ ਜਿਹੜਾ ਸੁਪਨਾ ਉਹ ਵੀ ਸੁਪਨਾ ਹੈ, ਅਤੇ ਦੋਵੇਂ ਸੁਪਨੇ ਨੇ। ਸੱਤ ਅਵਸਥਾ ਜਿਹੜੀ ਆਤਮ ਅਵਸਥਾ ਹੈ ਉਹ ਸੱਤ ਹੈ, ਉਹ ਸੁਪਨਾ ਨਹੀਂ, ਉਹ ਜਾਗ ਹੈ ਪੂਰੀ। ਬਾਕੀ ਸਾਰਾ ਸੰਸਾਰ ਸੁਪਨੇ ਲੈ ਰਿਹਾ, ਤੇਹੀ ਗੁਣੀ ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ। ਅਤੇ ਇਸੇ ਤਰ੍ਹਾਂ ਮਹਾਰਾਜ ਫਰਮਾਉਂਦੇ ਨੇ ਕਿ ਸੁਪਨੇ ਦੇ ਨਾਲ ਤੂੰ ਮਨ ਲਾਈ ਬੈਠਾ ਪ੍ਰੇਮੀਆ, ਆਹ ਤਾਂ ਤੈਨੂੰ ਜਦ ਜਾਗ ਆ ਜਾਣੀ ਹੈ ਕੋਈ ਵੀ ਨਹੀਂ ਹੋਣਾ। ਸੁਪਨੇ ਦੇ ਅੰਦਰ ਕਿੰਨਾ ਕੁਛ ਹੁੰਦਾ। ਇੱਕ ਰਾਜਾ ਸੀ, ਉਹਨੇ ਬਹੁਤ ਭਿਆਨਕ ਯੁੱਧ ਲੜਿਆ, 5-6 ਦਿਨ ਲੰਘ ਗਏ ਅਤੇ ਉਸਨੇ ਯੁੱਧ ਤਾਂ ਜਿੱਤ ਲਿਆ ਪਰ ਬਹੁਤ ਨੀਂਦ ਆ ਗਈ ਉਸਨੂੰ। ਉਹਨੇ ਹੁਕਮ ਕਰਤਾ ਕਿ ਜਦ ਤੱਕ ਮੈਂ ਨਾ ਜਾਗਾਂ ਉਸ ਵੇਲੇ ਤਾਈਂ ਮੈਨੂੰ ਜਗਾਉਣਾ ਨਹੀਂ ਹੈ। ਇੱਧਰ ਕਰਨਾ ਕੀ ਹੋਇਆ ਪਰਮੇਸ਼ਰ ਦਾ ਕਿ ਜਦ ਇਹ ਸੌਂ ਗਿਆ ਰਾਜਕੁਮਾਰ ਮਰ ਗਿਆ ਇਹਦਾ। ਹੁਣ ਇੰਤਜ਼ਾਰ ਕਰੀ ਜਾਂਦੇ ਨੇ ਵੀ ਰਾਜਾ ਜਾਗੇ ਤਾਂ ਫਿਰ ਇਹਦਾ ਸੰਸਕਾਰ ਕਰੀਏ। ਅਖੀਰ ਬਹੁਤ ਜ਼ਿਆਦਾ ਇੰਤਜ਼ਾਰ ਕਰਿਆ, ਨਾ ਜਾਗਿਆ। 1 ਦਿਨ 2 ਦਿਨ 3 ਦਿਨ 4 ਦਿਨ ਲੰਘੇ ਸੁੱਤੇ ਪਏ। ਹੁਣ ਵਜ਼ੀਰ ਜਿਹੜਾ ਵੱਡਾ ਹੈ ਉਹ ਕਹਿੰਦਾ ਸਖ਼ਤ ਹੁਕਮ ਹੈ ਕਿ ਮੈਂ ਕਤਲ ਕਰ ਦੂੰ ਜਿਹੜਾ ਮੈਨੂੰ ਜਗਾਏ। ਅਖੀਰ ਕਹਿਣ ਲੱਗਿਆ ਕੋਈ ਗੱਲ ਨਹੀਂ, ਮੈਂ ਜਗਾਉਣਾ, ਜੇ ਕਤਲ ਵੀ ਹੋ ਗਿਆ ਤਾਂ ਠੀਕ ਹੈ। ਉਸ ਵੇਲੇ ਜਾ ਕੇ ਇਸਨੇ ਰਾਜੇ ਨੂੰ ਜਗਾਇਆ। ਉੱਧਰ ਰਾਜੇ ਨੂੰ ਕੀ ਹੋਇਆ ਕਿ ਇੱਕ ਸੁਪਨੇ ਦੇ ਵਿੱਚ ਵੜ ਗਿਆ। ਉੱਥੇ ਕੋਈ ਰਾਜ ਸੀ, ਬੜਾ ਭਾਰਾ ਰਾਜ ਇਸ ਨੂੰ ਮਿਲ ਗਿਆ, ਬਹੁਤ ਸਾਰੀਆਂ ਰਾਣੀਆਂ ਨਾਲ ਵਿਆਹ ਕਰਾ ਲਿਆ, 4-5 ਲੜਕੇ ਹੋ ਗਏ, ਉਹਨਾਂ ਨੂੰ ਚੱਕੀ ਫਿਰਦਾ, ਦੇਖਦੇ ਦੇਖਦੇ ਜਵਾਨ ਹੋ ਗਏ, ਬੜੇ ਹੀ ਸੁੰਦਰ ਨੇ, ਉਹਨਾਂ ਦੇ ਨਾਲ ਪਰਚਿਆ ਹੋਇਆ। ਅਤੇ ਜਿਸ ਵਕਤ ਇਹ ਜਗਾਇਆ ਉਸ ਵੇਲੇ ਰਾਜੇ ਨੇ ਬੜੇ ਕ੍ਰੋਧ ਨਾਲ ਕਿਹਾ, ਕਹਿਣ ਲੱਗਿਆ ਵੀ ਤੁਹਾਨੂੰ ਪਤਾ ਨਹੀਂ ਮੈਨੂੰ ਕਿਉਂ ਜਗਾਇਆ ਤੁਸੀਂ? ਕਹਿਣ ਲੱਗੇ ਮਹਾਰਾਜ ਤੁਹਾਡਾ ਰਾਜਕੁਮਾਰ ਮਰ ਗਿਆ ਇਸ ਕਰਕੇ ਜਗਾਇਆ। ਉਹ ਕਹਿਣ ਲੱਗਿਆ ਇੱਕ ਨੂੰ ਰੋਂਦਾ, ਮੇਰੇ 4 ਮਰ ਗਏ, ਮੈਂ ਉਹਨਾਂ ਨੂੰ ਰੋਂਦਾ, ਤੁਸੀਂ ਇੱਕ ਨੂੰ ਰੋਂਦੇ ਹੋ, 4 ਰਾਜਕੁਮਾਰ ਮੇਰੇ ਮਾਰਤੇ ਤੇ, ਮੇਰਾ ਪਰਿਵਾਰ ਸਾਰਾ ਹੀ ਅੱਖਾਂ 'ਤੇ ਉਹਲੇ ਕਰਦਾ। ਸੋ ਮਹਾਰਾਜ ਕਹਿੰਦੇ ਇਸ ਤਰ੍ਹਾਂ ਦੇ ਨਾਲ ਇਹ ਸਾਰਾ ਸੰਸਾਰ ਜੈਸਾ ਸੁਪਨਾ ਰਹਿਣਕਾ ਤੈਸਾ ਇਹ ਸੰਸਾਰ। ਅਤੇ ਦੱਸਦੇ ਨੇ ਕਿ ਤੂੰ ਸੰਸਾਰ ਦੇ ਨਾਲ ਪਰਚਿਆ ਪਿਆ, ਬੜਾ ਭਾਰਾ, ਬੜੀ ਭਾਰੀ ਭੁੱਲ ਹੈ ਤੇਰੀ ਇਸ ਦੇ ਵਿੱਚ, ਤੂੰ ਸੱਤ ਅਵਸਥਾ ਨੂੰ ਛੱਡ ਕੇ ਅਸੱਤ ਅਵਸਥਾ ਸੰਸਾਰ ਦੇ ਵਿੱਚ ਮਨ ਲਾਈ ਬੈਠਾ, ਇਸ ਤਰ੍ਹਾਂ ਦੇ ਨਾਲ ਫਰਮਾਨ ਕਰਦੇ। ਲਾਲਿਆ ਮੂਰਖਾ ਚਿਤ ਨਾਲ ਸੁਪਨੇ ਦੇ, ਲਾਲਿਆ ਮੂਰਖਾ ਚਿਤ ਨਾਲ ਸੁਪਨੇ ਦੇ, ਮੈਂ ਸੁਪਨੇ ਦੇ ਚਿੱਤ ਨਾਲ ਸੁਪਨੇ।
ਲਾਗਿਆ ਮੂਰਖਾ ਉਹ ਚਿੱਤ ਨਾਲ ਸੁਪਨੇ ਦੇ, ਲਾਗਿਆ ਮੂਰਖਾ ਚਿੱਤ ਨਾਲ ਸੁਪਨੇ ਦੇ, ਸਿਆਣਾ ਬੰਦਾ ਨਹੀਂ ਕਹਿੰਦੇ, ਕਹਿੰਦੇ ਮੂਰਖ ਨੇ ਸੁਪਨੇ ਨਾਲ ਚਿੱਤ ਲਾ ਲਿਆ। ਇੱਕ ਸੁਪਨਾ ਰਾਤ ਦਾ ਹੈ ਅਤੇ ਇੱਕ ਸੁਪਨਾ ਜ਼ਿੰਦਗੀ ਦਾ, ਉਹਦੇ ਬਾਅਦ ਨਾ ਘਰ ਦੇ ਕਿਤੇ ਲੱਭਣੇ ਨੇ, ਨਾ ਜ਼ਮੀਨ, ਨਾ ਘਰ, ਨਾ ਕੋਈ ਹਿੰਦੁਸਤਾਨ ਲੱਭਣਾ, ਕੁਛ ਵੀ ਨਹੀਂ ਪਤਾ ਲੱਗਣਾ। ਕਹਿੰਦੇ ਚਿੱਤ ਸੁਪਨੇ 'ਚ ਲਾ ਕੇ ਵਿਸਰੇ ਰਾਜ ਰਸ ਭੋਗ ਜਾਗਤ ਪੁਛਲਾਏ, ਜਦੋਂ ਜਾਗ ਆ ਗਈ ਸੁਪਨੇ ਦੇ ਪਦਾਰਥਾਂ ਨੂੰ ਯਾਦ ਕਰ ਕਰਕੇ ਰੋਂਦਾ, ਕਿਉਂਕਿ ਉਹ ਤਾਂ ਸੱਤ ਨਹੀਂ ਸੀਗੇ, ਜਿਵੇਂ ਉਹ ਸੱਤ ਨਹੀਂ ਐਵੇਂ ਜਿਵੇਂ ਆਹ ਸੱਤ ਨਹੀਂ ਹੈ। ਆਰਜਾ ਗਈ ਵਿਹਾਏ ਧੰਦੇ ਤਾਇਆ, ਪੂਰਨ ਪਏ ਨਾ ਕਾਮ ਜਾਂ ਮੋਇਆ ਮਾਇਆ, ਕਿਆ ਵਿਚਾਰਾ ਜੰਤ ਜਾਂ ਆਪ ਭੁਲਾਏ। ਸੋ ਇਸ ਤਰ੍ਹਾਂ ਦੇ ਨਾਲ ਸੁਪਨਾ, ਇੱਕ ਵਾਰੀ ਇੱਕ 55 ਸੀ, ਉੱਥੇ ਰਾਜਾ ਆ ਗਿਆ, ਉਹਨੂੰ ਰਾਜੇ ਦੇਖਣ ਦਾ ਬੜਾ ਸ਼ੌਕ ਸੀ। ਹਮੇਸ਼ ਹਰੇਕ 'ਤੇ ਪੁੱਛਦਾ ਹੁੰਦਾ ਜਿਹਨੇ ਕਿਤੇ ਨੇ ਆਉਣਾ ਰਾਜਧਾਨੀ ਤੋਂ, ਵੀ ਤਾਂ ਰਾਜਾ ਦੇਖਿਆ ਉਹ ਕਿਹਾ ਜਿਹਾ ਹੁੰਦਾ, ਉਹ ਰੋਟੀ ਕਿਵੇਂ ਖਾਂਦਾ ਹੁੰਦਾ, ਉਹ ਬੋਲਦਾ ਕਿਵੇਂ ਹੁੰਦਾ। ਅਜੀਬ ਬਾਤ ਸੀ, ਅਤੇ ਸਭ ਨੇ ਦੱਸ ਦੇਣਾ ਵੀ ਆਪਣੇ ਵਰਗਾ ਹੀ ਹੁੰਦਾ, ਉਹਦਾ ਫਰਕ ਹੁੰਦਾ ਥੋੜ੍ਹਾ ਜਿਹਾ। ਕੁਦਰਤੀ ਉਸੇ ਪਿੰਡ ਦੇ ਵਿੱਚ ਰਾਜੇ ਦਾ ਕੈਂਪ ਲੱਗ ਗਿਆ, ਕਨਾਤਾਂ ਤਣ ਗਈਆਂ ਵੱਡੀਆਂ ਉੱਚੀਆਂ, ਅਤੇ ਉੱਥੇ ਰਾਜਾ ਆ ਗਿਆ। ਉਸਦੇ ਅੰਦਰ ਤੰਬੂ ਵਗੈਰਾ ਲੱਗੇ ਹੋਏ ਨੇ, ਇਹ ਕੁੱਚੇ ਦਰਖਤ 'ਤੇ ਕਿਸੇ ਬੋੜ ਦੇ ਦਰਖਤ 'ਤੇ ਬਹਿ ਗਿਆ ਛੁਪ ਕੇ, ਉੱਥੇ ਬੈਠਾ ਹੋਇਆ ਦੇਖੀ ਜਾਂਦਾ ਵੀ ਰਾਜਾ ਰਾਣੀਆਂ ਨਾਲ ਤੁਰਿਆ ਜਾਂਦਾ, ਹੁਣ ਬੈਠਾ, ਹੁਣ ਖਾਂਦੇ ਨੇ, ਹੁਣ ਪੀਂਦੇ ਨੇ, ਹੁਣ ਖੇਡਦੇ ਨੇ। ਇਹਦੇ ਚਿੱਤ ਦੇ ਵਿੱਚ ਇਕੱਲਾ ਇਕੱਲਾ ਸੰਸਕਾਰ ਘਰ ਕਰ ਗਿਆ, ਡੂੰਘਾ ਚਲਿਆ ਗਿਆ। ਇੱਕ ਦਿਨ ਦੁਪਹਿਰ ਦਾ ਮੌਕਾ, ਗਾਹਕ ਕੋਈ ਆਇਆ ਨਾ, ਇਹ ਪੈ ਗਿਆ, ਗਰਮੀ ਦਾ ਮਹੀਨਾ ਸੀ, ਅਤੇ ਉੱਥੇ ਪਏ ਨੂੰ ਕੀ ਸੁਪਨੇ ਦੇ ਵਿੱਚ ਆਇਆ ਕਿ ਰਾਜਾ ਬਣ ਗਿਆ। ਇੱਧਰਲਾ ਭੁੱਲ ਗਿਆ, ਕਿਉਂਕਿ ਸਾਧ ਸੰਗਤ ਜੀ ਸਭ ਨੂੰ ਸੁਪਨੇ ਆਉਂਦੇ ਆ, ਉਸ ਵੇਲੇ ਕਿਸੇ ਨੂੰ ਨਹੀਂ ਪਤਾ ਵੀ ਮੇਰੇ ਕੋਲ ਪੈਸਾ ਵੀ ਹੈ, ਮੇਰੇ ਕੋਲ ਘਰ ਵੀ ਹੈ, ਮੇਰੇ ਬੱਚੇ ਵੀ ਨੇ, ਪਤਾ ਹੀ ਨਹੀਂ ਲੱਗਦਾ ਹੋਰੇ ਦੁਨੀਆ ਹੋਰੇ ਬਾਤਾਂ। ਸੋ ਰਾਜਾ ਬਣ ਗਿਆ, ਰਾਜਾ ਬਣ ਕੇ ਹਾਲ ਚਾਲ ਸਾਰਾ ਦੇਖਦਾ ਰਿਹਾ, ਅਤੇ ਉਧਰਲੇ ਪਾਸੇ ਗਾਹਕ ਆ ਗਿਆ, ਵਿਆਹ ਕਰਾ ਲਏ, ਸਭ ਕੁਛ ਕਰ ਲਏ, ਪੂਰਾ ਰਾਜਾ ਵਾਲਾ ਜੀਵਨ ਬਣਾ ਲਿਆ, ਕਿਉਂਕਿ ਉਹ ਸੰਸਕਾਰ ਉਹਦੇ ਗਹਿਰਾ ਜਾਣ ਕਰਕੇ ਉਹ ਘਰ ਕਰ ਗਿਆ, ਕਾਸਾ ਪਾ ਗਿਆ ਯਾਦਾਸ਼ਤ, ਅਤੇ ਹੁਣ ਰਾਜਾ ਬਣਿਆ, ਟਹਿਲਦਾ ਫਿਰਦਾ, ਰਾਣੀਆਂ ਨਾਲ ਨੇ। ਅਤੇ ਇੱਧਰੇ ਪਾਸੇ ਕਿਸੇ ਨੇ ਆ ਕੇ ਕਿਹਾ, ਉਹ ਪੜਪੁੰਜੇ ਇੱਕ ਪੈਸੇ ਦੇ ਮੈਨੂੰ ਛੋਲੇ ਦੇ। ਇਹ ਰਾਜਾ ਬਣਿਆ ਹੋਇਆ, ਹੁਣ 55 ਹੋਵੇ ਤਾਂ ਜਾਗੇ, ਦੂਜੀ ਹਾਕ ਮਾਰੀ, ਤੀਜੀ ਮਾਰੀ, ਚੌਥੀ ਮਾਰੀ, ਇਹ ਜਾਗਿਆ ਹੀ ਨਾ। ਉਹ ਅੰਦਰੇ ਇਹਦੀ ਘਰ ਵਾਲੀ ਬੈਠੀ ਸੀ, ਉਹ ਸੀ ਬੜੀ ਲੜਾਕੀ, ਸਾਰਾ ਦਿਨ ਇਹਨੂੰ ਗਾਲਾਂ ਕੱਢੀ ਜਾਂਦੀ ਸੀ। ਉਹਨੇ ਆ ਕੇ ਕਿਹਾ, ਗਾਹਾਂ ਖੜਾ, ਤੂੰ ਜਾਗਦਾ ਕਿਉਂ ਨਹੀਂ? ਅਤੇ ਫੇਰ ਨਾ ਜਾਗਿਆ, ਜ਼ੋਰ ਦੀ ਠੇਡਾ ਮਾਰਿਆ ਪੈਰ ਦਾ, ਕਹਿੰਦੀ ਉੱਠਦਾ ਨਹੀਂ। ਉੱਠ ਕੇ ਰੋਣ ਲੱਗ ਗਿਆ, ਕਹਿੰਦਾ ਮੇਰਾ ਪਰਿਵਾਰ ਕਿੱਥੇ ਗਿਆ, ਮੇਰੀਆਂ ਰਾਣੀਆਂ ਕਿੱਥੇ ਗਈਆਂ? ਉਹ ਗਾਹਕ ਨੇ ਸਮਝ ਲਿਆ ਵੀ ਇਹਨੂੰ ਕੋਈ ਸੁਪਨਾ ਆਉਂਦਾ ਸੀ, ਐਵੇਂ ਜਗਾਤਾ ਵਿਚਾਰਾ, ਰਾਜਾ ਬਣਿਆ ਆਇਆ ਸੀ। ਸੋ ਕਹਿੰਦੇ ਮਹਾਰਾਜ ਫਰਮਾਉਂਦੇ ਨੇ ਕਿ ਸੁਪਨੇ ਚਿੱਤ ਸੇਤੀ ਚਿੱਤ ਮੂਰਖ ਲਾਇਆ, ਮੂਰਖ ਸੁਪਨੇ ਦੇ ਨਾਲ ਹੈ। ਦੁਨੀਆ ਕੀ ਹੈ, ਚਾਰ ਦਿਨ ਦਾ ਇੱਥੇ ਚਮਤਕਾਰ ਹੈ, ਚਿੱਤ ਲਾਈ ਬੈਠੇ ਹਾਂ ਅਸੀਂ, ਨਾਲ ਤਾਂ ਸਾਡੇ ਕੁਛ ਨਹੀਂ ਜਾਣਾ, ਕਿਸੇ ਚੀਜ਼ ਨਹੀਂ ਜਾਣਾ, ਕਿੰਨਾ ਫਸੇ ਹੋਏ ਹਾਂ। ਜੇ ਗਲਤੀ ਦੇ ਨਾਲ ਸਾਡੇ ਬੰਨੇ ਨਾਲ ਹੜ ਲੱਗ ਜਾਵੇ, ਵਰਸੇ ਲੈ ਕੇ ਚਾਹੁੰਦੇ ਹਾਂ ਜੀ, ਸਾਡਾ ਬੰਨਾ ਬਾਤ ਆ, ਪੰਚਾਇਤ ਨਹੀਂ ਕਰਦੇ, ਪੁੱਛਦੇ ਨਹੀਂ ਉਹ 'ਤੇ ਵੀ ਕੀ ਗੱਲ ਹੋ ਗਈ ਸੀ, ਦੱਸ ਦੂਗਾ ਵੀ ਟਰੈਕਟਰ ਬੇਕਾਬੂ ਜਿਹਾ ਹੋ ਗਿਆ ਸੀ, ਪਤਾ ਹੀ ਨਾ ਰਿਹਾ ਮੈਨੂੰ ਤੁਹਾਡੇ ਖੇਤ ਜਾਬੜੇ, ਕਿਉਂਕਿ ਸੁਪਨੇ ਨਾਲ ਚਿੱਤ ਲਾਇਆ ਹੋਇਆ। ਵੈਰ ਮਾੜੀ ਜਿਹੀ ਗੱਲ ਕੋਈ ਕਹਿ ਦੇਵੇ, ਬਦਲਾ ਲੈਂਦੇ ਹਾਂ ਫਿਰ ਉਹਦਾ, ਨੇ ਕਹੀ ਕਿਉਂ ਸੀ, ਕੌਣ ਉਹ ਬੰਦਾ ਜਿਹੜਾ ਮੈਨੂੰ ਐਡੀ ਗੱਲ ਕਹਿ ਗਿਆ? ਇਹ ਹਉਮੈ ਦੇ ਮਾਇਆ ਦੇ ਚਮਤਕਾਰੇ ਹੋਣ ਕਰਕੇ ਸੁਪਨਾ ਹੈ। ਸੋ ਇਸ ਤਰ੍ਹਾਂ ਦੇ ਨਾਲ ਕਹਿਣ ਲੱਗੇ ਸੰਤੋ, ਇਸ ਨੂੰ ਇੱਕ ਸੁਪਨਾ ਆਇਆ ਸੀ, ਇਹ ਸੁਪਨੇ ਨੂੰ ਰਾਜਾ ਜਨਕ ਸੱਤ ਮੰਨ ਬੈਠਿਆ ਸੀ, ਅਤੇ ਇਹਨੂੰ ਵੀ ਸੁਪਨਾ ਸਮਝਦਾ ਸੀ ਵੀ ਆਹ ਜਾਗ ਹੈ ਕਿ ਉਹ ਜਾਗ ਸੀ, ਅਤੇ ਅਸੀਂ ਮੈਂ ਇਹ ਜਵਾਬ ਦਿੱਤਾ ਕਿ ਉਹ ਵੀ ਅਸੱਤ, ਉਹ ਵੀ ਝੂਠਾ ਅਤੇ ਇਹ ਵੀ ਝੂਠਾ। ਸੱਤ ਅਵਸਥਾ ਆਤਮ ਸਥਿਤੀ ਦੀ ਹੋਇਆ ਕਰਦੀ ਹੈ, ਜਦੋਂ ਆਦਮੀ ਦੇ ਅਗਿਆਨ ਦਾ ਨਾਸ਼ ਹੋਵੇ, ਗਿਆਨ ਦਾ ਪ੍ਰਕਾਸ਼ ਹੋ ਜਾਵੇ,
ਉਸ ਵੇਲੇ ਮਾਇਆ ਉਹਦੇ 'ਤੇ ਅਸਰ ਨਹੀਂ ਕਰਦੀ, ਨਹੀਂ ਤਾਂ ਬਾਕੀ ਸਾਰਾ ਸੰਸਾਰ ਜਿੰਨਾ ਹੈ ਮਾਇਆ ਦੇ ਅਸਰ ਹੋਣ ਕਰਕੇ ਉਸ ਨੂੰ ਪਤਾ ਹੀ ਨਹੀਂ ਲੱਗਦਾ। ਇੰਨਾ ਅੰਧਕਾਰ ਪਿਆ ਕਿ ਕੋਈ ਸਮਝ ਨਹੀਂ ਆਉਂਦੀ। ਮਾਇਆ ਮੋਹ ਗਵਾਰ ਹੈ, ਮਹਾਰਾਜ ਕਹਿੰਦੇ ਗਵਾਰ ਹੈ, ਨੇਰ ਗਵਾਰ। ਗੁਰਬਿਨ ਗਿਆਨ ਨਾ ਹੋਈ, ਸ਼ਬਦ ਲੱਗੇ ਤਿੰਨ ਬੂਝਿਆ ਦੂਜੇ ਪਰਜ ਵਿਗੋਈ। ਜਿਹੜੇ ਨਾਮ ਜਪਣ ਲੱਗ ਗਏ ਉਹਨਾਂ ਨੂੰ ਤਾਂ ਲੱਗ ਗਿਆ ਪਤਾ ਵੀ ਇਹ ਗਵਾਰ ਸੀ ਬਹੁਤ ਬੜਾ ਮਾਇਆ ਦਾ। ਇਹ ਮਾਇਆ ਕੀ ਕੰਮ ਕਰਦੀ ਹੈ? ਸਭ ਤੋਂ ਵੱਡਾ ਇਹ ਹੁੰਦੀ ਹੈ ਕਿ ਪਰਮੇਸ਼ਰ ਨੂੰ ਭੁਲਾ ਦਿੰਦੀ ਹੈ। ਵਾਹਿਗੁਰੂ ਸਾਰੇ ਪਰਿਪੂਰਨ ਹੈ, ਜ਼ਮੀਨ ਜ਼ਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾਟ ਹੈ ਨਾ ਬਾੜ ਹੈ ਨਾ ਬਾੜ ਘਾਟ ਹੋਤ ਹੈ, ਇਸ ਤਰ੍ਹਾਂ ਭੁਲਾਉਂਦੀ ਹੈ। ਤੁਮਰੇ ਚਰਨ ਵਸਾਰੇ ਜੀ ਇਨ ਮਾਇਆ ਜਗਦੀਸ਼ ਗਸਾਈ, ਤੁਮਰੇ ਚਰਨ ਵਸਾਰੇ ਜੀ ਇਨ ਮਾਇਆ ਜਗਦੀਸ਼ ਗਸਾਈ, ਪ੍ਰੀਤ ਨਾ ਉਪਜੇ ਜਨ ਕੋ ਜਨ ਕਹਾਂ ਕਰੇ ਵਿਚਾਰੇ। ਕਹਿੰਦੇ ਇੰਨਾ ਮਾਇਆ ਦੇ ਗਵਾਰ ਵਿੱਚ ਬੰਦਾ ਆ ਗਿਆ ਕਿ ਵਾਹਿਗੁਰੂ ਕੋਲ ਰਹਿੰਦਾ ਹੋਇਆ ਨਾਲ ਰਹਿੰਦਾ ਹੋਇਆ ਆਪਣਾ ਆਪ ਹੁੰਦਾ ਹੋਇਆ ਉਹਨੂੰ ਭੁੱਲੀ ਫਿਰਦਾ, ਦੇਖਣ ਵਾਲੀਆਂ ਚੀਜ਼ਾਂ ਨੂੰ ਦੇਖੀ ਜਾਂਦਾ। ਇਹ ਫਿਰ ਮਨੁੱਖ ਨੂੰ ਮਨੁੱਖ ਨਹੀਂ ਰਹਿਣ ਦਿੰਦੀ, ਮਨੁੱਖ ਤੋਂ ਵੀ ਹੇਠਾਂ ਦੇ ਦਰਜੇ 'ਤੇ ਪਹੁੰਚਾ ਦਿੰਦੀ ਆ, ਪਸ਼ੂਆਂ ਦੇ ਦਰਜੇ। ਆਵਨ ਆਏ ਜਗਤ ਮੈਂ ਬਿਨ ਬੂਝੇ ਪਸਟੋਰ, ਨਾਨਕ ਗੁਰਮੁਖ ਸੋ ਬੁਗੈ ਬੁਝੈ ਜਾਂ ਕੇ ਭਾਗ ਮਥੋਰ। ਯਾ ਜਗ ਮੈਂ ਇੱਕ ਇੱਕ ਉਹ ਆਇਆ, ਜਨਮ ਤਮੋਹ ਮੋਹ ਨਹੀਂ ਮਾਇਆ, ਮਾਇਆ ਨੇ ਮੋਲਿਆ। ਝੂਠ ਵੀ ਬੋਲਦਾ, ਛਲ ਵੀ ਕਰਦਾ, ਕਪਟ ਵੀ ਕਰਦਾ, ਫਿਰ ਕਤਲ ਵੀ ਕਰਦਾ, ਦੂਜਿਆਂ ਨੂੰ ਦੁੱਖ ਵੀ ਦਿੰਦਾ, ਚੀਜ਼ਾਂ 'ਚ ਮਿਲਾਵਟ ਕਰਦਾ। ਕੱਲ੍ਹ ਸਹੀ ਅਖਬਾਰ 'ਚ ਕਿ 2705 ਦਵਾਈਆਂ ਨਕਲੀ ਫੜੀਆਂ ਗਈਆਂ ਨੇ, 2705 ਕਿਸਮ ਦੀਆਂ। ਹੁਣ ਲੈ ਲਓ ਦਵਾਈ, ਕਾਹਦੇ ਨਾਲ ਰਾਜ਼ੀ ਹੋ ਜਾਓਗੇ? ਬੰਦਾ ਰਾਜ਼ੀ ਨਹੀਂ ਹੁੰਦਾ, ਕਿਉਂਕਿ ਦਵਾਈਆਂ ਨਕਲੀ ਨਕਲੀ। ਇੰਨੀਆਂ ਕੁ ਤਾਂ ਉਹਨਾਂ ਨੇ ਕੱਢਤੀਆਂ ਜਿਨ੍ਹਾਂ ਨੇ ਪੈਸੇ ਪੂਸੇ ਦੇ, ਅਤੇ ਇੱਦੋਂ ਵੀ ਜ਼ਿਆਦਾ ਵਾਲਿਆਂ ਨੇ ਉਹ ਬਚ ਗਏ, ਉਹਨਾਂ ਦੀ ਰਿਪੋਰਟ ਨਹੀਂ ਦਿੱਤੀ ਆ। 2705 ਦੀ ਆਈ ਆ ਕੱਲ੍ਹ। ਕੋਈ ਲੈ ਲਓ ਵਿਟਾਮਿਨ ਲੈ ਲਓ, ਹੋਰ ਬਿਮਾਰੀਆਂ ਦੀਆਂ ਦਵਾਈਆਂ ਲੈ ਲਓ, ਇੰਨੇ ਕਿਸਮ ਦੀ ਦਵਾਈ ਸਾਰੀ ਉਹ ਨਕਲੀ ਪਾਈ ਗਈ ਹੈ। ਇਹ ਸਭ ਮਾਇਆ ਦੇ ਕੌਤਕ ਨੇ। ਇੱਕ ਵਾਰੀ ਇੱਕ ਮਹਾਤਮਾ ਕਿਸੇ ਜੰਗਲ 'ਚ ਰਹਿ ਕੇ ਬੰਦਗੀ ਕਰਿਆ ਕਰਦੇ ਸੀ, ਅਤੇ ਜੰਗਲ 'ਚ ਮਹਾਤਮਾ ਇਸ ਵਾਸਤੇ ਰਹਿੰਦੇ ਨੇ ਵੀ ਅਖੰਡ ਜਾਪ ਹੋ ਜਾਵੇ, ਕਿਉਂਕਿ ਉਹ ਸਵਾਦ ਐਸਾ ਹੈ ਕਿ ਟੁੱਟਣ ਵੇਲੇ ਦੁੱਖ ਮਹਿਸੂਸ ਹੁੰਦਾ, ਉਹ ਸੁਰਤ ਉੱਪਰ ਰਹਿੰਦੀ ਹੈ, ਹੇਠਾਂ ਨਹੀਂ ਆਉਂਦੀ, ਅਤੇ ਦਰਜਾ ਵੀ ਉਹਦਾ ਵੱਧ ਜਾਂਦਾ ਹੈ। ਆਤਮ ਰਸ ਜੇ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ
ਰਾਂਚਕ ਨਾਹੀਂ ਭੇਵ। ਕਹਿੰਦੇ ਜਿਹਨੂੰ ਆਤਮਾ ਦਾ ਰਸ ਆ ਗਿਆ, ਆਤਮ ਮੰਡਲ ਦੇ ਵਿੱਚ ਜਿਸਦਾ ਪ੍ਰਵੇਸ਼ ਹੋ ਗਿਆ ਅਤੇ ਜਿਹਦੀ ਲਿਵ ਲੱਗ ਗਈ, ਉਹ ਕਹਿੰਦੇ ਖਾਲਸਾ ਹੈ ਭਾਈ। ਆਤਮ ਵਸ ਜੇ ਜਾਣ ਹੀ ਸੋ ਹੈ ਖਾਲਸ ਦੇ, ਫਿਰ ਦਰਜਾ ਕੀ ਹੈ? ਪ੍ਰਭ ਮੈਂ, ਮੋਹ ਮੈਂ, ਤਾਸ ਮੈਂ, ਰਾਂਚਕ ਨਾਹੀਂ ਪੇ। ਗੁਰੂ ਦਸ਼ਮੇਸ਼ ਪਿਤਾ ਕਹਿੰਦੇ ਨੇ ਮੇਰੇ ਵਿੱਚ ਵਾਹਿਗੁਰੂ 'ਚ ਅਤੇ ਉਹਦੇ ਵਿੱਚ ਫਿਰ ਕੋਈ ਭੇਦ ਨਹੀਂ ਰਹਿ ਜਾਂਦਾ, ਕਿਉਂਕਿ ਉਹ ਤਾਂ ਮਾਇਆ ਤੋਂ ਉੱਪਰ ਹੋ ਗਿਆ, ਮਾਇਆ ਤੇ ਉੱਤੇ ਆਤਮਾ, ਆਤਮਾ ਸਾਰਿਆਂ ਦੀ ਇੱਕ ਹੈ, ਇੱਕੋ ਹੀ ਹੈ ਪਰਮੇਸ਼ੁਰ ਖੇਲਦਾ। ਜਿਵੇਂ ਜਲ ਹੈ, ਤਰੰਗ ਹੈ, ਫੇਨ ਹੈ, ਬੁੱਧਬੁੱਧ ਹੈ, ਹੈ ਸਮੁੰਦਰ ਦਾ ਹੀ, ਉਹ ਸਮੁੰਦਰ ਪਾਣੀ ਉੱਛਲਦਾ। ਇਸੇ ਤਰ੍ਹਾਂ ਮਾਇਆ ਦੇ ਨਾਲ ਆ ਸਭ ਕੁਝ ਸੰਸਾਰ ਨਜ਼ਰ ਆਉਂਦਾ। ਮਹਾਰਾਜ ਕਹਿੰਦੇ ਨਹੀਂ, ਇਹ ਵਿਸ ਸੰਸਾਰ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀਆ ਹੈ। ਸੋ ਮਹਾਤਮਾ ਉੱਥੇ ਭਜਨ ਕਰਦੇ ਸੀ ਅਤੇ ਭਜਨ ਕਰਦੇ ਹੋਏ ਇੱਕ ਕੋਈ ਪ੍ਰੇਮੀ ਆ ਗਿਆ ਅਤੇ ਬਈ ਮਹਾਤਮਾ ਨੇ ਕੋਈ ਖਾਣ ਪੀਣ ਨੂੰ ਮਿਲ ਜੂ ਇੱਥੇ। ਇਹਨੇ ਨੂੰ ਇੱਕ ਬੀਬੀ ਆਈ, ਉਹ ਲਿਆ ਕੇ ਉਹਨੇ ਇੱਕ ਬਰਤਨ ਦੇ ਵਿੱਚ ਬੰਨਿਆ, ਪੂਣੇ 'ਚ ਬੰਨਿਆ ਹੋਇਆ ਬਰਤਨ ਰੱਖ ਦਿੱਤਾ ਅਤੇ ਰੱਖ ਕੇ ਆਪ ਮੱਥਾ ਟੇਕ ਕੇ ਤੁਰ ਗਈ। ਮਹਾਤਮਾ ਕਹਿਣ ਲੱਗੇ ਪ੍ਰੇਮੀਆਂ ਪ੍ਰਸ਼ਾਦਾ ਆਇਆ, ਛਕਣਾ? ਕਹਿੰਦੇ ਹਾਂ ਮਹਾਰਾਜ। ਕਹਿੰਦੇ ਚੱਲ ਪਹਿਲਾਂ ਇਸ਼ਨਾਨ ਕਰ ਲਈਏ, ਆ ਜਾ। ਇੱਧਰ ਦੇਖ, ਉੱਧਰ ਦੇਖ, ਕਹਿਣ ਲੱਗਿਆ ਮੈਂ ਤਾਂ ਮਹਾਰਾਜ ਨਦੀ 'ਚੋਂ ਹੀ ਲੰਘਿਆ, ਇੱਥੋਂ ਹੀ ਵਿੱਚੋਂ ਹੀ ਆਇਆ ਸੀ, ਮੈਂ ਉੱਥੇ ਇਸ਼ਨਾਨ ਵੀ ਕਰ ਆਇਆ ਸੀ ਅਤੇ ਮੈਂ ਹੱਥ ਪੈਰ ਵੀ ਧੋ ਲਏ ਸੀ। ਜਦ ਸੰਤ ਚਲੇ ਗਏ, ਡੂੰਘੀ ਸੀ ਨਦੀ ਅਤੇ ਇਹਨੇ ਦੇਖ ਲਿਆ ਵੀ ਹੁਣ ਤਾਂ ਕੱਪੜੇ ਲਾਹ ਕੇ ਲੱਗ ਗਏ ਨਹਾਉਣ, ਮੌਕਾ ਹੈ ਹੁਣ। ਉਹ ਪੌਣਾ ਖੋਲ੍ਹਿਆ, ਦੇਖਿਆ 6 ਪਰੌਂਠੇ, 2 ਖਾ ਲਏ ਆਰਾਮ ਨਾਲ, ਉਵੇਂ ਜਿਵੇਂ ਬੰਨ ਕੇ ਰੱਖਤਾ। ਨਿਸ਼ਾਨੀ ਸਾਰੀਆਂ ਉਵੇਂ ਜਿਵੇਂ ਪਹਿਲਾਂ ਖੋਲ੍ਹਣ ਵੇਲੇ ਨਿਸ਼ਾਨੀਆਂ ਦੇਖਦਾ ਰਿਹਾ ਵੀ ਜਿਵੇਂ ਹੈ, ਕਿਤੇ ਨਿਸ਼ਾਨੀ ਨਾ ਲਾ ਗਏ ਹੁਣ, ਕਿਤੇ ਸੰਤ ਕੋਈ ਐਵੇਂ ਰੋੜੀ ਰਾੜੀ ਰੱਖ ਗਏ ਹੁਣ ਇੱਥੇ। ਉਵੇਂ ਜਿਵੇਂ ਰੱਖਤਾ, ਫਿਰ ਆਪ ਪਾਸੇ ਜੇ ਹੋ ਕੇ ਬਹਿ ਗਿਆ, ਦੇਖਣ ਲੱਗ ਗਿਆ ਸੰਤਾਂ ਨੂੰ। ਸੰਤਾਂ ਨੇ ਕਿਹਾ ਵੀ ਪ੍ਰੇਮੀ ਭੁੱਖਾ ਹੋਣਾ, ਬਾਹਰ ਹੀ ਬੈਠਾ, ਚਲੋ ਪ੍ਰਸ਼ਾਦਾ ਦੇਈਏ। ਉੱਥੇ ਆ ਕੇ ਜਦ ਖੋਲ੍ਹਿਆ, ਉਹਦੇ 4 ਪਰੌਂਠੇ। ਕਹਿੰਦੇ ਪ੍ਰੇਮੀਆਂ ਬੀਬੀ 6 ਲਿਆਉਂਦੀ ਹੁੰਦੀ ਹੈ ਅਤੇ ਤੈਂ ਤਾਂ ਨਹੀਂ ਛਕੇ? ਕਹਿੰਦਾ ਨਾ ਮਹਾਰਾਜ, ਮੈਂ ਤਾਂ ਅੰਦਰ ਵੀ ਨਹੀਂ ਵੜਿਆ। ਕਹਿੰਦੇ ਆ ਜਾ ਫਿਰ, 2 ਆਪ ਲੈ ਲਏ, 2 ਉਹਨੂੰ ਦੇ ਤੇ। ਸੰਤਾਂ ਨੇ ਦੇਖ ਲਿਆ ਵੀ ਬੰਦਾ ਝੂਠਾ ਹੈ, ਕੋਈ ਮਾਇਆ ਦਾ ਪੁਜਾਰੀ ਆ ਵੜਿਆ ਅੱਜ, ਇਹਦਾ ਮਨ ਤਨ ਸਭ ਮਾਇਆ ਨੇ ਮੋਹਿਆ ਪਿਆ, ਪਰ ਸੱਚ ਕੱਢਣਾ ਇਹਦੇ ਵਿੱਚੋਂ, ਕਿਉਂਕਿ ਸੱਚ ਤਾਂ ਸਭ ਦੇ ਅੰਦਰ ਹੈ। ਕੋਈ ਬੰਦਾ ਐਸਾ ਨਹੀਂ ਜਿਹਦੇ ਅੰਦਰ ਸੱਚ ਨਹੀਂ, ਪਰ ਮਾਇਆ ਨੇ ਢਕਿਆ ਪਿਆ। ਜਿਵੇਂ ਪਾਣੀ ਹੈ, ਟੋਬੇ ਦੇ ਅੰਦਰ ਬੂਰ ਆ ਜਾਵੇ, ਬੂਰ ਨਜ਼ਰ ਆਉਂਦਾ, ਪਾਣੀ ਨਜ਼ਰ ਨਹੀਂ ਆਉਂਦਾ। ਇਸੇ ਤਰ੍ਹਾਂ ਅਗਿਆਨ ਰੂਪੀ ਮਾਇਆ ਸਭ ਦੇ ਮਨਾਂ 'ਤੇ ਛਾ ਗਈ ਅੰਤਸ਼ਕਰਨ 'ਚ। ਉਹ ਜਿਹੜਾ ਆਤਮ ਜੋਤੀ ਹੈ ਅੰਦਰ, ਉਹ ਢੱਕ ਲਈ ਉਸਨੇ। ਹੁਣ ਜੇ ਕੋਈ ਮਿਹਨਤ ਕਰੇ ਤਾਂ ਉੱਥੇ ਆਤਮ ਮੰਡਲ 'ਚ ਪਹੁੰਚ ਕੇ ਆਤਮਾ ਦਾ ਸਾਕਸ਼ਾਤਕਾਰ ਆਪਣੇ ਆਪ ਨੂੰ ਪਛਾਣ ਜਾਂਦਾ। ਆਤਮਾ ਪ੍ਰਾਪਤ ਨਹੀਂ ਹੁੰਦੀ, ਆਤਮਾ ਤਾਂ ਸਭ ਦੇ ਅੰਦਰ ਹੈਗੀ ਹੋਈ। ਮਾਇਆ ਦੂਰ ਕਰੋ ਤਾਂ ਆਤਮਾ ਦੇ ਆਪਣੇ ਸਰੂਪ ਨੂੰ ਪਛਾਣ ਜਾਂਦਾ ਵੀ ਮੈਂ ਤਾਂ ਜੀਵ ਨਹੀਂ ਹਾਂ, ਮੈਂ ਆਤਮਾ। ਸੋ ਕਹਿਣ ਲੱਗੇ ਇਹਦੇ ਅੰਦਰੋਂ ਸੱਚ ਅਗੇੜਨਾ। ਕਹਿੰਦੇ ਕਿੱਥੇ ਜਾਣਾ? ਕਹਿੰਦਾ ਮਹਾਰਾਜ ਮੈਂ ਜਾਣਾ ਤਾਂ ਬੜੀ ਦੂਰ ਹੈ, ਫਲਾਣੇ ਸ਼ਹਿਰ ਜਾਣਾ, ਫਲਾਣੇ ਪਿੰਡ ਜਾਣਾ। ਕਹਿੰਦੇ ਅਸੀਂ ਵੀ ਉੱਧਰ ਜਾਣਾ, ਰਸਤਾ ਬੜਾ ਖਰਾਬ ਹੈ। ਤਾਂ ਤਾਂ ਕਹਿੰਦਾ ਜੀ ਮੌਜਾਂ ਬਣ ਗਈਆਂ। ਫਿਰ ਅੱਗੇ ਨਦੀ ਆ ਗਈ, ਕਿਸ਼ਤੀ ਕੋਈ ਨਹੀਂ। ਕਹਿਣ ਲੱਗਿਆ ਮਹਾਰਾਜ ਇੱਥੋਂ ਕਿਵੇਂ ਲੰਘੀਏ? ਕਹਿੰਦੇ ਐਂ ਕਰ, ਰਾਮ ਦਾ ਨਾਮ ਤਾਂ ਭੌਜਲ ਤਾਰ ਪਾਰ ਕਰਾ ਦਿੰਦਾ, ਸਾਡੇ ਪਿੱਛੇ ਪਿੱਛੇ ਆਈ ਜਾ, ਰਾਮ ਰਾਮ ਕਹੀਏ। ਸੋ ਨਦੀ ਪਾਰ ਕਰ ਗਿਆ। ਸੰਤ ਕਹਿਣ ਲੱਗੇ ਦੇਖੀ ਰਾਮ ਦੇ ਨਾਮ 'ਚ ਬਰਕਤ? ਕਹਿੰਦਾ ਬੜੀ ਬਰਕਤ ਹੈ ਜੀ। ਕਹਿੰਦੇ ਦੇਖ ਲੈ, ਮੰਨਦਾ ਨਾ ਰੱਬ ਨੂੰ? ਕਹਿੰਦਾ ਹਾਂ ਜੀ, ਮੈਂ ਤਾਂ ਪਹਿਲਾਂ ਹੀ ਮੰਨਦਾ। ਕਹਿੰਦੇ ਪਰੌਂਠੇ ਤੈਂ ਖਾਧੇ ਨੇ ਦੱਸ? ਕਹਿੰਦਾ ਮਹਾਰਾਜ ਮੈਂ ਇੰਨੀ ਗੱਲ 'ਤੇ ਝੂਠ ਬੋਲਣਾ ਸੀ? ਇੰਨੀ ਗੱਲ 'ਤੇ ਤਾਂ ਮੈਂ ਬੋਲਣਾ ਨਹੀਂ ਸੀ, ਮੈਂ ਰੱਬ ਨੂੰ ਜਾਣਨ ਵਾਲਾ ਬੰਦਾ, ਮੈਂ ਰਾਮ ਰਾਮ ਵੀ ਕਰਦਾ, ਸਭ ਕੁਝ ਕਰਦਾ। ਸੰਤ ਕਹਿੰਦੇ ਅਜੇ ਨਹੀਂ ਮੰਨਦਾ। ਗਾਹਾਂ ਗਏ ਤਾਂ ਸ਼ੇਰ ਮਿਲ ਗਿਆ। ਕਹਿੰਦਾ ਮਹਾਰਾਜ ਖਾਜੂ? ਕਹਿੰਦੇ ਜਿਵੇਂ ਨੰਦੀ ਲੰਘਿਆ ਨਾ, ਉਵੇਂ ਜਿਵੇਂ ਰਾਮ ਰਾਮ ਕਰੀ ਜਾ, ਇਹ ਪੂੰਛ ਹਿਲਾਊਗਾ, ਮਿੱਤਰ ਬਣ ਜੂ ਆਪਣਾ। ਸੰਤ ਵੀ ਕੋਲ ਦੀ ਲੰਘੇ, ਇਹ ਵੀ ਲੰਘਿਆ ਅਤੇ ਉੱਥੇ ਜਾ ਕੇ ਸੰਤ ਕਹਿਣ ਲੱਗੇ ਦੇਖਿਆ ਰਾਮ ਦੇ ਨਾਮ ਦਾ ਪ੍ਰਤਾਪ ਕਿੰਨਾ ਪ੍ਰੇਮੀਆਂ? ਕਹਿੰਦਾ ਹਾਂ ਜੀ। ਕਹਿੰਦੇ ਫਿਰ ਉਸ ਰਾਮ ਨੂੰ ਜਾਣ ਕੇ ਦੱਸ ਵੀ ਪਰੌਂਠੇ ਤਾਂ ਖਾਧੇ ਆ? ਕਹਿੰਦਾ ਤੁਹਾਨੂੰ ਤਾਂ ਮਹਾਰਾਜ ਕਿਉਂ ਨਿੱਕੀ ਵਹਿਮ ਹੋ ਗਿਆ, ਪਰੌਂਠਿਆਂ ਦੀ ਉਹ ਗੱਲ ਨਹੀਂ ਛੱਡਦੇ, 2 ਪਰੌਂਠਿਆਂ ਦਾ ਹੀ ਰੌਲਾ ਹੈ ਇਹਦੇ ਉੱਤੇ। ਮਹਾਰਾਜ ਮੈਂ ਤਾਂ ਸਮਝਿਆ ਸੀ ਵੀ ਤੁਸੀਂ ਲੋਭ ਲਾਲਚ ਤੋਂ ਉੱਤੇ ਹੀ ਹੋ, ਤੁਸੀਂ ਮੁੜ ਮੁੜ ਕੇ ਮੈਨੂੰ ਝੂਠਾ ਬਣਾਏ ਜਾਣੇ, ਔਖਾ ਹੋ ਗਿਆ। ਗਾਹਾਂ ਬਣ ਆ ਗਿਆ, ਉਹਨੂੰ ਲੱਗੀ ਹੋਈ ਸੀ ਅੱਗ, ਉੱਥੇ ਗਿਆ
ਤਾਂ ਕਹਿੰਦਾ ਜੀ ਹੁਣ ਤਾਂ ਅਸੀਂ ਬਚ ਨਹੀਂ ਸਕਦੇ। ਕਹਿੰਦੇ ਜਿਹੜੇ ਰਾਮ ਨੇ ਆਪਾਂ ਨੂੰ ਸ਼ੇਰ ਤੋਂ ਬਚਾਇਆ, ਪਾਣੀ 'ਚੋਂ ਕੱਢਿਆ, ਉਹ ਬਚਾ ਦੇਗਾ। ਰਾਮ ਰਾਮ ਕਰਿਆ, ਪਾਰ ਲੰਘ ਗਿਆ। ਸੰਤ ਫਿਰ ਪਿੱਛੇ ਨੂੰ ਮੁੜੇ, ਕਹਿੰਦੇ ਤੁਸੀਂ ਪਰੌਠਿਆਂ ਵਾਲੀ ਗੱਲ ਕਰਨੀ ਹੋਣੀ ਹੁਣ ਮੇਰੇ ਨਾਲ। ਫਿਰ ਸੰਤ ਹੱਸ ਪਏ, ਵੀ ਇਹ ਤਾਂ ਬੜਾ ਟੀਚ ਵੀ, ਐਂ ਤਾਂ ਨਹੀਂ ਇਹਨੇ ਮੰਨਣਾ, ਨਾ ਰੱਬ ਦੀ ਸ਼ਕਤੀ 'ਤੇ ਇਹਨੂੰ ਭਰੋਸਾ, ਕੀ ਗੱਲ ਹੈ ਮਾੜੀ ਜੀ ਹੈ, ਵੀ ਸੱਚ ਕੱਢਣਾ ਜ਼ਰੂਰ ਹੈ। ਗਾਹਾਂ ਸੰਤਾਂ ਨੇ ਆਪਣੀ ਸ਼ਕਤੀ ਵਰਤੀ ਅਤੇ ਇੱਕ ਥੈਲੀ ਰਾਹ 'ਚ ਪਈ ਹੈ, ਕਹਿੰਦੇ ਲੈ ਗੁਰਮੁਖਾ ਥੈਲੀ ਹੈ, ਦੇ ਜਿਹੜਾ ਕੁਛ ਇਹਦੇ 'ਚ ਹੈ ਆਪਾਂ ਇੱਕੋ ਜਿਹਾ ਕਰਕੇ ਵੰਡਣਾ। ਕਹਿੰਦੇ ਠੀਕ ਹੈ ਜੀ। ਸੰਤਾਂ ਨੇ ਥੈਲੀ ਚੁੱਕ ਲਈ, ਵਿੱਚੋਂ ਕੀ ਦੇਖਦਾ, ਸੋਨੇ ਦੀਆਂ ਮੋਹਰਾਂ ਨਾਲ ਭਰੀ ਪਈ ਹੈ। ਸੋਚਣ ਲੱਗ ਗਿਆ ਵੀ ਜੇ ਕਿਤੇ ਮੈਨੂੰ ਇਹ ਮਿਲ ਜਾਣ ਵਧੀਆ। ਸੰਤਾਂ ਨੇ ਅੰਦਾਜ਼ੇ ਨਾਲ 3 ਢੇਰੀਆਂ ਲਾਤੀ। ਕਹਿੰਦਾ ਮਹਾਰਾਜ ਆਪਾਂ ਤਾਂ 2 ਹਾਂ ਅਤੇ ਤੁਸੀਂ 3 ਲਾਤੀਆਂ। ਕਹਿੰਦੇ ਦੇਖ ਭਾਈ, ਇੱਕ ਢੇਰੀ ਤਾਂ ਹੈਗੀ ਮੇਰੀ, ਇੱਕ ਹੈ ਤੇਰੀ। ਕਹਿੰਦਾ ਤੀਜੀ ਕਿਹਦੀ ਹੈ? ਕਹਿੰਦਾ ਜਿਹਨੇ ਪਰੌਠੇ ਖਾਧੇ ਨੇ। ਉਹ ਤਾਂ ਕਹਿੰਦਾ ਮੈਂ ਹੀ ਖਾਧੇ ਸੀ, ਮੈਨੂੰ ਕਹਿੰਦਾ ਸੰਗ ਜੀ ਪੈ ਗਈ ਯਾਦ, ਨਹੀਂ ਦੱਸ ਤਾਂ ਮੈਂ ਤੁਹਾਨੂੰ ਉੱਥੇ ਹੀ ਦੇਣਾ ਸੀ। ਕਹਿੰਦਾ ਇੱਕ ਵਾਰੀ ਨਾ ਨਿਕਲ ਗਈ, ਫਿਰ ਮੈਂ ਕਿਹਾ ਵੀ ਸੰਤ ਕਹਿਣਗੇ ਬੜਾ ਝੂਠਾ ਇਹ, ਹੁਣ ਇਹ ਹਾਂ ਕਹਿੰਦਾ। ਕਹਿੰਦਾ ਮੈਂ ਹੀ ਖਾਧੇ ਸੀ ਮਹਾਰਾਜ, ਮੈਂ ਹੀ ਖਾਧੇ ਸੀ। ਸੋ ਇਹ ਮਾਇਆ ਦਾ ਅਸਰ ਮਨੁੱਖ 'ਤੇ ਹੋਇਆ ਕਰਦਾ, ਸਾਰੇ ਅਸੂਲ ਛੱਡ ਦਿੰਦਾ। ਅਤੇ ਇਸ ਤਰ੍ਹਾਂ ਦੇ ਨਾਲ ਮਹਾਰਾਜ ਕਹਿੰਦੇ ਇਹ ਜਿਹੜਾ ਜੀਵ ਹੈ ਇਹ ਸਾ ਮਾਇਆ ਨੇ ਮੋਹਿਆ ਹੋਇਆ, ਬਾਬਾ ਮਾਇਆ ਸਾਥ ਨਾ ਹੋਏ। ਇਨ ਮਾਇਆ ਜਗ ਮੋਹਿਆ ਬਿਰਲਾ ਬੁਝੇ ਕੋਈ। ਇਹ ਤਾਂ ਮਾਇਆ ਹੈ ਨਾ ਇੱਕ ਕਣਕ ਦੀ, ਮਾਇਆ ਇੱਕ ਨਹੀਂ ਹੋਇਆ ਕਰਦੀ, ਕਾਮਣੀ ਵੀ ਮਾਇਆ ਹੁੰਦੀ ਹੈ, ਪੁੱਤ ਵੀ ਮਾਇਆ, ਤੀਆਂ ਵੀ ਮਾਇਆ, ਸਾਰਾ ਜਿੰਨਾ ਜਿਹਦਾ ਨਾਮ ਅਤੇ ਜਿਹਦਾ ਰੂਪ ਹੈ ਉਹ ਸਾਰੀ ਨੂੰ ਮਾਇਆ ਕਹਿੰਦੇ ਨੇ, ਜਿਹੜਾ ਨਾਮ ਰੂਪ ਤੇ ਪਰੇ ਹੈ ਉਹ ਪਰਮੇਸ਼ਰ। ਸੋ ਇਸ ਤਰ੍ਹਾਂ ਮਾਇਆ ਸੀ ਤਾਂ ਇਹ ਆਤਮ ਤੱਤ, ਆਤਮ ਤੱਤ ਹੁੰਦਾ ਹੋਇਆ ਮਾਇਆ 'ਚ ਫਸ ਗਿਆ। ਮੈਂ ਕੱਲ੍ਹ ਵੀ ਬੇਨਤੀ ਕਰੀ ਸੀ ਕਿ ਸਭ ਤੋਂ ਪਹਿਲਾਂ ਹਉਮੈ ਤੱਤ ਦੇ ਵਿੱਚ ਕਿਰਨ ਆ ਗਈ ਆਤਮਾ ਦੀ, ਉਹ ਮਿਲ ਕੇ ਮਿੱਟੀ ਦੇ ਨਾਲ ਮਿੱਟੀ ਦਾ ਰੂਪ ਇਹ ਬਣ ਗਈ। ਕਮੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ ਬਿਨ ਸੰਗਤ ਇਓ ਮਾਂ ਨਹੀਂ, ਅਣਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਅਤੇ ਉਹ ਆਤਮ ਜੋਤ ਇਹਦੇ 'ਚ ਫਸ ਗਈ ਸਰੀਰ 'ਚ ਆ ਕੇ। ਹੁਣ ਸਿਆਣੇ ਬਥੇਰੇ ਜ਼ੋਰ ਲਾਉਂਦੇ ਨੇ ਲੇਕਿਨ ਆਪਣੇ ਸਰੂਪ 'ਚ ਪਹੁੰਚ ਨਹੀਂ ਸਕਦੇ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਮਿਲ ਗਈ ਭੂਮ ਵਿਕਾਰ ਬਿਨ ਸੰਗਤ ਇਓ ਮਾਂ ਨਹੀਂ ਹੋਏ ਗਈ ਪੱਠ ਚਾਰ। ਜਿਵੇਂ ਪੱਠ 'ਚ ਸਵਾਹ ਹੁੰਦੀ ਹੈ, ਇਸ ਤਰ੍ਹਾਂ ਉਹ ਆਤਮ ਜੋਤ ਨੇ, ਜੀਵ ਆਤਮਾ ਨੇ ਆਪਣੇ ਆਪ ਨੂੰ ਸਰੀਰ ਮੰਨ ਲਿਆ ਵੀ ਮੈਂ ਤਾਂ ਸਰੀਰ ਹਾਂ, ਮੇਰਾ ਨੌਂ ਫਲਾਣਾ ਕਿੱਥੇ ਆ ਕੇ ਗਿਰ ਗਿਆ। ਅਤੇ ਜਦੋਂ ਅਸੀਂ ਦੇਖਦੇ ਹਾਂ ਮਾਇਆ ਹੈ ਕੀ, ਅਤੇ ਇਹਦੇ ਮਾਇਆ ਜਿਹੜੀ ਹੈ ਇਹ ਪੰਜ ਆ ਸਰੀਰ ਨੂੰ ਦੀ ਬਣਤਰ ਦੇਖ ਲਓ, ਨਾ ਤਾਂ ਅਸੀਂ ਪੰਜਾਂ ਤੱਤਾਂ 'ਚੋਂ ਕੋਈ ਤੱਤ ਹਾਂ, ਨਾ ਹਵਾ ਅਸੀਂ, ਨਾ ਪਾਣੀ ਆ, ਨਾ ਅੱਗ ਆ, ਨਾ ਅਸੀਂ ਆਕਾਸ਼ ਆ, ਨਾ ਮਿੱਟੀ ਹਾਂ। ਇਹਦੇ ਅੰਦਰ ਫਿਰ ਪੰਜ ਪ੍ਰਾਣ ਨੇ, ਪ੍ਰਾਣ ਅਪਾਨ ਉਦਾਨ ਬਿਆਨ ਸਮਾਨ, ਇਹ ਮੋਟਰਾਂ ਲੱਗੀਆਂ ਹੋਈਆਂ ਪੰਜ ਸੈੱਲ। ਉਹ ਇੱਕ ਤਾਂ ਸਾਹ ਨੂੰ ਦਬਾਉਂਦਾ ਹੈ, ਆਪੇ ਹੀ ਭੂਕਣਾ ਜਿਹਾ ਉੱਪਰ ਨੂੰ ਵੱਧ ਜਾਂਦਾ ਫੇਫੜਾ, ਅਤੇ ਆਪੇ ਹੀ ਥੱਲੇ ਨੂੰ ਹੋ ਜਾਂਦਾ, ਆਪੇ ਹੀ ਇਹ ਮੋਟਰ ਚੱਲਦੀ ਹੈ। ਦੂਸਰਾ ਦਿਲ ਦੇ ਵਿੱਚ ਹੈ, ਉਹਨੂੰ ਜਿਵੇਂ ਇੰਜਣ ਹਰਕਤ ਕਰਦਾ ਹਰ ਵਕਤ ਉਹਨੂੰ ਚਲਾਈ ਜਾਂਦਾ, ਉਹ ਪੰਪ ਕਰੀ ਜਾਂਦਾ, ਇੱਕ ਪਾਸੇ ਖੂਨ ਜਿਹੜਾ ਕਾਲਾ ਹੈ ਉਹ ਮੁੜ ਕੇ ਆ ਕੇ ਫਿਰ ਸ਼ੁੱਧ ਕਰ ਦਿੰਦਾ, ਉਹ ਚੱਲਦਾ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਦੀ ਚੋਟੀ ਤੱਕ ਘੁਮਾਉਂਦਾ। ਤੀਸਰਾ ਮੈਦੇ ਵਿੱਚ ਹੈ, ਉਹ ਮੈਦੇ ਵਿੱਚ ਜਾਂਦਾ ਹੀ ਬੇਲਣੇ ਸ਼ੁਰੂ ਕਰ ਦਿੰਦਾ, ਉਹ ਜਿੰਨਾ ਤੱਤ ਨਿਕਲਦਾ ਥਾਂ ਥਾਂ 'ਤੇ ਪਹੁੰਚਾਉਂਦਾ ਉਹ ਪ੍ਰਾਣ। ਚੌਥਾ ਜਿਹੜਾ ਹੈਗਾ ਉਹ ਸਫਾਈ ਕਰਨ ਵਾਲਾ ਹੈ ਉਦਾਨ, ਉਹ 3.5 ਕਰੋੜ ਰੋਮ ਵਿੱਚੋਂ ਹਰ ਵਕਤ ਸਰੀਰ ਦੀ ਮੈਲ ਬਾਹਰ ਕੱਢ ਕੱਢ ਸਿੱਟੀ ਜਾਂਦਾ, ਕਿੰਨਾ ਹੀ ਨਹਾ ਲਓ ਥੋੜ੍ਹੀ ਦੇਰ ਬਾਅਦ ਹੱਥ ਲਾਓ, ਹੱਥ ਜੁੱਠੇ ਜਾਂਦੇ ਨੇ। ਅਸੀਂ ਤਾਂ ਹੀ ਕਹਿੰਦੇ ਹਾਂ ਭਾਈ ਪ੍ਰਸ਼ਾਦ ਮੰਨਣਾ ਚੰਗੀ ਤਰ੍ਹਾਂ ਹੱਥ ਧੋ, ਮਾੜੇ ਜਿਹੇ ਨਾ ਧੋਈ, ਕਿਉਂਕਿ ਮੈਲ ਬਾਹਰ ਆ ਚੁੱਕੀ ਹੈ ਤੇਰੇ ਸਰੀਰ ਦੀ। ਅਤੇ ਫਿਰ ਕੱਪੜੇ ਨਾਲ ਪੂੰਝ, ਫਿਰ ਕਿਸੇ ਨੂੰ ਤਹੀਂ, ਜੇ ਕਿਸੇ ਨੇ ਤਰਕ ਕਰੀ ਫਿਰ ਤੁਸੀਂ ਔਖੇ ਹੋਵੋਗੇ, ਕਿਉਂਕਿ 3.5 ਕਰੋੜ ਥਹੀਂ ਹਰ ਵਕਤ ਮੈਲ ਸਰੀਰ ਦੀ ਉਦਾਨ ਪ੍ਰਾਣ ਜਿਹੜਾ ਹੈਗਾ ਬਾਹਰ ਕੱਢੀ ਜਾਂਦਾ। ਪੰਜਵਾਂ ਜਿਹੜਾ ਹੈਗਾ ਉਹ ਟੈਂਪਰੇਚਰ ਸਾਂਭ ਕੇ ਰੱਖਦਾ, ਜੇ ਤਾਂ 98 ਹੈਗੀ ਤਾਂ ਆਦਮੀ ਸਵਸਥ, ਜੇ ਘੱਟ ਗਈ ਤਾਂ ਉਸ ਪ੍ਰਾਣ 'ਚ ਫਰਕ ਪੈ ਗਿਆ, ਜੇ ਵੱਧ ਗਈ ਕਹਿੰਦੇ ਬੁਖਾਰ ਹੋ ਗਿਆ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਉਹ ਨਿਕਲ ਜਾਂਦਾ ਹੈ ਉਸ ਵੇਲੇ ਕਹਿੰਦੇ ਨੇ ਜੀ ਮਰ ਗਿਆ, ਪ੍ਰਾਣ ਨਿਕਲ ਗਏ ਇਹਦੇ। ਹੁਣ ਪੰਜਾਂ ਪ੍ਰਾਣਾਂ 'ਚੋਂ ਕਿਹੜਾ ਪ੍ਰਾਣ ਆ? ਕੋਈ ਪ੍ਰਾਣ ਨਹੀਂ। ਫਿਰ ਇਹਦੇ ਉੱਤੇ ਮਨ ਹੁੰਦਾ, ਮਨ ਫੁਰਨਾ ਕਰਦਾ, ਪ੍ਰਾਣ ਹਰਕਤ 'ਚ ਆਉਂਦੇ ਨੇ, ਫਿਰ ਸਰੀਰ ਤੁਰਦਾ ਫਿਰਦਾ। ਝਾਕਣਾ ਪਹਿਲਾਂ ਮਨ ਫੁਰਨਾ ਕਰੇਗਾ ਵੀ ਕੌਣ ਆਉਂਦਾ, ਉਹਦੇ ਨਾਲ ਅੱਖਾਂ ਨੂੰ ਹੁਕਮ ਹੋ ਗਿਆ
ਇੱਕਦਮ ਅੱਖਾਂ ਖੁੱਲ੍ਹ ਕੇ ਗਰਦਨ ਨੂੰ ਹੁਕਮ ਹੋ ਗਿਆ, ਗਰਦਨ ਮੁੜੇਗੀ ਅਤੇ ਅੱਖਾਂ ਮੁੜ ਗਿਆ, ਕੰਮ ਕਿੰਨੀ ਛੇਤੀ ਹੁੰਦਾ, ਬਿਜਲੀ ਨਾਲੋਂ ਵੀ ਤੇਜ਼ ਹੁੰਦਾ। ਇਹ ਮਨ ਫਿਰ ਡਰਾਈਵਰ ਹੋ ਗਿਆ, ਇਹਦੇ ਉੱਤੇ ਬੁੱਧ ਜਿਹੜਾ ਮਾਲਕ ਬੈਠਾ ਉਹ ਤੋਂ ਸਿਆਣਾ, ਉਹ ਇਹ ਕਹਿੰਦਾ ਵੀ ਆਹ ਜਿਹੜਾ ਤੇਰਾ ਫੁਰਨਾ ਹੈ ਗਲਤ ਹੈ, ਬਈ ਸਤਸੰਗ 'ਚੋਂ ਹਾਰੇ ਨਹੀਂ ਜਾਣਾ, ਥੋੜ੍ਹਾ ਹੋਰ ਬੈਠ ਜਾ। ਬੁੱਧੀ ਸਮਝਾਉਂਦੀ ਹੈ, ਮਨ ਫੁਰਨਾ ਕਰਦਾ, ਇਹਦੇ ਉੱਤੇ ਚਿੱਤ ਹੁੰਦਾ ਜਿਹਨੂੰ ਫੀਲਿੰਗ ਕਹਿੰਦੀ ਹੈ। ਉਹ ਕਹਿੰਦਾ ਮੈਂ ਦੁਖੀ ਹਾਂ, ਮੈਂ ਸੁਖੀ ਹਾਂ, ਮੇਰਾ ਚਿੱਤਾ 'ਚ ਬੜਾ ਪ੍ਰਸੰਨ ਹੋਇਆ, ਮੇਰਾ ਚਿੱਤਾ 'ਚ ਬੜਾ ਨਾਰਾਜ਼ ਹੋਇਆ, ਮੈਂ ਤਾਂ ਚਿੱਤ ਨਹੀਂ। ਇਹਦੇ ਉੱਤੇ ਹੁੰਦੀ ਹੈ ਹੰਗਤਾ ਅਤੇ ਮਮਤਾ, ਜਿਹਨੂੰ ਹਉਮੈ ਕਹਿੰਦੇ ਨੇ। ਉਹ ਹਉਮੈ ਨੂੰ ਇਹ ਮੈਂ ਕਹੀ ਜਾਂਦਾ, ਦਰਅਸਲ ਮੈਂ ਹਉਮੈ ਨਹੀਂ ਹੈ, ਮੈਂ ਤਾਂ ਆਤਮਾ ਹੈ, ਅਤੇ ਇਹ ਆਤਮਾ ਭੁੱਲ ਕੇ ਹਉਮੈ 'ਚ ਆ ਕੇ ਮੈਂ ਕਹਿਣ ਲੱਗ ਗਈ ਹੈ, ਜੀਵ ਆਤਮਾ ਬਣ ਗਈ। ਸੋ ਇਹ ਮਾਇਆ ਨੇ ਅਸਰ ਪਾਤਾ, ਇੰਨਾ ਪਾਤਾ, ਅਸੀਂ ਆਪਣੇ ਆਪ ਨੂੰ ਇਹ ਭੁੱਲ ਗਏ, ਸਾਨੂੰ ਇਹ ਨਹੀਂ ਪਤਾ ਵੀ ਅਸੀਂ ਕੌਣ। ਸੋ ਇਹ ਪਰਮੇਸ਼ੁਰ ਦੀ ਮਾਇਆ ਜਿਹੜੀ ਹੈ, ਇਨ ਮਾਇਆ ਜਗ ਮੋਹਿਆ ਬਿਰਲਾ ਬੂਝੈ ਕੋਈ। ਇਹ ਰਾਜਾ ਜਨਕ ਜਿਹੜਾ ਸੀ, ਇਸ ਨੇ ਜਦ ਇਸ ਦਾ ਭਰਮ ਦੂਰ ਹੋ ਗਿਆ, ਉਹ ਕਹਿਣ ਲੱਗੇ ਰਾਜਨ ਤੂੰ ਦੁਖੀ ਇਸ ਵਾਸਤੇ ਹੋਇਆ, ਤੈਨੂੰ ਕੋਈ ਪੂਰਾ ਮੁਰਸ਼ਦ ਨਹੀਂ ਮਿਲਿਆ, ਮੁਰਸ਼ਦ ਕਾਮਲ ਨਹੀਂ ਮਿਲਿਆ, ਪੂਰਾ ਗੁਰੂ ਨਹੀਂ ਮਿਲਿਆ। ਕਿਉਂਕਿ ਜਦ ਤੱਕ ਪੂਰਾ ਗੁਰੂ ਮਿਲਦਾ ਨਹੀਂ ਹੈ, ਓਨੀ ਦੇਰ ਤੱਕ ਮਨ ਦਾ ਹਨੇਰਾ ਜਾਇਆ ਨਹੀਂ ਕਰਦਾ। ਰੱਸੀ ਦੇਖ ਲਓ ਤੁਸੀਂ, ਹਨੇਰੇ 'ਚ ਪਈ ਹੈ, ਆਦਮੀ ਕਹਿੰਦਾ ਸੱਪ ਪਿਆ ਉੱਥੇ, ਜਾਂ ਚਾਨਣਾ ਹੋਇਆ ਕਹਿੰਦਾ ਇਹ ਤਾਂ ਰੱਸੀ ਹੋ ਸੀ, ਇਹ ਤਾਂ ਸੱਪ ਤਾਂ ਹੈ, ਤਿੰਨ ਕਾਲ ਆਇਆ ਹੀ ਨਹੀਂ ਹੈ, ਕਿਉਂਕਿ ਭੁਲੇਖਾ ਪੈ ਗਿਆ, ਸਿੱਪੀ ਪਈ ਹੈ। ਕਹਿੰਦਾ ਚੰਦ ਦੀ ਚਾਲਣੀ ਹੈ, ਚਾਂਦੀ ਵਾਂਗੂ ਚਮਕਦੀ ਆ, ਹੱਥ ਪਾ ਲੈਂਦੇ। ਪਰਥਰੀ ਨੇ ਸਭ ਕੁਝ ਛੱਡ ਦਿੱਤਾ, ਰਾਣੀਆਂ ਵੀ ਛੱਡ ਦਿੱਤੀਆਂ, ਵਸਤਰ ਵੀ ਲਾ ਦਿੱਤੇ, ਕਲਪਾਤੀ ਅਵਸਥਾ ਧਾਰਨ ਕਰ ਲਈ, ਅਤੇ ਉਸ ਵੇਲੇ ਆਪ ਬੰਦਗੀ ਕਰਦੇ ਨੇ। ਚੰਦ ਚੜ੍ਹਨੀ ਰਾਤ ਹੈ, ਪੂਰਨਮਾਸ਼ੀ, ਉਸ ਵੇਲੇ ਸਾਹਮਣੇ ਨਿਗਾਹ ਕੀ ਪਿਆ ਕਿ ਇੱਕ ਲਾਲ ਪਿਆ, ਉਹ ਲਾਲ ਦੇ ਭੁਲੇਖੇ 'ਚ ਮਾਇਆ ਸਾਰੀ ਛੱਡ ਦਿੱਤੀ, ਲੇਕਿਨ ਅੰਦਰੋਂ ਨਹੀਂ ਛੱਡ ਹੋਈ, ਇੱਕਦਮ ਹੱਥ ਪਾ ਲਿਆ ਬੇਸਮਝੀ ਨਾਲ। ਹੱਥ 'ਚ ਕੀ ਆਇਆ? ਪਾਨ ਦੀ ਥੁੱਕ। ਬੜਾ ਹੀ ਪਛਤਾਇਆ ਵੀ ਮੈਂ ਰਾਜ ਵੀ ਛੱਡਤਾ, ਰਾਣੀਆਂ ਛੱਡਤੀਆਂ, ਵਸਤਰ ਲਾ ਦਿੱਤੇ, ਕੁਛ ਨਹੀਂ ਰੱਖਿਆ, ਪਰ ਆਹ ਦੁਸ਼ਮਣ ਮੇਰੇ ਅੰਦਰੇ ਜਿਉਂਦਾ ਬੈਠਾ। ਫਿਰ ਉਹਨੇ ਇੱਕ ਦੋਹਰਾ ਉਚਾਰਿਆ, ਮਨ ਰਿਪ ਜੀਤੇ ਸਭ ਰਿਪ ਜੀਤੇ, ਮਨ ਰਿਪ ਜੀਤੇ ਸਭ ਰਿਪ ਜੀਤੇ, ਦੋਏ ਵਾਰੀ ਇੱਕੋ ਜਿਹੇ ਹੈਗੀ ਆ ਵੀ ਮਨ ਦੁਸ਼ਮਣ ਜਿੰਨਾ ਚਿਰ ਜਿਉਂਦਾ ਸਭ ਦੁਸ਼ਮਣ ਜਿਉਂਦੇ। ਜਦ ਮਨ ਦੇ ਦੁਸ਼ਮਣ ਜਿੱਤ ਲਿਆ, ਸਾਰੇ ਹੀ ਦੁਸ਼ਮਣ ਜਿੱਤੇ ਗਏ, ਮਨ ਜੀਤਾ ਜਗ ਜੀਤ। ਸੋ ਇਸ ਤਰ੍ਹਾਂ ਮਾਇਆ ਦਾ ਜਿਹੜਾ ਤਿਆਗ ਹੈ, ਇਹ ਹਨੇਰਾ ਹੈ, ਸਾਧ ਸੰਗਤ ਦੀ ਭੁਲੇਖਾ ਹੈ, ਸੀ ਪਾਨ ਦਾ ਥੁੱਕਿਆ ਹੋਇਆ ਪਿਆ ਹੋਇਆ ਥੁੱਕ, ਅਤੇ ਲੱਗਿਆ ਕਿ ਉਸ ਨੂੰ ਕਿ ਇਹ ਤਾਂ ਬਹੁਤ ਕੀਮਤੀ ਲਾਲ ਹੈ, ਸਿੱਪੀ ਪਈ ਹੈ, ਚਮਕ ਰਹੀ ਹੈ, ਲੱਗਦੀ ਹੈ ਕਿ ਚਾਂਦੀ ਪਈ ਹੈ, ਅਸਮਾਨ ਦੇ ਅੰਦਰ ਨੀਲਾ ਰੰਗ ਨਜ਼ਰ ਆਉਂਦਾ ਹੈ, ਨੱਠ ਕੇ ਕੋਲ ਜਾ ਕੇ ਦੇਖੋ, ਹੁੰਦਾ ਹੀ ਨਹੀਂ, ਗਾਹਾਂ ਹੁੰਦਾ, ਆਹ ਅਸਮਾਨ ਨੀਲਾ ਹੈ, ਨੀਲਾ ਤਾਂ ਹੈ ਹੀ ਨਹੀਂ, ਇਹਦੇ 'ਚ ਤਾਂ ਕੋਈ ਰੰਗ ਹੀ ਨਹੀਂ ਪਾਇਆ ਹੋਇਆ, ਕੇਵਲ ਨਿਗਾਹ ਦਾ ਭਰਮ ਹੈ। ਇਸੇ ਤਰ੍ਹਾਂ ਚਿੱਤ ਦਾ, ਬੁੱਧੀ ਦਾ ਭਰਮ ਜਿਹੜਾ ਹੈ, ਉਸ ਨੂੰ ਮਾਇਆ ਕਹਿੰਦੇ ਨੇ। ਉਹ ਝੂਠੀ ਚੀਜ਼ ਨੂੰ ਸੱਤ ਕਰਕੇ ਦਿਖਾਉਂਦੀ ਹੈ, ਅਤੇ ਸੱਤ ਚੀਜ਼ ਨੂੰ ਝੂਠਾ ਕਰਕੇ ਦਿਖਾਉਂਦੀ ਹੈ। ਇਹਦੇ ਵਿੱਚ ਸਾਰਾ ਸੰਸਾਰ ਬਾਬਾ ਮਾਇਆ ਸਾਥ ਨਾ ਹੋਏ, ਇਨ ਮਾਇਆ ਜੱਗ ਮੋਇਆ ਬਿਰਲਾ ਬੁੱਝੇ ਕੋਈ। ਕੋਈ ਕੋਈ ਬਿਰਲਾ ਪੁਰਸ਼ ਹੈ ਜਿਹਨੂੰ ਸੱਤ ਦਾ ਪਤਾ। ਕਹਿਣ ਲੱਗੇ ਰਾਜਨ, ਇਹ ਦੁੱਖ ਤੈਨੂੰ ਇਸ ਵਾਸਤੇ ਹੋਇਆ ਕਿ ਤੈਨੂੰ ਕੋਈ ਗੁਰੂ ਨਹੀਂ ਮਿਲਿਆ ਜਿਹੜਾ ਮਾਇਆ ਤੇਰੇ ਤੋਂ ਲਾਹ ਦਿੰਦਾ। ਮਹਾਰਾਜ ਵੀ ਕਹਿੰਦੇ ਹਨ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦੇ ਆ, ਗੁਰਬਿਨ ਘੋਰ ਹੁੰਦਾ, ਅਤੇ ਗੁਰੂ ਤੋਂ ਬਗੈਰ ਤਾਂ ਹਨੇਰਾ ਰਹਿੰਦਾ। ਇਸ ਤਰ੍ਹਾਂ ਫਰਮਾਉਂਦੇ ਪਿਆਰੇ ਗੁਰਬਿਨ ਕੋ
ਛੱਡ ਦਿੰਦਾ ਵੀ ਜੇ ਇਹਨੂੰ ਵੱਢਿਆ ਤਾਂ ਕੱਪੜਿਆਂ 'ਤੇ ਕਾਲਸ ਪੈ ਜਾਏਗੀ। ਉਹਨਾਂ ਦਾ ਹਾਲ ਕੀ ਹੁੰਦਾ, ਡੰਗਰ ਚਾਰਨ ਵਾਲੇ ਮੁੰਡੇ ਫਿਰ ਸੋਟੀਆਂ ਦੇ ਨਾਲ ਪਾਉਂਦੇ ਨੇ ਇਹਨੂੰ, ਕਹਿੰਦੇ ਫਲਿਆ ਫੁਲਿਆ ਬਹੁਤ ਹੈ, ਜਾਇਦਾਦ ਵੀ ਬਹੁਤ ਹੈ, ਪੁੱਤਰ ਪੋਤਰਿਆਂ ਵਾਲਾ, ਧਨ ਬੇਅੰਤ ਹੈ, ਬੜੀਆਂ ਬੜੀਆਂ ਨੌਕਰੀਆਂ, ਬੜੀ ਬੜੀ ਇੱਜ਼ਤ ਹੈ ਅਤੇ ਅਹੁਦੇ ਵੀ ਬਹੁਤ ਨੇ। ਫਲੀਆ ਫੁਲੀਆ ਵਪੜਾ ਧੀ ਧਨ ਵਿੱਚ ਸਵਾਹ, ਕਹਿੰਦੇ ਸਵਾਹ ਨਿਕਲੂਗੀ ਇੱਥੋਂ ਦਵੈਤ ਈਰਖਾ ਨਿੰਦਿਆ ਚੁਗਲੀ ਨਾਸਤਿਕਤਾ ਦੂਜਿਆਂ ਨੂੰ ਬੁਰਾ ਕਹਿਣਾ, ਕਿਉਂਕਿ ਉਹਨੂੰ ਕੋਈ ਪੂਰਾ ਮੁਰਸ਼ਿਦ ਮਿਲਿਆ ਨਹੀਂ ਹੈ। ਸੋ ਗੁਰੂ ਤੋਂ ਬਗੈਰ ਆਦਮੀ ਦੇ ਭਰਮ ਦਾ ਨਾਸ਼ ਨਹੀਂ ਹੋਇਆ ਕਰਦਾ। ਫਿਰ ਗੁਰੂ ਕਿਹਾ ਜਾ ਹੁੰਦਾ, ਕਹਿੰਦੇ ਇਹ ਮਸਲਾ ਪਰਮੇਸ਼ੁਰ 'ਤੇ ਛੱਡ, ਇਹ ਤਾਂ ਅਰਦਾਸ ਹੈ ਸਾਡੀ ਵੀ ਮੈਨੂੰ ਗੁਰੂ ਮਿਲ ਜਾਵੇ। ਇਹ ਪਰਮੇਸ਼ੁਰ ਮਿਲਾਉਂਦਾ, ਗੁਰੂ ਆਪਣੇ ਵੱਸ ਨਹੀਂ ਹੋਇਆ ਕਰਦਾ। ਜਿਨ ਮਸਤਕ ਤੁਰ ਹਰ ਲਿਖਿਆ ਤਿੰਨ ਸਤਿਗੁਰ ਮਿਲਿਆ ਰਾਮ ਰਾਜ, ਆਪਣੀ ਅਕਲ ਨਾਲ ਨਹੀਂ ਗੁਰੂ ਲੱਭਦਾ। ਫਿਰ ਗੁਰੂ ਕੀ ਕਰਦਾ, ਇਹ ਜੀਵ ਨੂੰ ਚੱਕ ਕੇ ਬ੍ਰਹਮ ਦੇ ਵਿੱਚ ਮਿਲਾ ਦਿੰਦਾ, ਰੱਬ ਬਣਾ ਦਿੰਦਾ। ਲੇਕਿਨ ਵਿਚਾਲੇ ਇਹ ਮੀਡੀਆ ਰੱਖਿਆ ਹੋਇਆ, ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ, ਕੁੰਜੀ ਗੁਰ ਸੋ ਪਾਈ, ਅਨਕ ਪਾਪ ਕਰੇ ਨਹੀਂ ਪਾਵੇ, ਬਿਨ ਸਤਿਗੁਰ ਸ਼ਰਨਾਈ। ਜਿੰਨਾ ਚਿਰ ਗੁਰੂ ਧਾਰਨ ਨਹੀਂ ਕਰਦਾ, ਉਨੀ ਦੇਰ ਤੱਕ ਜੇ ਕੋਈ ਕਹੇ ਜੀ ਅਸੀਂ ਤਾਂ ਨੇਕ ਹੀ ਹਾਂ, ਝੂਠ ਨਹੀਂ ਬੋਲਦੇ, ਕਿਸੇ ਦਾ ਬੁਰਾ ਨਹੀਂ ਜੀ ਕਰਦੇ, ਕੋਈ ਅਸੀਂ ਗਲਤ ਗੱਲ ਨਹੀਂ ਕਰਦੇ, ਫਿਰ ਵੀ ਸਾਨੂੰ ਕੁਛ ਹੈ, ਤੂੰ ਨੇਕੀ ਕਰਨੀ ਹੈ, ਇਹਦਾ ਬਦਲਾ ਤੈਨੂੰ ਸਵਰਗ ਮਿਲੇਗਾ, ਤੇਰਾ ਜਮਣਾ ਮਰਨਾ ਨਹੀਂ ਘੱਟ ਹੋਣਾ। ਜਮਣਾ ਮਰਨਾ ਤਾਂ ਘੱਟ ਹੋਣਾ ਜੇ ਪਹਿਲਾਂ ਕਰਮ ਉਪਾਸ਼ਨਾ ਗਿਆਨ ਵਿਗਿਆਨ ਚਾਰੇ ਦਰਜਿਆਂ 'ਚ ਲੰਘੇਗਾ, ਫਿਰ ਗੁਰੂ ਦੀ ਨਦਰ ਹੋਏਗੀ ਤੇਰੇ, ਉਹਦੇ ਨਾਲ ਤੇਰੇ ਹੋਮੇ ਦਾ ਜਿਹੜਾ ਪਿਆ ਹੋਇਆ ਕੜਾ ਉਹ ਤੋੜਦੀ ਆ ਨਿਗਾਹ। ਨਾਨਕ ਨਦਰੀ ਨਦਰ ਨਿਹਾਲ, ਉਹਨਾਂ ਚਿਰ ਨਹੀਂ ਬਣਨਾ। ਸੋ ਗੁਰੂ ਦੀ ਨਿਸ਼ਾਨੀ ਜੋ ਗੁਰੂ ਗ੍ਰੰਥ ਸਾਹਿਬ 'ਚ ਆਉਂਦੀ ਆ ਉਹ ਤਾਂ ਬਹੁਤ ਆਉਂਦੀਆਂ ਨੇ, ਘਰਵੇਂ ਘਰ ਦਿਖਾਏ ਦੇ ਸੋ ਸਤਿਗੁਰ ਪੁਰਖ ਸਜਾਣ। ਇਹ ਸਰੀਰ ਦੇ ਵਿੱਚ ਜਿਹੜਾ ਆਪਣੇ ਘਰ ਆਤਮ ਘਰ ਨੂੰ ਦਿਖਾ ਦੇਵੇ,
ਜਿਹੜਾ ਮੇਰਾ ਘਰ ਹੈ ਉਹਨੂੰ ਦਿਖਾ ਦੇਵੇ। ਕਹਿੰਦੇ ਉਹ ਗੁਰੂ ਹੋਇਆ ਕਰਦਾ, ਉੱਥੇ ਨਿਸ਼ਾਨੀਆਂ ਦੱਸੀਆਂ ਨੇ, ਪੰਜ ਸ਼ਬਦ ਤੁਨਕਾਰ ਅਤੇ ਵਾਜੇ ਸ਼ਬਦ ਨਿਸ਼ਾਨ, ਪੰਜ ਸ਼ਬਦ ਵੱਜਦੇ ਨੇ ਨਿਸ਼ਾਨ ਹੈ ਉੱਥੇ। ਅਤੇ ਉੱਥੇ ਸੁਖਮਨਾ ਨਾੜੀ ਦੇ ਅੰਦਰ ਰਾਗ ਸੁਣਦਾ, ਦਸਵੇਂ ਦੁਆਰ ਦੇ ਵਿੱਚ ਜਾ ਕੇ ਲਿਵ ਲੱਗਦੀ ਆ, ਗੁਰੂ ਲਵਾ ਸਕਦਾ ਉੱਥੇ। ਸੁਨ ਮੰਡਲ ਲਿਵ ਲਾਏ, ਸੁਖਮਨ ਕੇ ਕਾ ਰਾਗ ਸੁਣ ਸੁਨ ਮੰਡਲ ਲਿਵ ਲਾਏ। ਅਕਥ ਕਥਾ ਉੱਥੇ ਵਿਚਾਰੀ ਜਾਂਦੀ ਹੈ, ਜਿਹੜੀ ਕਥਾ ਨੂੰ ਕਹਿ ਨਹੀਂ ਸਕਦੇ ਉਹ ਉੱਥੇ ਜਾ ਕੇ ਅਨੁਭਵ ਖੁੱਲਦਾ, ਅਨੁਭਵ ਖੁੱਲ੍ਹ ਕੇ ਫਿਰ ਅੰਦਰੇ ਵਿਚਾਰ ਚੱਲਦੀ ਹੈ, ਗੁਰੂ ਵਚਨ ਕਰ ਦਿੰਦਾ, ਉਹ ਤੜਕ ਦੇ ਕੇ ਟੁੱਟ ਜਾਂਦਾ। ਜਿਹੜਾ ਹੋਮਾ ਦਾ ਚੱਕਰ ਹੈ ਮਹਾਂਵਾਕ ਦੇ ਨਾਲ ਇਹ ਜੀਵ ਪਰਮੇਸ਼ੁਰ ਬਣ ਜਾਂਦਾ ਅਤੇ ਫਿਰ ਨਹੀਂ ਲਿਵ ਟੁੱਟਦੀ। ਜਿਹਨਾਂ ਨਾਲ ਵਿਸਰੇ ਨਾਮ ਸੇਕ ਨੇ ਆ, ਭੇਦ ਨਾ ਜਾਣੋ ਮੂਲ ਸਾਈਂ ਜੇ, ਰੱਬ ਵਰਗੇ ਹੀ ਬਣ ਜਾਂਦੇ ਨੇ। ਸੋ ਗੁਰੂ ਇਸ ਤਰ੍ਹਾਂ ਦਾ ਹੋਇਆ ਕਰਦਾ। ਨਿਰਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ, ਵੈਰ ਨਿਰਾਲਾ ਜੀ, ਨਿਰਵੈਰ ਨਿਰਾਲਾ ਜੀ, ਸਤਿਗੁਰ ਪੁਰਖ ਕੰਮ ਹੈ।
ਜਿੰਨਾ ਚਿਰ ਮਨ ਦਾ ਹਨੇਰਾ ਨਹੀਂ ਅਗਿਆਨ ਨਹੀਂ ਨਾਸ਼ ਹੋਇਆ ਕਰਦਾ, ਪੂਰਾ ਗੁਰੂ ਮਿਲ ਜਾਵੇ ਅਗਿਆਨ ਦਾ ਨਾਸ਼। ਅਤੇ ਅਸ਼ਟਾਵਕਰ ਕਹਿਣ ਲੱਗਿਆ, ਰਾਜਨ ਤੈਨੂੰ ਦੁੱਖ ਇਸ ਕਰਕੇ ਹੋਇਆ ਕਿ ਤੂੰ ਨਗੁਰਾ ਸੀ। ਨਗੁਰੇ ਕਾ ਹੈ ਨੌ ਬੁਰਾ, ਜਿੱਥੇ ਨਗੁਰਾ ਬਹਿ ਜੇ ਸਵਾ ਗਜ ਧਰਤੀ ਭ੍ਰਿਸ਼ਟ ਕਰ ਦਿੰਦਾ। ਨਗੁਰੇ ਪੁਰਸ਼ ਦੀ ਕੋਈ ਗਤੀ ਨਹੀਂ ਹੋਇਆ ਕਰਦੀ, ਵਿਸ਼ਟਾ 'ਚ ਰਹਿੰਦਾ, ਵਿਸ਼ਟਾ ਹੀ ਕਮਾਉਂਦਾ, ਫਿਰ ਵਿਸ਼ਟਾ ਮਾਏ ਸਮਾਵਣੇ। ਸੋ ਇਸ ਕਰਕੇ ਤੂੰ ਦੁਖੀ ਹੋਇਆ, 8 ਸਾਲ ਪਰੇਸ਼ਾਨ ਰਿਹਾ। ਅਤੇ ਪਹਿਲਾਂ ਹੀ ਤੂੰ ਗੁਰੂ ਵਾਲਾ ਹੁੰਦਾ, ਆਪਣੇ ਗੁਰੂ ਕੋਲ ਸ਼ੰਕਾ ਦੱਸਦਾ, ਪਰ ਨਤੀਜਾ ਕੀ ਹੁੰਦਾ? ਉਹ ਤੇਰੇ ਸ਼ੰਕੇ ਨੂੰ ਨਿਵਿਰਤ ਕਰ ਦਿੰਦਾ। ਸੋ ਉਸ ਵੇਲੇ ਰਾਜੇ ਨੇ ਐਲਾਨ ਕਰਿਆ ਕਿ ਹੇ ਮਹਾਂਪੁਰਸ਼ੋ, ਇਸ ਵੇਲੇ ਸਾਰੇ ਭਾਰਤ ਵਰਸ਼ ਦੇ ਰਿਸ਼ੀ ਮੁਨੀ ਅਤੇ ਵੱਡੇ ਵੱਡੇ ਧੁਰੰਦਰ ਮਹਾਤਮਾ ਸਭ ਇਕੱਠੇ ਹੋਏ ਹੋਏ ਹੋ, ਅਤੇ ਮੈਂ ਤੁਹਾਡੇ ਵਿੱਚੋਂ ਇੱਕ ਨੂੰ ਗੁਰੂ ਬਣਾਉਣਾ ਚਾਹੁੰਦਾ, ਅਤੇ ਆਹ ਚੰਦਨ ਦੀ ਚੌਂਕੀ 'ਤੇ ਆ ਕੇ ਉਹ ਵਰਾਜੇ ਜਿਹੜਾ ਮੇਰਾ ਗੁਰੂ ਬਣ ਸਕਦਾ। ਸ਼ਰਤ ਇਹ ਹੈ ਕਿ ਘੋੜੇ ਦੀ ਰਕਾਬ ਦੇ ਵਿੱਚ ਪੈਰ ਪਾ ਕੇ, ਕਾਠੀ ਦੇ ਉੱਤੋਂ ਦੀ ਲੱਤ ਦੂਸਰੀ ਰਕਾਬ 'ਚ ਪਾਉਣ ਤੱਕ ਜਿਹੜਾ ਮੈਨੂੰ ਗਿਆਨ ਕਰ ਦੇਗਾ, ਮੈਂ ਉਹਦਾ ਸ਼ਿਸ਼ ਬਣ ਜਾਂਗਾ। ਸਾਰੇ ਨੀਵੀਆਂ ਪਾ ਗਏ, ਕੋਈ ਨਹੀਂ ਬੋਲਦਾ। ਦੂਸਰੀ ਵਾਰੀ ਉਹਨੇ ਫਿਰ ਕਿਹਾ, ਕਹਿਣ ਲੱਗਿਆ ਵੀ ਕੋਈ ਵੀ ਨਹੀਂ ਐਸਾ ਰਿਹਾ ਹਿੰਦੁਸਤਾਨ ਦੇ ਅੰਦਰ ਵੀ ਜਿਹੜਾ ਮੇਰਾ ਗੁਰੂ ਬਣਨ ਦੇ ਕਾਬਲ ਹੋਵੇ। ਤਾਂ ਉਸ ਵੇਲੇ ਫਿਰ ਨੀਵੀਆਂ ਪਾ ਲਈਆਂ। ਤੀਸਰੀ ਵਾਰੀ ਉਸਨੇ ਫਿਰ ਇਹ ਗੱਲ ਕਹੀ, ਜਦੋਂ ਤੀਸਰੀ ਵਾਰੀ ਕਹੀ ਤਾਂ ਉਹ ਬੱਚਾ ਅਸ਼ਟਾਵਕਰ ਉੱਠ ਕੇ ਖੜ੍ਹਾ ਹੋ ਗਿਆ ਅਤੇ ਚੌਂਕੀ ਵੱਲ ਜਾਣ ਲੱਗਿਆ। ਸਾਰੇ ਹੈਰਾਨ ਹੋ ਗਏ ਕਿ ਇਹ ਤਾਂ ਅਲੌਕਿਕ ਬਾਲਕ ਹੈ, ਜ਼ਰੂਰ ਕੋਈ ਗੱਲ ਕਰੂ, ਕਿਉਂਕਿ ਗਿਆਨ ਤਾਂ ਪਹਿਲਾਂ ਕਰਮ, ਫਿਰ ਉਪਾਸ਼ਨਾ, ਫਿਰ ਗਿਆਨ, ਫਿਰ ਵਿਗਿਆਨ। ਆਤਮ ਆਨੰਦ ਦੇ ਅੰਦਰ ਪਹੁੰਚਾਉਣਾ ਕੋਈ ਛੋਟੀ ਜਿਹੀ ਗੱਲ ਤਾਂ ਹੁੰਦੀ ਨਾ ਹੈ। ਸੋ ਇਸ ਤਰ੍ਹਾਂ ਆਪਨੇ ਕਿਹਾ, ਕਹਿੰਦੇ ਘੋੜਾ ਮੰਗਾਓ। ਘੋੜਾ ਮੰਗਾਇਆ ਗਿਆ ਅਤੇ ਰਾਜਾ ਖੜ ਗਿਆ। ਕਹਿੰਦੇ ਦੇਖੋ, ਮੈਂ ਤੈਨੂੰ ਉਪਦੇਸ਼ ਦੇਣ ਲੱਗਿਆ। ਰਾਜੇ ਨੇ ਚੱਕ ਕੇ ਪੈਰ ਰਕਾਬ 'ਚ ਪਾ ਲਿਆ। ਕਹਿੰਦੇ ਠਹਿਰ ਜਾ, ਜੇ ਗੱਲ ਸੁਣ, ਤੈਂ ਰਕਾਬ 'ਚ ਪੈਰ ਪਾਇਆ ਅਤੇ ਦੂਜਾ ਪੈਰ ਪਾ ਕੇ ਤੈਨੂੰ ਗਿਆਨ ਹੋ ਜਾਣਾ। ਗਿਆਨ ਤੋਂ ਬਾਅਦ ਤੈਨੂੰ ਰਾਜ ਅਤੇ ਭੀਖ ਮੰਗਣੀ ਬਰਾਬਰ ਹੋ ਜਾਣੀ ਆ, ਪਤਾ ਨਹੀਂ ਤੂੰ ਕਿਹੜੀ ਕਿਰਤ ਕਰੇ। ਅਤੇ ਪਹਿਲਾਂ ਗੁਰੂ ਦੀ ਦਕਸ਼ਣਾ ਦੇਈਦੀ ਹੈ, ਗੁਰਦਕਸ਼ਣਾ, ਉਹ ਤੂੰ ਕਰ ਦੇਗਾ। ਕਹਿਣ ਲੱਗੇ, ਮਹਾਰਾਜ ਮੇਰੇ 'ਤੇ ਭੁੱਲ ਹੋ ਗਈ, ਆਪ ਕਿਰਪਾ ਕਰਕੇ ਦਕਸ਼ਣਾ ਲਓ। ਅਸੀਂ ਵੀ ਲੈਂਦੇ ਹਾਂ, ਸਾਡਾ ਗੁਰੂ ਦਕਸ਼ਣਾ ਲੈਂਦਾ। ਪਹਿਲੇ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣਕਾ ਤੋ ਹਮਾਰੇ ਪਾਸ। ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ, ਗੁਰਾਂ ਨੂੰ ਮਨਾ ਲਈਏ ਤਨ ਮਨ ਧਨ ਦੇ ਕੇ, ਮਨਾਲੀ
ਤਨ ਮਨ ਧਨ ਸਭ ਸੌਂਪ ਗੁਰ ਕੋ। ਗਾਂ ਫਿਰ ਕਹਿੰਦੇ ਹੁਕਮ ਮੰਨੀਏ, ਫਿਰ ਕੀ ਹੋਏਗਾ ਕਹਿੰਦੇ ਭਾਈ ਇੱਕ ਇੱਕ ਵਾਕ 'ਚ ਮਹਾਰਾਜ ਨੇ ਕਿੱਡਾ ਬੜਾ ਫਲਸਫਾ ਲਿਆ ਤਾ। ਤਨ ਵੀ ਗੁਰੂ ਦਾ ਕਰ ਦਿਉ, ਮਨ ਵੀ ਕਰ ਦਿਉ, ਧਨ ਵੀ ਕਰ ਦਿਉ। ਅਸੀਂ ਕਿਹਾ ਕਰ ਦਿੰਦੇ ਹਾਂ ਗੁਰੂ ਦਾ, ਪਰ ਵਰਤਾਂਗੇ ਅਸੀਂ ਹੀ, ਕਿਤੇ ਐਂ ਨਾ ਕਰੇ ਗੁਰੂ ਇਹ ਵਰਤ ਲਵੇ। ਤਨ ਵੀ ਸਾਨੂੰ ਚਾਹੀਦਾ, ਮਨ ਵੀ ਚਾਹੀਦਾ, ਧਨ ਵੀ ਚਾਹੀਦਾ, ਫਿਰ ਸੰਬੰਧ ਕਿਵੇਂ ਜੁੜੇ ਸਾਧ ਸਿੰਘ? ਉਹ ਕਹਿਣ ਲੱਗਿਆ ਰਾਜਾ ਜਨਕ, ਦਕਸ਼ਣਾ ਤਾਂ ਹੋਇਆ ਕਰਦੀ ਹੈ ਵੱਡੀ, ਚੱਲ ਮੈਂ ਥੋਤੇ ਇੱਕ ਚੀਜ਼ ਲੈਂਦਾ, ਚਾਹੇ ਤਨ ਦੇ ਦੇ, ਚਾਹੇ ਮਨ ਦੇ ਦੇ, ਚਾਹੇ ਧਨ ਦੇ ਦੇ। ਕਹਿੰਦਾ ਸਲਾਹ ਕਰ ਲਾ ਮਹਾਰਾਜ। ਰਾਣੀ ਕਹਿਣ ਲੱਗੀ ਵੀ ਜੇ ਆਪਾਂ ਧਨ ਦੇ ਤਾਂ ਜਿਸ ਤਰ੍ਹਾਂ ਦੇ ਨਾਲ ਹਰੀਚੰਦ ਰਾਜਾ ਵਿਕਿਆ ਸੀ, ਐਂ ਵਿਕਣਾ ਪੈ ਜਾਣਾ। ਕੀ ਕਰਾਂਗੇ ਆਪਾਂ, ਮਜ਼ੂਰੀ ਕਰਿਆ ਕਰਾਂਗੇ? ਜੇ ਆਪਾਂ ਦੇ ਤਾ ਤਨ, ਤੈਨੂੰ ਲੈ ਜੂ ਨਾਲ, ਅਸੀਂ ਰਹਿ ਜਾਂਗੀਆਂ ਇਕੱਲੀਆਂ, ਤੇਰੇ ਤੇ ਕੁਛ ਕੰਮ ਕਰਾਈ ਜਾ। ਜਾਂ ਤਨ ਦੇ ਤਾ, ਤਨ ਤਾਂ ਹੁਣ ਉਹਦਾ ਹੋ ਗਿਆ, ਉਹ ਚਾਹੇ ਘਾਹ ਵਡਾਵੇ, ਚਾਹੇ ਪਸ਼ੂਆਂ ਨੂੰ ਪੱਠੇ ਪਵਾਵੇ, ਚਾਹੇ ਕੋਈ ਕੰਮ ਕਰਾਵੇ, ਤੂੰ ਮਨ ਦੇ ਦੇ। ਉਹ ਕਹਿੰਦਾ ਠੀਕ ਹੈ, ਕੋਲ ਆ ਗਿਆ। ਕਹਿਣ ਲੱਗੇ ਮਹਾਰਾਜ ਅਤੇ ਮੈਂ ਤੁਹਾਨੂੰ ਮੰਨ ਦਿੰਦਾ। ਕਹਿਣ ਲੱਗੇ ਠੀਕ ਹੈ ਰਾਜਨ, ਤੇਰਾ ਫੈਸਲਾ ਬਿਲਕੁਲ ਠੀਕ ਹੈ, ਸੱਤ ਹੈ। ਉਸੇ ਵੇਲੇ ਤੈਨੂੰ ਪਰਮੇਸ਼ਰ ਦਾ ਅਨੁਭਵ ਹੋ ਜਾਏਗਾ। ਕਹਿੰਦੇ ਅਰਪਣ ਕਰਦੇ, ਚੂੜੀ ਛੱਡਦੇ, ਚੂੜੀ ਛੱਡਤੀ। ਕਹਿੰਦੇ ਜਾਣਦਾ ਮਨ ਕੀ ਹੁੰਦਾ? ਕਹਿੰਦੇ ਜਿਹੜਾ ਅੰਦਰ ਫੁਰਨੇ ਕਰਦਾ। ਕਹਿੰਦੇ ਇਹ ਦੇ ਤਾ ਨਾ ਮੈਨੂੰ। ਕਹਿੰਦਾ ਹਾਂਜੀ। ਉਹ ਚੁੱਪ ਕਰਕੇ ਖੜ ਗਿਆ ਅਤੇ ਰਾਜਾ ਜਨ ਰਕਾਬ 'ਚ ਪੈਰ ਪਾਉਣ ਲੱਗਿਆ। ਉਹ ਕਹਿੰਦਾ ਰਾਜਨ ਇਹ ਕੀ ਕਰਨ ਲੱਗਿਆ? ਕਹਿਣ ਲੱਗਿਆ ਮਹਾਰਾਜ ਮੈਂ, ਤੁਸੀਂ ਮੈਨੂੰ ਗਿਆਨ ਕਰਾਉਣਾ ਹੈ ਅਤੇ ਮੈਂ ਘੋੜੇ ਦੀ ਰਕਾਬ 'ਚ ਪੈਰ ਪਾ ਕੇ ਕਾਠੀ ਦੇ ਉੱਤੋਂ ਦੀ ਦੂਜੀ 'ਚ ਪਾਉਣਾ, ਇਹ ਮੇਰੀ ਸ਼ਰਤ ਸੀ। ਕਹਿੰਦੇ ਤੂੰ ਐਂ ਦੱਸ ਇਹ ਤੈਨੂੰ ਕਿਹਨੇ ਕਿਹਾ? ਕਹਿੰਦਾ ਮੇਰੇ ਮਨ ਨੇ। ਕਹਿੰਦੇ ਤੇਰਾ ਮਨ ਅਜੇ ਤੇਰਾ ਹੀ ਰਹਿ ਗਿਆ, ਇਹ ਤਾਂ ਤੂੰ ਮੈਨੂੰ ਦੇ ਤਾ, ਤੈਨੂੰ ਫੁਰਨਾ ਕਿਵੇਂ ਆ ਗਿਆ? ਇੱਕਦਮ ਸਾਧ ਸੰਗਤ ਜੀ ਚੱਕ ਕੇ ਅਨਹਤ ਸੁੰਨ 'ਚ ਪਹੁੰਚਾ ਤਾ। ਅਨਹਤ ਸੁੰਨ ਕੀ ਹੁੰਦੀ ਹੈ? ਅਫੁਰ ਅਵਸਥਾ, ਜਿਹਨੂੰ ਸੁੰਨ ਮੰਡਲ ਕਹਿੰਦੇ ਨੇ। ਅਤੇ ਉੱਥੇ ਪਹੁੰਚਾ ਤਾ, ਫੁਰਨਾ ਖਤਮ ਹੋ ਗਿਆ। ਹੁਣ ਫੁਰਨਾ ਜੇ ਖਤਮ ਹੋ ਗਿਆ, ਫੁਰਨਾ ਕਿਹੜਾ ਚੱਲਦਾ? ਹੁਣ ਪਰਮੇਸ਼ਰ ਦਾ ਜਾਂ ਗੁਰੂ ਦਾ ਫੁਰਨਾ ਚੱਲਦਾ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਹੁਣ ਆਪਣਾ ਫੁਰਨਾ ਤਾਂ ਖਤਮ ਹੋ ਗਿਆ, ਇਮਾਨਦਾਰੀ ਨਾਲ ਹੁਣ ਖੜ ਗਿਆ ਚੁੱਪ ਕਰਕੇ। ਫੁਰਨਾ ਆਉਂਦਾ ਜਦੇ ਰੋਕਦਾ ਵੀ ਇਹ ਤਾਂ ਮਨ ਮੇਰਾ ਨਹੀਂ, ਇਹ ਗੁਰੂ ਦਾ ਮਨ ਹੈ। ਅੱਧਾ ਘੰਟਾ ਘੜਾ ਰੱਖਿਆ, ਇਹਦੇ ਨੂੰ ਇੱਕ ਪੰਡਿਤ ਆ ਗਿਆ। ਉਹਨੇ ਪੁਕਾਰ ਕੀਤੀ ਕਿ ਮਹਾਰਾਜ ਬਰਾਤ ਲੁੱਟੀ ਗਈ, ਮੈਂ ਲੜਕਾ ਵਿਆਹ ਕੇ ਆ ਰਿਹਾ ਸੀ, ਡਾਕੂਆਂ ਨੇ ਲੁੱਟ ਲਿਆ, ਕਿਰਪਾ ਕਰੋ ਜਲਦੀ ਫੜੋ। ਲੇਕਿਨ ਉਹ ਚੁੱਪ ਕਰਿਆ ਖੜਾ, 15 ਮਿੰਟ ਕਹੀ ਗਿਆ। 15 ਮਿੰਟ ਤੋਂ ਬਾਅਦ ਉਹਨੇ ਸੋਚਿਆ ਵੀ ਇਹ ਤਾਂ ਪੱਥਰ ਬਣਿਆ ਖੜਾ ਰਾਜਾ, ਇਹ ਰਾਜ ਕਰਨ ਦੇ ਕਾਬਲ ਹੈ। ਉਸ ਵੇਲੇ ਉਹਨੇ ਬੁਰੇ ਦੁਰਵਚਨ ਕਹਿਣੇ ਸ਼ੁਰੂ ਕਰੇ, ਬਹੁਤ ਖੋਟੇ ਵਚਨ ਕਹੇ, ਇਹ ਫਿਰ ਬਿਨਾ ਹਿੱਲਿਆ, ਪੰਡਿਤ ਚਲਿਆ ਗਿਆ। ਸਾਰੀ ਸਭਾ ਹੈਰਾਨ ਹੈ ਬਈ ਆਹ ਕੀ ਇਹਨੇ ਨੁਸਖਾ ਕੱਢਤਾ, ਸਾਨੂੰ ਤਾਂ ਕਿਸੇ ਨੂੰ ਸਮਝ ਨਹੀਂ ਆਇਆ, ਹੁਣ ਖੜਾ ਚਾਹੇ ਇੱਥੇ ਚਲਿਆ ਜਾਵੇ, ਹੁਣ ਮਨ ਤਾਂ ਇਹਦਾ ਹੈ ਨਹੀਂ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਕਸ਼ਮੀਰ ਗਏ ਤਾਂ ਉੱਥੇ ਇੱਕ ਭਾਈ ਚੰਡਾ ਬਹੁਤ ਹੀ ਪ੍ਰੇਮੀ ਗੁਰਸਿੱਖ ਸੀ, ਬੜਾ ਕਰਨੀ ਵਾਲਾ ਪੁਰਸ਼ ਸੀ, ਗੁਰੂ ਦਾ ਸਿੱਖ ਸੀ, ਅਤੇ ਮਹਾਰਾਜ ਉਸ ਨੂੰ ਹੋਰ ਉੱਪਰ ਲੰਘਾਉਣਾ ਚਾਹੁੰਦੇ ਸੀ। ਅਤੇ ਮਹਾਰਾਜ ਕਹਿੰਦੇ ਵੀ ਬੰਨ ਦੀ ਸੈਲ ਕਰਨੀ ਆ ਅੱਜ। ਇੱਕ ਥਾਂ ਐਸਾ ਆਇਆ ਜਿੱਥੇ ਬੜਾ ਹੀ ਭਿਆਨਕ ਮੋੜ ਸੀ ਅਤੇ ਉੱਥੇ ਸ਼ੇਰ ਬੋਲ ਰਹੇ ਨੇ। ਮਹਾਰਾਜ ਕਹਿੰਦੇ ਭਾਈ ਚੰਡਾ ਅਸੀਂ ਆਉਂਦੇ ਹਾਂ, ਸਾਡੇ ਆਉਂਦਿਆਂ 'ਤੇ ਖੜੀ ਇੱਥੇ। ਮਹਾਰਾਜ ਦੂਸਰੇ ਰਸਤੇ 'ਤੇ ਹੀ ਵਾਪਸ ਆ ਗਏ। ਇੱਕ ਦਿਨ ਲੰਘ ਗਿਆ ਰਾਤ, ਦੂਸਰਾ ਦਿਨ ਫਿਰ ਰਾਤ, ਤੀਸਰਾ ਦਿਨ ਫਿਰ ਰਾਤ। ਕਹਿਣ ਲੱਗੇ ਭਾਈ ਭਾਈ ਚੰਡਾ ਕਿੱਥੇ ਆ? ਕਹਿੰਦੇ ਮਹਾਰਾਜ ਉਹਨੂੰ ਤਾਂ ਤੁਸੀਂ ਉੱਥੇ ਕਢਾਇਆ ਆਏ ਸੀ। ਮਹਾਰਾਜ ਉਸੇ ਵੇਲੇ ਘੋੜੇ 'ਤੇ ਸਵਾਰ ਹੋ ਕੇ ਇੱਕਦਮ ਗੈਲਪ ਕਰ ਲਿਆ ਘੋੜਾ, ਜਾ ਕੇ ਭਾਈ ਚੰਡੇ ਦੇ ਕੋਲ ਖੜ ਗਏ। ਕਹਿੰਦੇ ਭਾਈ ਚੰਡਾ ਤੂੰ ਇੱਥੇ ਖੜਾ ਹੈ? ਕਹਿੰਦਾ ਮਹਾਰਾਜ ਤੁਸੀਂ ਕਿਹਾ ਸੀ ਵੀ ਜਦ ਤੱਕ ਅਸੀਂ ਆਈਏ ਨਾ ਇੱਥੇ ਹੀ ਖੜਾ ਰਹੀ। ਸੋ ਮਹਾਰਾਜ ਮੈਂ ਤਾਂ ਮਨ ਆਪ ਦੇ ਚਰਨਾਂ 'ਚ ਅਰਪਣ ਕੀਤਾ ਹੋਇਆ, ਮੈਨੂੰ ਕੋਈ ਫੁਰਨਾ ਨਹੀਂ ਹੋਇਆ, ਇਸ ਕਰਕੇ ਮੈਂ ਇੱਥੋਂ ਹਿੱਲਿਆ ਨਹੀਂ। ਮਨ ਦੇਣਾ ਬੜਾ ਔਖਾ ਹੈ ਸਾਧ ਸਿੰਘ ਜੀ, ਕਹਿ ਦੇਣਾ ਸਖਾਲਾ। ਜੇ ਮਨ ਦੇ ਦੀਏ ਗੁਰੂ ਨੂੰ ਇਮਾਨਦਾਰੀ ਨਾਲ, ਆਪਾਂ ਸਾਰੇ ਹੀ ਮੁਕਤ ਹੋ ਜਾਈਏ ਜਿੰਨੇ ਵੀ ਬੈਠੇ, ਕਿਉਂਕਿ ਫਿਰ ਹੁਕਮ ਮੰਨੀਏ ਭਾਈ ਹੈ।
ਹੁਕਮ ਮੰਨਾਂਗੇ। ਹੁਕਮ 1430 ਪੰਨੇ 'ਚ ਆਉਂਦਾ ਗੁਰੂ ਗ੍ਰੰਥ ਸਾਹਿਬ ਦਾ, ਫਿਰ ਅਸੀਂ ਇਸ ਤੋਂ ਬਾਹਰ ਜਾ ਨਹੀਂ ਸਕਦੇ, ਨਾ ਕੋਈ ਮਨ ਦੀ ਮਤ ਕਰੀਏ, ਨਾ ਮਨ ਦੀ ਗੱਲ ਕਰੀਏ, ਫਿਰ ਗੁਰੂ ਸਾਡਾ ਅਤੇ ਅਸੀਂ ਗੁਰੂ ਦੇ। ਸੋ ਇਸ ਤਰ੍ਹਾਂ ਰਾਜਾ ਜਨਕ ਜਿਸ ਵਕਤ ਹੋਇਆ ਅਫੁਰ ਅਵਸਥਾ 'ਚ ਪਹੁੰਚ ਗਿਆ, ਮਨੋ ਨਾਸ਼ ਹੋ ਗਿਆ, ਵਾਸ਼ਨਾ ਕਾਇ ਹੋ ਗਈ। ਉਸ ਵੇਲੇ ਕਹਿਣ ਲੱਗੇ, ਰਾਜਨ ਇਹ ਜਿਹੜਾ ਤੈਨੂੰ ਸੁਣ ਦੇ ਵਿੱਚੋਂ ਪ੍ਰਤੀਤ ਹੋ ਰਹੀ ਸੀ ਅਵਸਥਾ, ਉਹ ਪਰਮੇਸ਼ੁਰ ਆਤਮਾ ਦੀ ਅਵਸਥਾ ਹੈ, ਇੱਥੇ ਮਾਇਆ ਨਹੀਂ ਪਹੁੰਚ ਸਕਦੀ, ਇੱਥੇ ਕੇਵਲ ਪਰਮੇਸ਼ੁਰ ਹੋਇਆ ਕਰਦਾ, ਜੋ ਸਾਰੇ ਜਿਵੇਂ ਜ਼ਮਾਨ ਕੇ ਵਿਖੇ ਸਮਸਤੇ ਇੱਕ ਜੋਤ ਹੈ, ਨਾ ਘਾਟ ਹੈ, ਨਾ ਬਾਢ ਹੈ, ਨਾ ਬਾਢ ਘਾਟ ਹੈ। ਉੱਥੇ ਉਸੇ ਵੇਲੇ ਤੜਕ ਦੇ ਕੇ ਗਿਆਨ ਹੋ ਗਿਆ, ਕਹਿੰਦੇ ਉਹ ਜਿਹੜਾ ਵਰਮ ਹੈ ਉਹ ਤੂੰ ਹੀ ਹੈ, ਅਤੇ ਸਾਰੇ ਸੰਸਾਰ ਦੇ ਅੰਦਰ ਉਹੀ ਕਿਰਿਆ ਕਰ ਰਿਹਾ ਸਾਰੀ, ਲੇਕਿਨ ਆਦਮੀ ਆਪਣਾ ਮਨ ਬਣਾ ਕੇ ਟੁੱਟਿਆ ਹੋਇਆ। ਚੱਲ ਹੁਣ ਤਖ਼ਤ 'ਤੇ ਬੈਠ, ਆਹ ਮਨ ਤੈਨੂੰ ਅਸੀਂ ਵਾਪਸ ਦਿੰਦੇ ਹਾਂ, ਅੱਜ ਤੋਂ ਤੇਰਾ ਨਹੀਂ ਹੈ, ਇਹ ਮਨ ਸਾਡਾ ਹੈ, ਅਤੇ ਹੁਣ ਨਿਆਏ ਨਾਲ ਰਾਜ ਕਰੀਂ। ਨਾਮ ਦੀ ਦਾਤ ਦਿੱਤੀ। ਉਸ ਵੇਲੇ ਤੋਂ ਰਾਜਾ ਜਨਕ ਰਹਿੰਦਾ ਮਾਇਆ 'ਚ ਹੈ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਇਸ ਤਰ੍ਹਾਂ ਦੇ ਨਾਲ ਮਹਾਰਾਜ ਫਰਮਾਨ ਕਰ ਰਹੇ ਹਨ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਨ ਗੁਰੂ ਦਾ ਸਮਝ ਕੇ ਵਰਤ ਰਿਹਾ ਸੀ, ਆਪਣਾ ਨਹੀਂ ਸੀ ਸਮਝਦਾ, ਅਤੇ ਪਰਮ ਪਦਵੀ ਨੂੰ ਪਹੁੰਚ ਗਿਆ, ਚੌਥੇ ਪਦ ਦੇ ਵਿੱਚ ਨਿਵਾਸ ਹੋ ਗਿਆ, ਤਿਰਗੁਣ ਅਤੀਤ ਹੋ ਗਿਆ। ਸੋ ਇਸ ਤਰ੍ਹਾਂ ਜਦੋਂ ਆਪ ਸੰਸਾਰ ਤੋਂ ਜਾਣ ਲੱਗੇ, ਉਸ ਵੇਲੇ ਆਪਦੇ ਮਨ 'ਚ ਫੁਰਨਾ ਹੋਇਆ ਕਿ ਧਰਮਰਾਜ ਦੇ ਸੰਜਮਨੀਪੁਰੀ ਵਿੱਚ ਹੀ ਹੋ ਕੇ ਲੰਘੀਏ, ਮਰਜ਼ੀ ਹੈ, ਗੁਰਮੁਖ ਆਵੇ ਜਾਏ ਨਿਸੰਗ, ਕਿਸੇ ਰਸਤੇ ਜਿੱਥੋਂ ਦੀ ਜੀ ਕਰਦਾ ਜਾ ਸਕਦਾ, ਉਹਨੂੰ ਕੋਈ ਰੋਕ ਟੋਕ ਨਹੀਂ ਹੈ। ਸੋ ਜਦੋਂ ਧਰਮਰਾਜ ਦੇ ਗਏ, ਧਰਮਰਾਜ ਨੂੰ ਪਤਾ ਲੱਗਿਆ ਕਿ ਰਾਜਾ ਜਨਕ ਜੀ ਆ ਰਹੇ ਨੇ, ਜੋ ਵੱਡੇ ਭਗਤ ਨੇ ਅੱਜ ਸੰਸਾਰ ਦੇ ਅੰਦਰ। ਉਸ ਵੇਲੇ ਰਾਜਾ ਜਨਕ ਜੀ ਦਾ ਆਦਰ ਸਤਿਕਾਰ ਕਰਨ ਵਾਸਤੇ ਇਹ ਧਰਮਰਾਜ ਆ ਕੇ ਮਿਲਿਆ, ਅਤੇ ਆਉਂਦਾ ਹੀ ਬੇਨਤੀ ਕਰਨ ਲੱਗਿਆ ਇਸ ਤਰ੍ਹਾਂ ਦੇ ਨਾਲ, ਕਰਤਾ ਪਵਨ ਪਨੀਤ ਹਰੀਦਿਆ ਸੰਤਾਂ ਨੇ, ਕਰਤਾ ਪਵਨ ਪਨੀਤ ਹਰੀਦਿਆ ਸੰਤਾਂ ਨੇ, ਕਰਤਾ ਪਵਨ ਪਨੀਤ ਹਰੀਦਿਆ ਸੰਤਾਂ ਨੇ, ਕਰਤਾ ਪਵਨ ਪਨੀਤ ਐਸੇ ਚਵੇ ਕੀ ਤੁਨ ਪਵਨ ਪਨੀ। ਜੇ ਸਾਧੂ ਚਲਿਆ ਜਾਵੇ ਤਾਂ ਉਹ ਕਹਿੰਦੇ ਨੇ ਕਿ ਮੇਰਾ ਤਾਂ ਘਰ ਪਵਿੱਤਰ ਹੋ ਗਿਆ, ਮੇਰੀ ਪੂਰੀ ਪਵਿੱਤਰ ਹੋ ਗਈ, ਮਹਾਰਾਜ ਇੱਥੇ ਪਾਪੀ ਤਾਂ ਆਉਂਦੇ ਨੇ ਜਾਂ ਪੁੰਨੀ ਆਉਂਦੇ ਨੇ, ਪਾਪੀਆਂ ਨੇ ਮੈਲ ਹੀ ਕਰਤੀ ਮੇਰੀ ਪੂਰੀ ਜਿਹੜੀ, ਅਤੇ ਅੱਜ ਆਪ ਪਰਮੇਸ਼ੁਰ ਦਾ ਰੂਪ ਹੋ ਕੇ
ਇੱਥੇ ਪਹੁੰਚੇ ਹੋ ਅਤੇ ਮੈਂ ਤਾਂ ਵੱਡਾ ਭਾਗਾਂ ਵਾਲਾ ਬਣ ਗਿਆ ਅਤੇ ਮੇਰੇ ਕੋਈ ਸੁੱਤੇ ਹੋਏ ਭਾਗ ਜਾਗ ਪਏ, ਸੁੱਤੇ ਭਾਗ ਜਾਗ ਪਏ ਕੀਤਾ ਹੋਇਆ ਕੋਈ ਸ਼ੁਭ ਕਰਮ ਜਦੋਂ ਜਾਗ ਪੈਂਦਾ ਹੈ, ਪੇਟਿਓ ਪੁਰਖ ਰਸਕ ਬੈਰਾਗੀ, ਖੁਸ਼ਕ ਗਿਆਨੀ ਨਹੀਂ ਮਿਲਦਾ ਹੈਗਾ, ਰਸਕ ਬੈਰਾਗੀ ਦੇ ਨਾਲ ਦੇ ਦਰਸ਼ਨ ਹੁੰਦੇ ਨੇ ਸਾਧੂ ਦੇ। ਉਹਦੇ ਨਾਲ ਮਿਲਣ ਨਾਲ ਹੁੰਦਾ ਕੀ ਹੈ, ਮਿਟਿਓ ਅੰਧੇਰ ਮਿਲਤ ਹਰ ਨਾਨ, ਅਗਿਆਨ ਅੰਧੇਰਾ ਮਿਟ ਜਾਇਆ ਕਰਦਾ, ਜਨਮ ਜਨਮ ਕੀ ਸੋਹੀ ਜਾ। ਆਹ ਜਿਹੜੀ ਸੁਰਤ ਸੁੱਤੀ ਪਈ ਆਪਣੇ ਆਪ ਨੂੰ ਜੀਵਾਤਮਾ ਜੀਵਾਤਮਾ ਮੈਂ ਕਹੀ ਜਾਂਦੀ ਹੈ, ਇਹ ਜਾਗ ਪੈਂਦੀ ਹੈ। ਜਦ ਜਾਗੇ ਕੀ ਦੇਖਦੀ ਹੈ ਵੀ ਇੱਥੇ ਤਾਂ ਵਾਹਿਗੁਰੂ ਤੋਂ ਬਗੈਰ ਹੋਰ ਕੋਈ ਹੈ ਨਹੀਂ, ਆਪ ਹੀ ਆਪ ਹੈ ਸਭ ਪਾਸੇ। ਸੋ ਇਸ ਤਰ੍ਹਾਂ ਕਹਿਣ ਲੱਗੇ ਮਹਾਰਾਜ, ਮੈਂ ਤਾਂ ਅੱਜ ਬੜਾ ਕਿਸਮਤ ਵਾਲਾ ਬਣ ਗਿਆ ਵੀ ਤੁਸੀਂ ਇਸ ਮੇਰੀ ਪੁਰੀ 'ਚ ਆ ਗਏ, ਕਿਉਂਕਿ ਇਹ ਅਕਾਲ ਪੁਰਖ ਦਾ ਹੁਕਮ ਹੈ, ਧਰਮ ਰਾਏ ਨੂੰ ਹੁਕਮ ਹੈ, ਬਹਿ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਬਾਕੀ ਜਿਹੜੇ ਬੰਦਗੀ ਕਰਨ ਵਾਲੇ ਨੇ, ਅਧਿਆਤਮੀ ਹਰ ਗੁਣ ਤਾਸ ਮਨ ਜਪੇ ਏਕ ਮੁਰਾਦ, ਜਿਹੜੇ ਹਰ ਵਕਤ ਪਰਮੇਸ਼ੁਰ ਦਾ ਧਿਆਨ ਰੱਖਦੇ ਨੇ, ਤਿੰਨ ਕੀ ਸੇਵਾ ਧਰਮ ਰਾਏ ਕਰੇ ਧਨ ਸਵਾਰਨ ਹਾਰ, ਉਹਨਾਂ ਦੀ ਸੇਵਾ ਧਰਮ ਰਾਜ ਕਰਦਾ, ਜਿਹੜੇ ਉਹਨਾਂ ਦੀ ਵੀ ਗਾਹਾਂ ਸੇਵਾ ਕਰਦੇ ਨੇ ਉਹਨਾਂ ਦੀ ਵੀ ਸੇਵਾ ਕਰਦਾ। ਇਸ ਤਰ੍ਹਾਂ ਮਹਾਰਾਜ ਦਾ ਫਰਮਾਨ, ਧਰਮ ਰਾਜਾ ਵੀ ਕਰੇਗਾ ਆਈ।
ਧਰਮ ਰਾਏ ਕਰੇ ਸੇਵਾ, ਸਾਧਕੇ ਸੰਗ ਸੋਭਾ ਸੁਰਦੇ। ਸੋ ਜੋ ਗੁਰੂ ਵਾਲਾ ਹੈ, ਗੁਰੂ ਦੇ ਹੁਕਮ ਵਿੱਚ ਚੱਲਦਾ, ਉਹਦੀ ਧਰਮਰਾਜ ਫਿਰ ਸੇਵਾ ਕਰਦਾ, ਸੋਭਾ ਹੋ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਨਾਲ ਜਦੋਂ ਨਿਮਰਤਾ ਦੇ ਵਾਕ ਕਹੇ ਤਾਂ ਆਪ ਦੇਵ ਲੋਕ ਨੂੰ ਚੱਲਿਆ। ਗਣ ਗੰਧਰਵ ਸਦਾ ਸਵਾ ਸੁਖਵਾਸੀ, ਜਮ ਭੁਲ ਗਿਆ ਪੁਕਾਰ ਸੁਣ, ਬਿਲ ਲਾਵਨ ਜੀ ਨਰਕ ਨਿਵਾਸੀ। ਹਾਏ ਹਾਏ ਦੀ ਆਵਾਜ਼ ਆਉਣ ਲੱਗ ਗਈ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਦਾਣੀਆਂ ਤਿਉਂ ਮੱਥੇ ਧਰਮ ਰਾਏ। ਐਂ ਦੁੱਖ ਪਾਉਂਦੇ ਮਨਮੁਖ ਬੇਮੁਖ ਹਥਿਆਰੇ, ਆਵਾਜ਼ਾਂ ਆ ਰਹੀਆਂ। ਰਹਿਮਦਿਲ ਸੀ, ਉੱਥੇ ਚਲੇ ਗਏ। ਜਦੋਂ ਚਰਨ ਪਿਆ ਨਰਕਾਂ, ਠੰਡਾ ਠਾਰ ਹੋ ਗਿਆ ਨਰਕ, ਸਭ ਨੂੰ ਸੁਰਤ ਆ ਗਈ। ਬੇਨਤੀਆਂ ਕਰਨ ਲੱਗੇ, ਮਹਾਰਾਜ ਸਾਨੂੰ ਕਢਾ ਦਿਉ ਇੱਥੋਂ, ਸਾਨੂੰ ਇੱਥੋਂ ਕਢਾ ਦਿਉ। ਦਿਲ ਪਿਘਲ ਗਿਆ। ਜਿਹੜੇ ਇੱਥੇ ਖੱਬੀ ਖਾਨ ਕਹਾਉਂਦੇ ਨੇ, ਉੱਥੇ ਅੱਗ ਦੇ ਵਿੱਚ ਸੜਦੇ ਦੇਖੇ। ਧਰਮਰਾਜ ਨੂੰ ਪੁੱਛਿਆ ਵੀ ਇਹ ਬਹੁਤ ਬਰਲਾਪ ਹੋ ਰਿਹਾ। ਕਹਿੰਦੇ ਮਹਾਰਾਜ ਇਹਨਾਂ ਨੇ ਜੀਵਨ ਬਰਬਾਦ ਕਰ ਦਿੱਤਾ। ਗਹਿਰਾ ਅਸਰ ਹੋ ਗਿਆ ਦਿਲ ਦੇ ਉੱਤੇ। ਅਤੇ ਧਰਮਰਾਜ ਨੇ ਪੁੱਛਿਆ ਕਿ ਮਹਾਰਾਜ ਕੋਈ ਸੇਵਾ ਦੱਸੋ ਮੇਰੇ ਲਾਇਕ, ਆਪਣੇ ਸੇਵਾ ਨਹੀਂ ਕੋਈ ਦੱਸੀ। ਕਹਿੰਦੇ ਮੈਨੂੰ ਤਾਂ ਕਿਸੇ ਸੇਵਾ ਦੀ ਲੋੜ ਨਹੀਂ, ਜੇ ਕਰਨੀ ਹੈ ਤਾਂ ਸੇਵਾ ਕਰ ਲੈ। ਕਰਦੇ ਬੰਦ ਖਲਾਸੀ ਏ ਨਾ ਜੀਵਾਂ ਦੀ, ਕਰਦੇ ਬੰਦ ਖਲਾਸੀ ਏ ਨਾ ਜੀਵਾਂ ਦੀ, ਕਰਦੇ ਬੰਦ ਖਲਾਸੀ ਏ ਨਾ ਜੀਵਾਂ ਦੀ, ਕਰਦੇ ਬੰਦ ਖਲਾਸੀ ਏ ਨਾ ਜੀਵਾਂ ਦੀ। ਕਰਦੇ ਬੰਦ ਖਲਾਸੀ ਏ ਨਾ ਜੀਵਾਂ ਦੀ, 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 ਕਰਦੇ ਬੰਦ ਖਲਾਸੀ ਏ ਨਾ ਜੀਵਾਂ ਦੀ। ਸਭਨਾ ਦੀ ਕਰ ਬੰਦ ਖਲਾਸੀ, ਚਾਹੇ ਹਥਿਆਰੇ ਨੇ, ਚਾਹੇ ਗੁਰੂ ਮਾਰੇ ਨੇ, ਚਾਹੇ ਕੋਈ ਨੇ, ਬੇਮੁਖ ਨੇ, ਚਾਹੇ ਕਿੰਨੇ ਕਿੰਨੇ ਪਾਪ ਕਰੇ ਨੇ, ਸਭ ਨੂੰ ਛੱਡ। ਧਰਮਰਾਜ ਡਰ ਗਿਆ, ਸਾਧੂ ਦਾ ਹੁਕਮ ਅਤੇ ਰੱਬ ਦਾ ਹੁਕਮ, ਇਹ ਬਦਲਿਆ ਨਹੀਂ ਜਾ ਸਕਦਾ ਕਦੇ। ਜਿਹੜਾ ਬਦਲਦਾ ਹੈ ਔਖਾ ਹੋ ਜਾਂਦਾ। ਫਿਰ ਉਸ ਵੇਲੇ ਬੇਨਤੀ ਦੇ ਘਰ 'ਚ ਆ ਗਿਆ, ਕਹਿਣ ਲੱਗਿਆ ਧਰਮਰਾਏ ਕਰੇ ਬੇਨਤੀ, ਮੈਂ ਠਾਕਰ ਸੇਵਕ ਠਾਕਰ ਅਵਨਾਸ਼ੀ। ਕਹਿਣ ਲੱਗੇ ਮਹਾਰਾਜ ਕਰੇ ਬੇਨਤੀ ਧਰਮ ਰਾਏ, ਹਾਂ ਸੇਵਕ ਠਾਕਰ ਅਵਨਾਸ਼ੀ, ਮੈਂ ਤਾਂ ਮਹਾਰਾਜ ਇੱਕ ਨੌਕਰ ਹਾਂ, ਚਾਕਰ ਹਾਂ, ਜਿੰਨਾ ਮੈਨੂੰ ਅਖਤਿਆਰ ਦਿੱਤਾ ਹੋਇਆ ਉਹਦੇ ਮੁਤਾਬਕ ਮੈਂ ਕੰਮ ਕਰਦਾ। ਮੈਨੂੰ ਹੁਕਮ ਕੀ ਹੈ ਮਹਾਰਾਜ, ਬਈ ਮੈਨੂੰ ਇਹਨਾਂ ਦਾ ਧਰਮ ਦਾ ਵਿਚਾਰ ਕਰੇ। ਕੱਲ ਮੈਂ ਜੰਮ ਜੰਦਾਰ ਹੈ, ਹੁਕਮੇ ਕਾਰ ਕਮਾਏ, ਗੁਰ ਰਾਖੇ ਸੇ ਉਭਰੇ ਮਨਮੁਖ ਦੇ ਸਜਾ। ਮਨਮੁੱਖਾਂ ਨੂੰ ਸਜ਼ਾ ਦੇਣ ਵਾਸਤੇ ਮੇਰੀ ਡਿਊਟੀ ਲੱਗੀ ਹੋਈ ਹੈ, ਅਤੇ ਜੇ ਤੁਸੀਂ ਕਹਿਣਾ ਤਾਂ ਨਿਰੰਕਾਰ ਜੀ ਨੂੰ ਕਹਿ ਕੇ ਛਡਾ ਦਿਉ। ਭਗਤੋਂ ਤਾਂ ਭਗਤਾਂ ਦੇ ਆਖੇ ਨਿਰੰਕਾਰ ਲੱਗਦਾ ਹੀ ਹੈ। ਕਹਿਣ ਲੱਗੇ ਉਹਨਾਂ ਨੂੰ ਕੀ ਕਹਿਣਾ, ਕੋਈ ਹੋਰ ਤਰੀਕਾ ਦੱਸ। ਕਹਿਣ ਲੱਗੇ ਮਹਾਰਾਜ ਇਹ ਪਾਪੀ ਨੇ, ਇਹਨਾਂ ਦੇ ਬਦਲੇ ਪੁੰਨ ਦੇ ਦਿਉ, ਜਿੰਨੇ ਆ ਜਾਣਗੇ ਉਨੇ ਮੈਂ ਛੱਡ ਦਾਂਗਾ। ਕਹਿੰਦੇ ਸਾਰੇ ਗਿਣ ਕਿੰਨੇ ਪਾਪ ਨੇ, ਕੰਪਿਊਟਰਾਈਜ਼ ਕਰ ਲਏ ਦੱਸਦਾ ਵੀ ਇੰਨੇ ਪਾਪ ਨੇ। ਸਾਡੀ ਮਨੁੱਖੀ ਬੋਲੀ 'ਚ ਇਸ ਤਰ੍ਹਾਂ ਹੈ ਕਿ ਤੱਕੜੀ ਲਾ ਲਈ ਸਮਝਣ ਵਾਸਤੇ, ਇੱਕ ਪੱਲੜੇ ਦੇ ਵਿੱਚ ਪਾਪ ਰੱਖ ਭਰ ਲਏ। ਕਹਿੰਦੇ ਹੁਣ ਅਸੀਂ ਭਾਈ ਨਾਮ ਜਪਦੇ ਹਾਂ ਅਤੇ ਉਹਦੇ ਨਾਲ ਦੇਖ ਲਈ ਵੀ ਕਿੰਨੇ ਕੁ ਛੱਡ ਹੁੰਦੇ ਨੇ। ਗਹਿਣੇ ਧਰੇ ਹੁਣ ਏਕ ਨਾਮ, ਪਾਪਾਂ ਨਾਲ ਕਰੇ ਨਿਰਜਸ। ਜਦੋਂ ਤੋਲਣ ਲੱਗੇ ਪਾ ਸੰਗ ਪਾਪ ਨਾ ਪੁੱਜੇ, ਹੀ ਅਸਮਾਨ ਵੱਲ ਚਲਿਆ ਗਿਆ ਪਾਪਾਂ ਦਾ ਤਲ ਪੱਲੜਾ, ਨਾਮ ਵਾਲਾ ਧਰਤੀ ਤੋਂ ਹੀ ਨਹੀਂ ਉੱਠਦਾ, ਪਾਸਕੂ ਬਣ ਗਿਆ ਉਹ। ਗੁਰਮੁਖ ਨਾ ਉਹ ਤੁਲ ਨਾ ਤਲਾਸੀ, ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜਮ ਫਾਤੀ, ਮੁਗਤ ਜੁਗਤ ਨਾਵੇਂ ਕੀ ਦਾਸੀ। ਸਾਰੇ ਹੀ ਛਡਾ ਤੇ ਕਰਤੇ ਕੁੰਡ ਨਰਕਾਂ ਦੇ ਖਾਲੀ, ਇੱਕ ਘੜੀ ਨਾਮ ਜਪ ਕੇ
ਮੇਰੇ ਪਿਆਰੇ ਬਈ ਇੱਕ ਘੜੀ ਨਾਮ ਜਪੇ ਵਾਹ 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 ਇੱਕ ਘੜੀ ਨਾਮ ਜਪੇ ਮੁਕਤ ਜੁਗਤ ਨਾਮ ਹੈ ਕੀ ਦਾਸੀ ਮਹਾਰਾਜ ਕਹਿੰਦੇ ਸਾਲ ਸਰਾਏ ਦੱਸ ਹੁਣ ਬਈ ਲਾਲ ਕੀਮਤੀ ਹੈ ਕਿ ਨਾਮ ਨਾਮ ਕੀਮਤੀ ਹੈ। ਚਰਨਾਂ 'ਤੇ ਟਹਿ ਪਿਆ, ਕਹਿਣ ਲੱਗਿਆ ਮਹਾਰਾਜ ਕਿਰਪਾ ਕਰੋ, ਮੈਂ ਭੁੱਲ ਗਿਆ ਸੀ ਮਾਇਆ ਦੇ ਵਿੱਚ, ਪੱਥਰਾਂ ਨੂੰ ਦੇਖ ਦੇਖ ਕੇ ਮੇਰੀ ਬੁੱਧੀ ਵੀ ਪੱਥਰ ਬਣ ਗਈ, ਮੈਂ ਇਹਨਾਂ ਦੇ ਮੁੱਲੇ ਤੋਲਦਾ ਰਿਹਾ, ਇਹ ਤਾਂ ਮਿੱਟੀ ਹੈ, ਆਹ ਨਾਮ ਮੈਨੂੰ ਦੇ ਦਿਓ, ਕਿਰਪਾ ਕਰੋ। ਮਹਾਰਾਜ ਨੇ ਦ੍ਰਿਸ਼ਟੀ ਕਰੀ, ਨਾਮ ਦੇਣਾ ਕੀ ਸੀ, ਕਹਿੰਦੇ ਕਹੋ ਵਾਹਿਗੁਰੂ, ਵਾਹਿਗੁਰੂ ਕਹਿਣਾ ਹੀ ਸੀਗਾ, ਰੋਮ ਰੋਮ ਦੇ ਵਿੱਚ ਚਲਿਆ ਗਿਆ, ਵਿਸਮਾਦ 'ਚ ਪਹੁੰਚ ਗਿਆ, ਸਮਾਧੀ ਲੱਗ ਗਈ, ਮਨ ਮਰ ਗਿਆ, ਪਰਮ ਅਵਸਥਾ 'ਚ ਪਹੁੰਚ ਗਿਆ। ਘੜੀਆਂ ਬੀਤ ਗਈਆਂ ਲੇਕਿਨ ਨੇਤਰ ਨਹੀਂ ਖੋਲਦਾ। ਸੋ ਉਸ ਤੋਂ ਬਾਅਦ ਮਹਾਰਾਜ ਜੀ ਨੇ ਫਰਮਾਇਆ ਕਿ ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦਿਉ, ਜਿੰਨਾ ਭਾਗ ਮਥਾ ਸੇ ਨਾਨਕ ਹਰ ਰੰਗ ਮਾ, ਮਿਲਦਾ ਕਿੱਥੇ ਹੈ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਤਾਜਬ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋ। ਗੁਰੂ ਘਰ 'ਚ ਕਿਵੇਂ ਮਿਲਦਾ ਹੈ, ਇੱਥੇ ਆ ਕੇ ਪੰਜ ਪਿਆਰੇ ਅੰਮ੍ਰਿਤ ਦਾ ਵਾਟਾ ਤਿਆਰ ਕਰਦੇ ਨੇ, ਉਸ ਤੋਂ ਬਾਅਦ ਨਾਮ ਦੀ ਦਾਤ ਦਿੰਦੇ ਨੇ, ਫਿਰ ਭਾਈ ਕਮਾਈ ਸੰਤਾਂ ਨਾਲ ਸੰਗਤ ਨਾਲ ਮਿਲ ਕੇ ਕਰ ਲਏਗਾ ਤਾਂ ਪਹੁੰਚ ਜਾਏਗਾ, ਜੇ ਇੱਥੇ ਹੀ ਖੜ ਗਿਆ ਵੀ ਮੈਂ ਅੰਮ੍ਰਿਤ ਛਕ ਲਿਆ ਬਸ ਬਣ ਗਿਆ ਸਭ ਕੁਝ, ਫਿਰ ਤੇਰੀ ਮਰਜ਼ੀ ਹੈ, ਵਿਚਾਲੇ ਰਹਿ ਜਾਏ, ਗੁਰੂ ਤਾਂ ਧਾਰਨ ਕਰ ਲਿਆ, ਤੈਨੂੰ ਸੁੱਖ ਵੀ ਮਿਲ ਜਾਏਗਾ, ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਜੁਗ ਚਾਰ, 43,20,000 ਸਾਲ ਜੇ ਗੁਰੂ ਦੀ ਰਹਿਤ ਰੱਖੀ ਗੁਰੂ ਗ੍ਰੰਥ ਸਾਹਿਬ ਦੀ ਤਾਂ ਤੂੰ ਨਰਕਾਂ 'ਚ ਨਹੀਂ ਜਾਏਗਾ, ਮਨੁੱਖ ਬਣਦਾ ਜਾਏਗਾ, ਪਰ ਜੇ ਕ੍ਰਹਿਤ ਕਰੀ ਬੇਮੁੱਖ ਹੋ ਗਿਆ, ਗੁਰੂ ਦੇ ਬਾਣੀ ਤੋਂ ਉਲਟ ਹੋ ਕੇ ਕੋਈ ਗੱਲ ਕਰ ਲਈ ਤਾਂ ਫਿਰ ਤੇਰਾ ਕੁਛ ਨਹੀਂ ਬਣਨਾ, ਫਿਰ ਗੁਰੂ ਤੋਂ ਬੇਮੁੱਖ ਹੋ ਕੇ ਸਜ਼ਾ ਪਾਏਗਾ। ਸੋ ਇਸ ਕਰਕੇ ਨਾਮ ਦੀ ਬਾਤ ਚਲਾਈ ਸੀ ਪਹਿਲੇ ਦਿਨ, ਸਾਈਂ ਨਾਮ ਅਮੋਲ ਕੀਮ ਨਾ ਕੋਈ ਜਾਣ ਦਿਉ। ਸੋ ਇਸ ਤਰ੍ਹਾਂ ਨਾਮ ਜਪਣ ਵਾਸਤੇ ਆਇਆ, ਨਾਮ ਦੀ ਕਮਾਈ ਕਰ ਲਓ ਭਾਈ, ਆਪ ਕਲੂ ਆਇਓ ਰੇ ਆਇਓ, ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਾਹੀ ਨਾਹੀ, ਮਤ ਭਰਮ ਪੂਲੋ ਪੂਲੋ, ਕੋਈ ਬੀਜ ਲੈ ਕਿਆਰਾ ਸੱਚੇ ਨਾਮ ਦਾ,
ਨੂੰ ਸਫਲਾ ਤਾਂ ਹੈ ਜੇ ਪਰਮੇਸ਼ੁਰ ਦਾ ਨਾਮ ਜਪਾਂਗੇ, ਨਹੀਂ ਤਾਂ ਇਹਨੇ ਲੰਘਦੇ ਲੰਘਦੇ ਨੇ ਲੰਘ ਜਾਣਾ ਅਤੇ ਸੰਸਾਰ ਤੋਂ ਚਲੇ ਜਾਣਾ, ਫਿਰ ਸਾਧਸੰਗ ਜੀ ਬਿਰਥਾ ਜਨਮ ਜਾਏਗਾ। ਜਦੋਂ ਫਿਰ ਪਛਤਾਉਣ ਦਾ ਕੋਈ ਮਤਲਬ ਨਹੀਂ ਹੈ, ਹੁਣੇ ਸਮਝ ਲੈਣਾ ਚਾਹੀਦਾ। ਇਹ ਜਿਹੜੇ ਰਸ ਕਸ ਵਿਸ਼ੇ ਸ਼ਰਾਬਾਂ ਕਬਾਬਾਂ ਜਰਦੇ, ਇਹ ਕੁਛ ਨਹੀਂ ਹੈ, ਸਰੀਰ ਨੂੰ ਖਰਾਬ ਕਰਨ ਵਾਲੀਆਂ ਚੀਜ਼ਾਂ ਨੇ। ਇੱਕ ਵਾਰੀ ਜਿਹਨੂੰ ਨਾਮ ਦਾ ਰਸ ਆ ਗਿਆ, ਫਿਰ ਉਹਨੂੰ ਹੋਰ ਰਸ ਚੰਗੇ ਨਹੀਂ ਲੱਗਦੇ, ਕਿਉਂਕਿ ਸਾਰਿਆਂ ਤੋਂ ਉੱਚਾ ਰਸ ਨਾਮ ਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਅੱਜ ਆਪਦਾ ਪੰਜਵਾਂ ਜੋ ਦੀਵਾਨ ਹੈ ਉਹ ਸਮਾਪਤ ਹੁੰਦਾ ਹੈ, ਅਤੇ ਪੰਜਾਂ ਦਿਨਾਂ 'ਚ ਨਾਮ ਦੀ ਮਹਿਮਾ, ਨਾਮ ਜਪਣ ਵਾਲਿਆਂ ਦੀ ਮਹਿਮਾ ਦਾ ਵਿਚਾਰ ਕੀਤਾ, ਕਿਉਂਕਿ ਨਾਮ ਇਹ ਤੱਤ ਚੀਜ਼ ਹੈ। ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਏ, ਜਿੱਥੇ ਨਾਮ ਦੀ ਵਿਆਖਿਆ ਹੋਵੇ। ਸੋ ਹੁਣ ਸਾਰੇ ਪ੍ਰੇਮੀ ਗੁਰ ਸਤੋਤਰ 'ਚ ਬੋਲੋ।